ਲੋਕ ਕਚਹਿਰੀ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੇ ਮੇਰੇ ਵੱਲੋਂ ਯਾਨੀ ਕਿ ਸ਼ਮਾ ਪੁੰਗ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਨੂੰ ਤੁਸੀਂ ਹਰ ਐਤਵਾਰ ਸੁਣਦੇ ਹੋ ਆਸਟ੍ਰੇਲੀਆ ਦਾ ਟਾਈਮ 3 ਵਜੇ ਦਾ ਅਤੇ ਇੰਡੀਆ ਦਾ ਟਾਈਮ ਜਿਹੜਾ ਉਹ 10:30 ਵਜੇ ਦਾ ਹੈ। ਆਈ ਥਿੰਕ 10 ਵਜੇ ਜਾਂ 10:30 ਵੱਜ ਗਏ ਹੋਣੇ। ਅੱਜ ਮੈਨੂੰ ਭੁਲੇਖਾ ਲੱਗ ਗਿਆ। ਸੁਖਵੀਰ ਸਿੰਘ ਜੀ ਮੈਨੂੰ ਕਰੈਕਟ ਕਰ ਦੇਣਗੇ ਕਿਉਂਕਿ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹੁੰਦੇ ਨੇ ਸੁਖਵੀਰ ਸਿੰਘ ਜੀ। ਅਤੇ ਗੱਲਾਂ ਬਾਤਾਂ ਅੱਜ ਹੋਣਗੀਆਂ ਕਿ ਪੰਜਾਬ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਬਣਦੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਅਤੇ ਨਾਲ ਹੀ ਨਾਲ ਹਾਲ ਵਿੱਚ ਜਿਹੜਾ ਇੱਕ ਪੁਲਿਸ ਮੁਕਾਬਲਾ ਹੋਇਆ ਉਹਦੀ ਵੀ ਗੱਲਬਾਤ ਹੋਵੇਗੀ। ਅਤੇ ਤੁਸੀਂ ਇਸ ਸਟ੍ਰੀਮ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅਤੇ ਪਹਿਲਾਂ ਸਭ ਤੋਂ ਆਪਾਂ ਵੈਲਕਮ ਕਰ ਲੈਂਦੇ ਹਾਂ ਸੁਖਬੀਰ ਜੀ ਨੂੰ। ਸੁਖਬੀਰ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ, ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੁਖਬੀਰ ਜੀ ਮੈਨੂੰ ਕਰੈਕਟ ਕਰ ਦਿਓ ਕਿ ਇਸ ਟਾਈਮ ਤੇ ਪੰਜਾਬ ਵਿੱਚ ਕੀ ਟਾਈਮ ਹੋਇਆ ਹੋਇਆ? 10 ਵਜੇ ਨੇ ਕਿ 10:30 ਵਜੇ? 10:31 ਹੋ ਗਿਆ ਜੀ ਮੇਰੇ ਕੋਲ, 10:30 ਤੋਂ ਅੱਗੇ ਲੰਘ ਗਿਆ ਟਾਈਮ। ਆਲਰਾਈਟ। ਤੇ ਇਸ ਟਾਈਮ ਤੇ ਜੀ ਆਸਟ੍ਰੇਲੀਆ ਵਿੱਚ ਵੱਜੇ ਨੇ 3 ਤੇ ਮੈਂ ਵੈਸੇ ਠੀਕ ਹੀ ਹੈਗੀ ਸੀਗੀ। ਤੇ ਸੁਖਬੀਰ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਆਪਣੇ ਸਰਦਾਰ ਮਿਲਖਾ ਸਿੰਘ ਜਿਹੜੇ ਕਿ ਜਿਨ੍ਹਾਂ ਨੂੰ ਉੱਡਣਾ ਸਿੱਖ ਫਲਾਇੰਗ ਸਿੱਖ ਦਾ ਖਿਤਾਬ ਮਿਲਿਆ ਅਤੇ ਅਨਫੋਰਚੁਨੇਟਲੀ ਉਹ ਸਾਡੇ ਵਿੱਚ ਨਹੀਂ ਰਹੇ ਪਿਛਲੇ ਹਫ਼ਤੇ। ਉਹਨਾਂ ਦੀ ਧਰਮ ਪਤਨੀ ਜਿਹੜੀ ਉਹ ਵੀ ਕੋਵਿਡ ਕਰਕੇ ਉਹਨਾਂ ਦੀ ਡੈਥ ਹੋ ਗਈ। ਅਤੇ ਹੁਣ ਮਿਲਖਾ ਸਿੰਘ ਜੀ ਜਿਨ੍ਹਾਂ ਨੇ ਸਿਰਫ ਸਿੱਖਾਂ ਦਾ ਨਹੀਂ ਸਾਰੇ ਭਾਰਤ ਦਾ ਨਾਂ ਰੋਸ਼ਨ ਕੀਤਾ ਅਤੇ ਉਹਨਾਂ ਨੇ ਇੰਨੇ ਸਾਰੇ ਗੋਲਡ ਮੈਡਲਸ ਜਿੱਤੇ ਔਰ ਖਾਸ ਤੌਰ 'ਤੇ ਉਹ ਜਿਹੜਾ ਫਲਾਇੰਗ ਸਿੱਖ ਕਰਕੇ ਜਾਣੇ ਜਾਂਦੇ ਸੀਗੇ ਔਰ ਫਲਾਇੰਗ ਸਿੱਖ ਦਾ ਖਿਤਾਬ ਵੀ ਉਹਨਾਂ ਨੂੰ ਉੱਥੋਂ ਮਿਲਿਆ ਜਿੱਥੋਂ ਉਹ ਆਪਣੀ ਜਾਨ ਬਚਾ ਕੇ ਭੱਜੇ ਸੀ ਬਚਪਨ ਦੇ ਵਿੱਚ। ਔਰ ਉਹਨਾਂ ਦੀ ਲਾਈਫ ਦੇ ਬਾਰੇ ਜੇ ਅੱਜ ਅਸੀਂ ਗੱਲ ਕਰੀਏ ਕਿ ਇਨਸਾਨ ਜ਼ਿੰਦਗੀ ਵਿੱਚ ਇੰਨਾ ਕੁਛ ਗਵਾ ਕੇ ਅਤੇ ਕਿਸ ਮੁਕਾਮ 'ਤੇ ਪਹੁੰਚਦਾ। ਇਹ ਜ਼ਰੂਰੀ ਨਹੀਂ ਕਿ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਨਾਲ ਜਾਂ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਪੋਜ਼ਿਟਿਵਿਟੀ ਰਹੇ ਔਰ ਅਸੀਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਹਾਸਲ ਕਰਦੇ ਰਹੀਏ, ਸਭ ਕੁਛ ਚੰਗਾ ਚੰਗਾ ਹੋਵੇ ਅਤੇ ਫਿਰ ਹੀ ਅਸੀਂ ਕਿਸੇ ਮੁਕਾਮ 'ਤੇ ਪਹੁੰਚ ਸਕਦੇ ਹਾਂ। ਇੱਕ ਬਹੁਤ ਵੱਡੀ ਮਿਸਾਲ ਹੈ ਜਿੱਥੇ ਉਹਨਾਂ ਨੇ ਸਾਡੇ ਵਾਸਤੇ ਇੱਕ ਪਹਿਚਾਣ ਬਣਾਈ ਸਿੱਖਾਂ ਦੀ, ਉੱਥੇ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਕਿ ਇੰਨਾ ਕੁਛ ਗਵਾ ਕੇ ਅਤੇ ਐਡੇ ਵੱਡੇ ਮੁਕਾਮ 'ਤੇ ਪਹੁੰਚਣਾ ਔਰ ਇੰਨਾ ਨਾਮ ਨਾ ਕਮਾਉਣਾ। ਇਹਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀਆਂ ਸ਼ਖਸੀਅਤਾਂ ਦੇ ਨਾਂ 'ਤੇ ਸਾਡੇ ਸਮਾਜ 'ਚ ਫਿਲਮਾਂ ਬਣਦੀਆਂ ਨੇ, ਜਿਨ੍ਹਾਂ ਬਾਰੇ ਇੱਕ ਰਾਏ ਹੁੰਦੀ ਆ, ਜਿਹੜੀਆਂ ਸ਼ਖਸੀਅਤਾਂ ਕਦੇ ਕੰਟਰੋਵਰਸ਼ੀਅਲ ਨਹੀਂ ਰਹਿੰਦੀਆਂ, ਤਾਂ ਸਿਰਫ ਉਹਨਾਂ ਦਾ ਕੰਮ ਹੀ ਜਿਹੜਾ ਵਾ ਉਹ ਲੋਕਾਂ ਵਾਸਤੇ ਬੜੀ ਵੱਡੀ ਪ੍ਰੇਰਣਾ ਹੁੰਦੀ। ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਿਲਖਾ ਸਿੰਘ ਉੱਡਣਾ ਸਿੱਖ ਜਿਹੜਾ ਉਹ ਆਪਣੇ ਆਪ ਵਿੱਚ ਗਰੀਬੀ ਵਿੱਚੋਂ ਉੱਠੀ ਹੋਈ ਬੜੀ ਵੱਡੀ ਮਿਸਾਲ ਆ, ਜਿਹੜਾ ਸਾਡੇ ਨੌਜਵਾਨਾਂ ਵਾਸਤੇ ਬੜਾ ਵੱਡਾ ਪ੍ਰੇਰਣਾ ਸਰੋਤ ਬਣ ਸਕਦਾ ਹੈ। ਉਹਨਾਂ ਦਾ ਜਾਣਾ ਦੁੱਖਦਾਈ ਹੈ, ਕਿਸੇ ਦਾ ਜਾਣਾ ਵੀ ਇਸ ਦੁਨੀਆਂ ਤੋਂ ਦੁੱਖਦਾਈ ਰਹਿੰਦਾ, ਪਰ ਸਾਡੀ ਕੌਮ ਦੀਆਂ ਦੋ ਤਰਾਸਦੀਆਂ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਇੱਕ ਤਰਾਸਦੀ ਇਹ ਆ ਸਾਡੀ ਕੌਮ ਦੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਜਿਹੜੇ ਲੋਕ ਐਜ਼ ਸੈਲੀਬ੍ਰਿਟੀ, ਮਤਲਬ ਸੰਸਾਰ ਪੱਧਰ 'ਤੇ ਲੋਕਾਂ ਨੂੰ ਪ੍ਰਸਿੱਧੀ ਹਾਸਲ ਕਰਕੇ ਅਟਰੈਕਟ ਕਰਦੇ ਨੇ, ਉਹਨਾਂ ਦੀ ਪਰਸਨੈਲਿਟੀ ਦੇ ਗੁਣਾਂ ਨੂੰ, ਉਹਨਾਂ ਦੀ ਪਰਸਨੈਲਿਟੀ ਨੂੰ ਬੱਚਿਆਂ ਵਿੱਚ ਭਰਨ ਵਾਸਤੇ ਉਹਨਾਂ ਨੂੰ ਪ੍ਰੇਰਣਾ ਸਰੋਤ ਦੇ ਰੂਪ ਵਿੱਚ ਵਰਤਣ ਤੋਂ ਅਸੀਂ ਕਈ ਵਾਰ ਖੁੰਝ ਜਾਂਦੇ ਹਾਂ, ਕੁਤਾਹੀ ਕਰ ਜਾਂਦੇ, ਜਦੋਂ ਕਿ ਬੜਾ ਜ਼ਰੂਰੀ ਹੁੰਦਾ ਵਾ ਇਸ ਤਰ੍ਹਾਂ ਦੇ ਹੀਰੋਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਨਾ ਇਡੋਊ ਕੋਨਿਕਨ, ਇੱਕ ਆਪਣਾ ਸਮਾਜ ਸੇਵੀ ਅਤੇ ਵਧੀਆ ਥਿੰਕਰ ਹੋਇਆ, ਉਹ ਲਿਖਦਾ ਕਿ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਬੱਚੇ ਕਿਸ ਤਰ੍ਹਾਂ ਦੇ ਹੀਰੋ, ਤੁਹਾਡਾ ਯੂਥ ਕਿਸ ਤਰ੍ਹਾਂ ਦਾ ਹੀਰੋ ਜਿਹੜਾ ਮੰਨਦੇ ਨੇ, ਕਿਸ ਨੂੰ ਪਸੰਦ ਕਰਦੇ ਨੇ, ਅਤੇ ਮੈਂ ਤੁਹਾਨੂੰ ਤੁਹਾਡੀ ਕੌਮ ਦਾ ਭਵਿੱਖ ਦੱਸ ਦਿਆਂਗਾ। ਹੁਣ ਸਾਡੇ ਸਾਹਮਣੇ ਜਿਹੜੀ ਪ੍ਰੋਬਲਮ ਬਣੀ ਪਈ ਆ ਉਹ ਤਾਂ ਚੱਕ ਲਓ ਰਿਵਾਲਵਰ ਰਫਲਾਂ, ਕਬਜ਼ਾ ਲੈਣਾ ਏ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਬੱਚਿਆਂ ਦੇ ਅੰਦਰ ਜਿਹੜੀਆਂ ਬਚਪਨ ਤੋਂ ਭਰੀਆਂ ਜਾ ਰਹੀਆਂ, ਜਿਹੜੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਉਕਸਾਊ ਗਾਣੇ, ਜਿਹੜੇ ਭਾਵਨਾਤਮਕ ਤੌਰ 'ਤੇ ਬੱਚਿਆਂ ਨੂੰ ਜਦੋਂ ਬੜੀਆਂ ਵਧੀਆ ਲੋਰੀਆਂ ਅਤੇ ਸਾਖੀਆਂ ਸੁਣਾਉਣ ਦੀ ਲੋੜ ਹੁੰਦੀ ਆ, ਉਦੋਂ ਸਾਡੇ ਬੱਚੇ ਜਿਹੜੇ ਆ ਉਹ ਖੁਦ ਮਤਲਬ ਆਪਣਾ ਸਰਚ ਕਰਕੇ ਅਤੇ ਗਾਣੇ ਸੁਣ ਰਹੇ ਨੇ। ਤਾਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦਾ ਪ੍ਰਭਾਵਸ਼ਾਲੀ ਜਿਹੜਾ ਆਧਾਰ ਬਣਾਉਣਾ ਬੱਚਿਆਂ ਨੂੰ ਉਹਨਾਂ ਬਾਰੇ ਦੱਸ ਕੇ ਬੜਾ ਜ਼ਰੂਰੀ ਹੁੰਦਾ। ਪਰ ਇੱਥੇ ਇੱਕ ਪ੍ਰੋਬਲਮ ਦੂਸਰੇ ਪਾਸੇ ਇਹ ਵੀ ਰਹਿੰਦੀ ਹੈ, ਦੇਖੋ ਇਹ ਵੀ ਸਾਡੀ ਕੌਮ ਦੀ ਤਰਾਸਦੀ ਆ, ਜਦੋਂ ਅਸੀਂ ਨਹੀਂ ਸੰਭਾਲਦੇ ਜਾਂ ਉਹਨਾਂ ਨੂੰ ਸਹੀ ਰੂਪ ਵਿੱਚ ਰੂਪਾਂ ਨਹੀਂ ਕਰਦੇ ਉਹਨਾਂ ਦੇ ਕਰੈਕਟਰ ਨੂੰ ਆਪਣੇ ਜੂਹ ਦੇ ਵਿੱਚ, ਤਾਂ ਜਿਵੇਂ ਆ ਤਾਂ ਸਾਡਾ ਵਿਸ਼ਾ ਵੀ ਆ
ਸਾਡੀਆਂ ਉਹਨੀਆਂ ਸੈਕਸ ਸੈਲੀਬ੍ਰਿਟੀਜ਼ ਨੂੰ ਮਤਲਬ ਜਿਹੜੀ ਸਟੇਟ ਆ ਐਜ ਏ ਸਟੇਟਮੈਨ ਵਰਤ ਜਾਂਦੀ, ਉਹ ਫਿਰ ਜਦੋਂ ਉਹਨਾਂ ਨੂੰ ਆਪਣੇ ਘਰ ਕੋਈ ਨਹੀਂ ਸਾਂਭਦਾ। ਦੇਖੋ ਸਾਡੇ ਘਰਾਂ 'ਚ ਵੀ ਕੋਈ ਨਾਰਾਜ਼ਗੀ ਹੋ ਜੇ, ਕੋਈ ਮੈਂਬਰ ਸੰਤੁਸ਼ਟ ਨਾ ਹੋਵੇ ਉਹਨੂੰ ਮਿਲਦੇ ਮਾਣ ਸਨਮਾਨ ਤੋਂ, ਤਾਂ ਉਹ ਕਿਤੇ ਨਾ ਕਿਤੇ ਕੋਈ ਸਹਾਰਾ ਲੱਭ ਕੇ ਅਤੇ ਉੱਧਰ ਨੂੰ ਹੋ ਤੁਰਦਾ। ਤਾਂ ਇਸੇ ਤਰ੍ਹਾਂ ਇੱਕ ਨਹੀਂ ਬੜੀਆਂ ਐਗਜ਼ਾਮਪਲਸ ਹੈਗੀਆਂ ਨੇ ਸਾਡੇ ਸਾਹਮਣੇ ਹਿਸਟੋਰੀਕਲੀ, ਦੇਸ਼ ਦੀ ਆਜ਼ਾਦੀ ਵੇਲੇ ਵਾਪਰਿਆ, ਭਗਤ ਸਿੰਘ ਨਾਲ ਵਾਪਰਿਆ, ਹੋਰ ਬੜੇ ਸੂਰਬੀਰ ਮਹਾਂ ਯੋਧਿਆਂ ਨਾਲ ਵਾਪਰਿਆ, ਵੀ ਜਦੋਂ ਘਰ ਆਏ ਉਹਨਾਂ ਨੂੰ ਨਹੀਂ ਸਾਂਭਿਆ ਗਿਆ ਤਾਂ ਉਹ ਫਿਰ ਸਟੇਟ ਦੀ ਝੋਲੀ 'ਚ ਪੈ ਗਏ। ਇਸੇ ਤਰ੍ਹਾਂ ਦਾ ਇੱਕ ਮਤਲਬ ਅਧਿਆਏ ਮਿਲਖਾ ਸਿੰਘ ਦੀ ਪਰਸਨੈਲਿਟੀ ਨਾਲ ਵੀ ਜੁੜਦਾ ਹੈ ਕਿ ਕਿਤੇ ਨਾ ਕਿਤੇ ਇਹ ਗੱਲ ਮੰਨੀ ਜਾਂਦੀ ਆ ਕਿ ਉਹ ਸੈਂਟਰ ਦੇ ਵਾਲੇ ਪਾਸੇ ਉਹਨਾਂ ਦਾ ਝੁਕਾਅ ਰਿਹਾ, ਪੰਜਾਬ ਵਾਸਤੇ ਉਹਨਾਂ ਨੇ ਬਹੁਤ ਘੱਟ ਕੰਮ ਕੀਤਾ ਜਦੋਂ ਕਿ ਉੱਥੇ ਬੜੀ ਜ਼ਰੂਰਤ ਸੀਗੀ ਉਹਨਾਂ ਦੀ। ਉਹਦਾ ਕਾਰਨ ਅਸੀਂ ਵੀ ਹਾਂ, ਅਸੀਂ ਲੋਕ ਵੀ ਅਤੇ ਸਾਡੀ ਸਟੇਟ ਵੀ ਅਤੇ ਸਾਡੇ ਜਿਹੜੇ ਐਨ ਜੀ ਓ ਜਾਂ ਜਿਹੜੇ ਸਾਡੇ ਸਮਾਜ ਦੇ ਕਰਤਾ ਧਰਤਾ ਜਾਂ ਚਿਹਰਾ ਹੁੰਦੇ ਨੇ, ਅਤੇ ਉਹਨਾਂ ਦੇ ਨਾਲ ਨਾਲ ਜਿਹੜਾ ਸਾਡਾ ਸਭ ਤੋਂ ਵੱਡਾ ਦੁਖਾਂਤ ਰਿਹਾ ਉਹ ਇਹ ਆ, ਕਿਉਂਕਿ ਜਦੋਂ ਕਿਸੇ ਕੌਮ ਨਾਲ ਕੋਈ ਵੱਡਾ ਮਸਲਾ ਮੁੱਦਾ ਦੁਖਦਾਈ ਜੁੜਿਆ ਹੁੰਦਾ ਤਾਂ ਇਹ ਜ਼ਰੂਰ ਦੇਖਿਆ ਜਾਂਦਾ ਵੀ ਉਸ ਸੰਬੰਧੀ ਉਸ ਸ਼ਖਸੀਅਤ ਦੇ ਕੀ ਵਿਚਾਰ ਸੀਗੇ ਜਿਹਦੇ ਬਾਰੇ ਅਸੀਂ ਅੱਜ ਵਿਚਾਰ ਚਰਚਾ ਕਰ ਰਹੇ। ਤਾਂ ਇਹ ਗੱਲ ਕੱਲ੍ਹ ਤੋਂ ਹੀ ਜਦੋਂ ਉਹ ਇਸ ਦੁਨੀਆਂ ਤੋਂ ਗਏ ਰੁਖਸਤ ਹੋਏ, ਦੁਖਦਾਈ ਅਧਿਆਇ ਆ, ਹਰ ਇੱਕ ਨੇ ਜਾਣਾ ਵਾ, ਕਿਸੇ ਵੀ ਉਹ ਭਾਵੇਂ ਸੈਲੀਬ੍ਰਿਟੀ ਹੋਵੇ ਭਾਵੇਂ ਆਮ ਬੰਦਾ ਹੋਵੇ, ਪਰ ਉਹਨਾਂ ਦਾ ਜਾਣਾ ਸਾਡੇ ਸਮਾਜ ਵਾਸਤੇ ਬੜਾ ਦੁਖਦਾਈ। ਪਰ ਇਹ ਗੱਲ ਕੱਲ੍ਹ ਤੋਂ ਹੀ ਆਪਣਾ ਜਿਹੜੀ ਆ ਸਮਾਜਿਕ ਮਾਧਿਅਮ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਸੀ ਕਿ 84 ਦੇ ਮੁੱਦੇ 'ਤੇ ਮਿਲਖਾ ਸਿੰਘ ਨੇ ਇੰਦਰਾ ਗਾਂਧੀ ਨੂੰ ਮਤਲਬ ਜਿਹੜਾ ਸਹੀ ਠਹਿਰਾਇਆ ਸੀ ਅਤੇ ਉਸ ਅਟੈਕ ਨੂੰ ਸਹੀ ਠਹਿਰਾਇਆ ਸੀ, ਜਿਸ ਕਰਕੇ ਕਿਤੇ ਨਾ ਕਿਤੇ ਜਿਹੜੀਆਂ ਸਿੱਖ ਭਾਵਨਾਵਾਂ ਨੇ ਉਹ ਕਿਤੇ ਨਾ ਕਿਤੇ ਮਤਲਬ ਆਪਣਾ ਆਪ ਨੂੰ ਇਸ ਪੱਧਰ 'ਤੇ ਜਦੋਂ ਮਹਿਸੂਸ ਕਰਦੀਆਂ ਅਤੇ ਉਹ ਇੱਕ ਸ਼ਿਕਵਾ ਰੱਖਦੀਆਂ ਉਸ ਸ਼ਖਸੀਅਤ ਦੇ ਨਾਲ। ਬਿਲਕੁਲ, ਇੱਥੇ ਇੱਕ ਗੱਲ ਵੀ ਦੱਸਣੀ ਮੈਂ ਜ਼ਰੂਰ ਜ਼ਰੂਰੀ ਸਮਝਾਂਗੀ ਸੁਖਵੀਰ ਸਿੰਘ ਜੀ, ਕਿ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਸੀ ਅਤੇ ਜਦੋਂ ਉਹਨਾਂ ਨੂੰ ਅਰਜਨ ਅਵਾਰਡ ਦੇਣ ਦੀ ਦੇਣਾ ਸੀ, ਉਹਨਾਂ ਨੂੰ ਮਿਲਣਾ ਸੀ ਅਰਜਨ ਅਵਾਰਡ, ਅਤੇ ਉਹਨਾਂ ਨੇ ਉਹਨੂੰ ਲੈਣ ਤੋਂ ਨਾ ਕਰ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਜਿਹੜੇ ਅਵਾਰਡਸ ਨੇ ਉਹ ਇਸ ਤਰ੍ਹਾਂ ਵੰਡੇ ਜਾ ਰਹੇ ਨੇ ਕਿ ਜਿਸ ਤਰ੍ਹਾਂ ਪ੍ਰਸ਼ਾਦ ਵੰਡੇ ਜਾ ਰਹੇ ਆ, ਕਿਉਂਕਿ ਫਿਲਮ ਬਣਨੀ ਸੀਗੀ ਤੇ ਉਹਨਾਂ ਨੇ ਆਪਣੀ ਫਿਲਮ ਦੇ ਵਜਾਨੇ ਵਿੱਚ ਸਿਰਫ 1 ਰੁਪਈਆ ਜਿਹੜਾ ਵਾ ਉਹ ਮਤਲਬ ਆਪਣਾ ਲਿਆ ਸੀਗਾ। ਇਹ ਇਸ ਪੱਖ ਤੋਂ ਉਹਨਾਂ ਦੀ ਸ਼ਖਸੀਅਤ ਨੋ ਡਾਊਟ ਵੀ ਕਿਸੇ ਤਰ੍ਹਾਂ ਦਾ ਕਾਮਨਾ ਨਹੀਂ ਸੀਗੀ, ਉਹਨਾਂ ਦੀ ਸੰਤੁਸ਼ਟ ਸੀਗੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਮੈਂ ਜਿਹੜੀ ਗੱਲ ਦੱਸੀ ਕੌਮ ਦੇ ਦਰਦ ਦੀ, ਉਹ ਇੱਕ ਪੱਖ ਹੈ, ਉਹ ਸਿਰਫ ਇੱਕ ਪੱਖ ਹੈ, ਉਸ ਤੋਂ ਇਲਾਵਾ ਉਹਨਾਂ ਦੀ ਸ਼ਖਸੀਅਤ ਵਿੱਚ ਬੜੀ ਵੱਡੀ ਪ੍ਰੇਰਣਾਮਈ ਉਹਨਾਂ ਦੀ ਮਤਲਬ ਜਿਹੜੀ ਇੱਕ ਸ਼ਖਸੀਅਤ ਹੈਗੀ ਆ ਜਿਹਨੂੰ ਲੋਕ ਮਤਲਬ ਓਪਨਲੀ ਮਤਲਬ ਐਡਮਿਟ ਕਰਦੇ। ਹਾਂਜੀ, ਨਹੀਂ ਉਹ ਮੈਂ ਉਸੇ ਗੱਲ ਤੇ ਆਉਣ ਲੱਗੀ ਸੀ ਸੁਖਵੀਰ ਸਿੰਘ ਜੀ, ਕਿ ਵੇਖੋ ਕਿੰਨੀ ਉਹਨਾਂ ਦੀ ਮਤਲਬ ਕਿ ਚੰਗੀ ਸੋਚ ਸੀ ਹੈ। ਉਹਨਾਂ ਨੇ ਕਿਹਾ ਕਿ ਅਵਾਰਡ ਉਹਨੂੰ ਮਿਲਣਾ ਚਾਹੀਦਾ ਜਿਹੜਾ ਐਕਚੁਅਲੀ ਉਸ ਉਹਦੇ ਕਾਬਲ ਹੋਵੇ, ਕਿ ਸਿਰਫ ਇਸ ਤਰ੍ਹਾਂ ਹੀ ਤੁਸੀਂ ਅਵਾਰਡ ਨਾ ਵੰਡ ਦਿਓ ਕਿ ਅਵਾਰਡ ਦੀ ਕੋਈ ਮੁਕਤ ਨਾ ਰਵੇ, ਕੋਈ ਵੈਲਿਊ ਨਾ ਰਵੇ। ਤੇ ਇਹੋ ਜਿਹੇ ਇਨਸਾਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜੇ ਉਹ 84 ਦੇ ਮਾਮਲੇ ਵਿੱਚ ਜਾਂ ਉਹਨਾਂ ਦੀ ਕਿਉਂਕਿ ਸੈਂਟਰ ਤੱਕ ਪਹੁੰਚ ਸੀ, ਤੇ ਜੇ ਉਹ ਸਿੱਖਾਂ ਦੇ ਹੱਕ ਵਿੱਚ ਬੋਲਦੇ ਤੇ ਸ਼ਾਇਦ ਉਹਨਾਂ ਦੀ ਸ਼ਖਸੀਅਤ ਨੂੰ ਇੱਕ ਹੋਰ ਚਾਰ ਚੰਦ ਲੱਗਦਾ। ਜਿਹੜਾ ਅੱਜ ਸਿੱਖ ਕੌਮ ਜਿਹੜੀ ਸ਼ਿਕਵਾ ਕਰਦੀ ਆ ਉਹਨਾਂ ਦੇ ਨਾਲ, ਉਹ ਵੀ ਸ਼ਿਕਵਾ ਨਾ ਹੁੰਦਾ ਤੇ, ਪਰ ਸਾਨੂੰ ਅਫਸੋਸ ਹੈ ਕਿ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ, ਔਰ ਖਾਸ ਕਰਕੇ ਕਿ ਕੋਵਿਡ ਕਰਕੇ ਉਹਨਾਂ ਨੂੰ ਇਹ ਜਿਹੜਾ ਇਸ ਦੁਨੀਆਂ ਤੋਂ ਰੁਖਸਤ ਹੋਣਾ ਪਿਆ। ਤੇ ਸਾਡੇ ਵਾਸ ਸਾਡੇ ਵੱਲੋਂ ਸਾਰੀ ਸਾਂਝੀਵਾਸ ਦੀ ਟੀਮ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ। ਗੱਲਾਂ ਕਰਦੇ ਹਾਂ ਆਪਣੇ ਟੋਪਿਕ 'ਤੇ ਵਾਪਸ ਆਉਂਦੇ ਹਾਂ ਕਿ ਪੁਲਿਸ ਮੁਕਾਬਲੇ ਜਿਹੜੇ ਹੁੰਦੇ ਨੇ ਸਾਰੇ ਦੇਸ਼ ਵਿੱਚ ਹੀ ਸੁਖਬੀਰ ਜੀ ਹੁੰਦੇ ਨੇ, ਪਰ ਕੀ ਇਹ ਸੱਚੀ ਜਿਹੜਾ ਇੱਕ ਪੁਲਿਸ ਮੁਕਾਬਲਿਆਂ ਦੇ ਨਾਲ ਝੂਠਾ ਸ਼ਬਦ ਲੱਗ ਜਾਂਦਾ ਕਿ ਝੂਠੇ ਜਿਹੜੇ ਪੁਲਿਸ ਮੁਕਾਬਲੇ ਨੇ ਉਹ ਹੁੰਦੇ ਨੇ, ਤੇ ਕਿਤੇ ਨਾ ਕਿਤੇ ਇਹ ਵੀ ਮਹਿਸੂਸ ਕੀਤਾ ਜਾਂਦਾ ਕਿ ਦੂਸਰੇ ਦੇਸ਼ਾਂ ਨਾਲੋਂ ਭਾਰਤ ਵਿੱਚ ਇਹ ਝੂਠੇ ਜਿਹੜੇ ਪੁਲਿਸ ਮੁਕਾਬਲੇ ਨੇ ਉਹ ਜ਼ਿਆਦਾ ਹੁੰਦੇ ਨੇ, ਤੁਸੀਂ ਇਹਨਾਂ ਦਾ ਕੀ ਕਾਰਨ ਸਮਝਦੇ ਹੋ? ਦੇਖੋ ਇਹਦਾ ਇਤਿਹਾਸਿਕ ਪੱਖ ਜੇ ਦੇਖੀਏ ਉਹ ਤੇ ਬੜਾ ਲੰਬਾ ਚੌੜਾ, ਉਹ ਤੇ 17ਵੀਂ ਸਦੀ 'ਚ ਸ਼ੁਰੂ ਹੋ ਜਾਂਦਾ ਕਿ ਜਿਹੜੀ ਸਟੇਟ ਆ ਉਹ ਆਪਣੇ ਜਿਹੜੇ ਓਪੋਨੈਂਟਸ ਹੁੰਦੇ ਨੇ ਜਿਹੜੇ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਹੁੰਦੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਿਪ ਕਰਦੇ ਆ, ਉਹ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਮਾਰੇ, ਭਾਵੇਂ ਐਜ ਏ ਸਟੇਟ ਉਹਨੂੰ ਮਤਲਬ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰੇ। ਇੱਕ ਓਪਰੇਸ਼ਨ ਕੁਆਰਾਡੋਰ ਹੋਇਆ ਸੀਗਾ ਜਿਹਦੇ ਵਿੱਚ
60 ਤੋਂ 80,000 ਲੋਕ ਮਾਰ ਦਿੱਤੇ ਗਏ ਸੀ ਵਿਦਾਊਟ ਐਨੀ ਰੀਜ਼ਨ, ਬਿਨਾਂ ਕੁਝ ਦੱਸੇ ਪੁੱਛੇ ਉਹਨਾਂ ਦੀ ਕਿਲਿੰਗ ਹੋਈ। ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਵੀ ਇੱਕ ਆਪਰੇਸ਼ਨ ਕਾਰਟੋਸ ਹੋਇਆ ਸੀਗਾ, ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਮਤਲਬ ਮਾਰ ਦਿੱਤਾ ਗਿਆ ਸੀਗਾ। ਸਿਰਫ ਸਟੇਟ ਨੇ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਅੰਦੋਲਨ ਦੀ ਆਵਾਜ਼ ਨੂੰ ਖਤਮ ਕਰਨਾ ਹੁੰਦਾ। ਤਾਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਸਾਡੀ ਸਟੇਟ ਦੇ ਵਿੱਚ ਵਾਪਰਦੀਆਂ ਨੇ, ਉਹ ਸਿਰਫ ਭਾਰਤ ਵਿੱਚ ਨਹੀਂ ਬਾਹਰਲੇ ਦੇਸ਼ਾਂ 'ਚ ਮਤਲਬ ਕੋਈ 2 ਦਰਜਨ ਤੋਂ ਉੱਪਰ ਦੇਸ਼ਾਂ ਦੇ ਨਾਮ ਇੱਥੇ ਲੈ ਸਕਦਾ, ਬ੍ਰਾਜ਼ੀਲ, ਇਜਿਪਟ, ਆਪਣਾ ਰਸ਼ੀਆ, ਬੈਰਾਲੂਸ, ਵੀਅਤਨਾਮ, ਪਾਕਿਸਤਾਨ, ਇੰਡੋਨੇਸ਼ੀਆ, ਇਜ਼ਰਾਈਲ, ਇਰਾਕ, ਇਰਾਨ, ਮਤਲਬ ਇੱਥੇ ਦਰਜਨਾਂ ਦੇਸ਼ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀਆਂ ਐਕਸਟਰਾ ਕਿਲਿੰਗਸ ਹੁੰਦੀਆਂ ਨੇ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੁੰਦੀਆਂ, ਐਕਸਟਰਾ ਜੁਡੀਸ਼ੀਅਲ ਮਰਡਰਸ ਹੁੰਦੇ ਨੇ ਜਿਹੜੇ ਸਟੇਟ ਦੇ ਥਰੂ ਹੁੰਦੇ ਨੇ, ਜਿੱਥੇ ਸਟੇਟ ਸੋਚਦੀ ਹੈ ਕਿ ਨਹੀਂ ਇਹ ਬੰਦਾ ਅਸੀਂ ਨਹੀਂ ਬਖਸ਼ਣਾ, ਇਸ ਬੰਦੇ ਨੂੰ ਕਿਸੇ ਕੀਮਤ 'ਤੇ ਵੀ ਅਸੀਂ ਖਤਮ ਕਰਨਾ ਹੈ, ਕਿ ਸਟੇਟ ਦੇ ਖਿਲਾਫ ਸਾਡੇ ਇੱਕ ਡਰ ਪੈਦਾ ਹੋ ਰਿਹਾ। ਹੁਣ ਸਵਾਲ ਜਿਹੜਾ ਮੇਨ ਹੈਗਾ ਸਾਡਾ ਕਿ ਸਿਰਫ ਭਾਰਤ ਵਿੱਚ ਹੀ ਕਿਉਂ ਹੁੰਦੇ ਨੇ। ਦੇਖੋ ਇੱਕ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਜਿਹੜਾ ਭਾਰਤ ਦੇਸ਼ ਆ ਉਹਦੇ ਵਿੱਚ ਕਿਉਂ ਹੁੰਦੇ ਨੇ, ਕਿਉਂਕਿ ਸਾਡੀ ਨਾ ਡੈਮੋਕ੍ਰੇਸੀ ਸ਼ਮਾ ਜੀ ਬੜੀ ਵੱਡੀ ਹੈ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਾਡੀ ਆ, ਅਤੇ ਇਸ ਕਰਕੇ ਅਸੀਂ ਜਿਹੜਾ ਵਾ ਉਹ ਬੰਦਾ ਛੇਤੀ ਮਾਰ ਦਿੰਦੇ ਹਾਂ। ਇੱਥੇ ਸਿਰਫ ਪੰਜਾਬ 'ਚ ਨਹੀਂ, ਪੰਜਾਬੋਂ ਬਾਹਰ ਅਸੀਂ ਦੇਖੀਏ ਗੁਜਰਾਤ 'ਚ ਬਹੁਤ ਵਾਰ ਆਪਣਾ ਕੇਸ ਹੋਏ ਨੇ ਜਿਹੜੇ ਕੇਸਾਂ ਵਿੱਚ ਸਾਬਤ ਹੋਇਆ ਬਾਅਦ 'ਚ, ਝੂਠਾ ਸ਼ਬਦ ਕਿਉਂ ਜੁੜਦਾ, ਬਾਅਦ ਵਿੱਚ ਸਾਬਤ ਹੁੰਦਾ ਵਾ ਜਦੋਂ ਜੁਡੀਸ਼ਰੀ ਦੀ ਨਜ਼ਰ ਥੱਲਿਓਂ ਲੰਘਦੀ ਹੈ ਚੀਜ਼। ਦੇਖੋ ਕਿ ਰਾਈਟ ਟੂ ਬੀ ਹੇਅਰ ਸਾਨੂੰ ਕਾਨੂੰਨੀ ਤੌਰ 'ਤੇ ਮਿਲਿਆ ਹੋਇਆ, ਸਾਨੂੰ ਪ੍ਰਜੰਪਸ਼ਨ ਆਫ ਇਨੋਸੈਂਸ ਐਵੀਡੈਂਸ ਐਕਟ ਦੇ ਅੰਡਰ ਮੰਨੀ ਗਈ, ਪ੍ਰਜੰਪਸ਼ਨ ਆਫ ਇਨੋਸੈਂਸ ਵੀ ਬੰਦਾ ਜਿਹੜਾ ਨਿਰਦੋਸ਼ ਵੀ ਹੋ ਸਕਦਾ। ਪੁਲਿਸ ਏਜੰਸੀ ਇੰਨੀ ਇਮਾਨਦਾਰ ਨਹੀਂ, ਇੰਨੀ ਪੁਖਤਾ ਨਹੀਂ, ਇੰਨੀ ਜਿਹੜੀ ਆ ਉਹ ਬੋਨਾਫਾਈਡ ਨਹੀਂ ਕੰਮ ਕਰਦੀ ਕਿ ਅਸੀਂ ਉਹ 'ਤੇ ਇੰਨਾ ਟਰੱਸਟ ਕਰ ਸਕੀਏ ਕਿ ਉਹ ਮਤਲਬ ਹਰ ਬੰਦੇ 'ਤੇ ਦਰਜ ਕਰਨ ਵਾਲੀ FIR ਜਿਹੜੀ ਉਹ ਬਿਲਕੁਲ ਸਹੀ ਹੁੰਦੀ, ਕੋਈ ਪ੍ਰੋਬ ਨਹੀਂ ਹੁੰਦੀ, ਇੰਕੁਆਇਰੀ ਨਹੀਂ ਹੁੰਦੀ ਜਿਸ ਤਰ੍ਹਾਂ ਪੋਲੀਟੀਕਲੀ ਕੇਸ ਹੁੰਦੇ ਨੇ। ਤਾਂ ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ, ਗੁਜਰਾਤ ਦੇ ਵਿੱਚ ਮੈਂ ਕੇਸ ਤੁਹਾਡੇ ਕੋਲ ਨਾ ਕੋਡ ਕਰਨਾ ਚਾਹੁੰਦਾ, ਇੱਕ ਸੁਹਰਾਬੁਦੀਨ ਦਾ ਆਪਣਾ ਜਿਹੜਾ ਉਹ ਮਰਡਰ ਹੋਇਆ ਸੀਗਾ, ਮਰਡਰ ਸ਼ਬਦ ਮੈਂ ਇਸ ਕਰਕੇ ਵਰਤ ਰਿਹਾ ਕਿਉਂਕਿ ਦੈਟ ਵਾਜ ਆਲਸੋ ਐਕਸਟਰਾ ਜੁਡੀਸ਼ੀਅਲ ਕਿਲਿੰਗ, ਉਹ ਮਰਡਰ ਇਸ ਕਰਕੇ ਸਾਬਤ ਹੋਇਆ ਬਾਅਦ 'ਚ, ਉਹ 2005 ਦੇ ਵਿੱਚ ਜਿਹੜਾ ਕੇਸ ਹੋਇਆ ਅਤੇ ਉਹ ਬੰਦੇ ਨੂੰ ਪੁਲਿਸ ਨੇ ਇਨਕਾਊਂਟਰ ਕਰਕੇ ਮਾਰ ਦਿੱਤਾ। ਤਾਂ 2018 ਦੇ ਵਿੱਚ ਉਹਦੇ ਨਾਲ ਦੇ 22 ਬੰਦੇ ਜਿਹੜੇ ਉਹਦੇ ਨਾਲ ਕੋ ਅਕਿਊਜ਼ ਸੀਗੇ, ਜਿਹੜੇ ਨਾਲ ਦੇ ਦੋਸ਼ੀ ਸੀਗੇ, ਉਹ ਬਰੀ ਹੋ ਗਏ। ਜਦੋਂ ਉਹਦੇ ਕੋ ਅਕਿਊਜ਼ ਬਰੀ ਹੋ ਰਹੇ ਨੇ ਤਾਂ ਇੱਕ ਬੰਦੇ ਨੂੰ ਇਨਕਾਊਂਟਰ ਕਰਕੇ ਮਾਰ ਦੇਣਾ ਇਹ ਦੱਸਣ ਵਾਸਤੇ ਕਿ ਇਹ ਬੰਦਾ ਸਟੇਟ ਲਈ ਥ੍ਰੈਟ ਸੀਗਾ, ਤਾਂ ਬੇਸਿਕ ਚੀਜ਼ ਜਿਹੜੀ ਇਹਦੇ ਵਿੱਚ ਵਾਰੀ ਜਿਹੜੀ ਪੁਲਿਸ ਵੱਲੋਂ ਵਰਤੀ ਜਾਂਦੀ ਹੈ, ਸਟੇਟ ਵੱਲੋਂ ਵਰਤੀ ਜਾਂਦੀ। ਇੱਕ ਮੈਂ ਇੱਕ ਗੱਲ ਸਪਸ਼ਟ ਕਰ ਰਿਹਾ, ਇਹ ਇਕੱਲਾ ਪੁਲਿਸ ਨਹੀਂ ਕਰਦੀ, ਪੁਲਿਸ ਨੂੰ ਇਕੱਲੀ ਨੂੰ ਦੋਸ਼ੀ ਨਹੀਂ ਸਮਝਿਆ ਜਾ ਸਕਦਾ, ਉਹਨੂੰ ਦੋਸ਼ੀ ਇਸ ਕਰਕੇ ਨਹੀਂ ਸਮਝਿਆ ਜਾ ਸਕਦਾ ਕਿ ਇਹ ਸਟੇਟ ਦੇ ਏਜੰਡੇ 'ਤੇ ਹੁੰਦਾ, ਸਟੇਟ ਦੇ ਏਜੰਡੇ ਨਾਲ ਹੀ ਇਹ ਗੱਲ ਵਾਪਰਦੀ ਆ, ਸਟੇਟ ਦੇ ਏਜੰਡੇ ਤੋਂ ਬਿਨਾਂ ਇਹ ਗੱਲਾਂ ਨਹੀਂ ਵਾਪਰਦੀਆਂ। ਦੇਖੋ ਅਸੀਂ ਸਰਕਮਸਟਾਂਸ਼ੀਅਲ ਜਿਹੜੀ ਕੰਟਰੋਵਰਸ਼ੀਅਲ ਮਤਲਬ ਵੀ ਆਪਣਾ ਸਰਕਮਸਟਾਂਸਿਸ ਹੁੰਦੇ, ਤਾਂ ਉੱਥੇ ਅਸੀਂ ਜੁਡੀਸ਼ਰੀ 'ਤੇ ਵਿਸ਼ਵਾਸ ਕਰਨ ਦੀ ਬਜਾਏ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪੁਲਿਸ ਇਸ ਬੰਦੇ ਨੂੰ ਖਤਮ ਕਰੇ। ਮੈਂ ਕਹਿੰਦਾ ਵੀ ਕਿੰਨਾ ਵੀ ਖੂੰਖਾਰ ਬੰਦਾ ਕਿਉਂ ਨਾ ਹੋਵੇ, ਕੀ ਅਸੀਂ ਅਜਮਲ ਕਸਾਬ ਨੂੰ ਆਪਣੇ ਘਰ 'ਚ ਰੱਖ ਕੇ ਟ੍ਰਾਇਲ ਨਹੀਂ ਦਿੱਤਾ, ਫਿਰ ਅਸੀਂ ਇਹ ਕਹਿ ਸਕਦੇ ਹਾਂ ਫਿਰ ਟ੍ਰਾਇਲ ਨਹੀਂ ਦਿੱਤਾ? ਜੇ ਅਸੀਂ ਉਸਨੂੰ ਟ੍ਰਾਇਲ ਦਿੱਤਾ ਅਤੇ ਆਫਟਰ ਟ੍ਰਾਇਲ ਉਸ ਬੰਦੇ ਨੂੰ ਫਾਂਸੀ ਚਾੜਿਆ, ਤਾਂ ਉਸ ਬੰਦੇ ਦੇ ਟ੍ਰਾਇਲ 'ਤੇ ਕਰੋੜਾਂ ਰੁਪਇਆ ਲੱਗਾ। ਜਿਹੜਾ ਬੰਦਾ ਦੂਸਰੇ ਦੇਸ਼ ਦਾ ਵਾਸੀ ਸਾਡੇ ਦੇਸ਼ 'ਚ ਆ ਕੇ ਆਤੰਕੀ ਹਮਲਾ ਕਰਦਾ, ਤਾਂ ਸਪਸ਼ਟ ਰੂਪ ਵਿੱਚ, ਅਤੇ ਉੱਥੇ ਇੱਕ ਗੱਲ ਹੋਰ ਸਪਸ਼ਟ ਕਰਦੇ ਹਾਂ, ਜਿਹੜਾ ਅਸੀਂ 84 ਦੇ ਮੁੱਦੇ 'ਤੇ ਗੱਲ ਕਰਕੇ ਹਟੇ ਪਿਛਲੇ ਦਿਨ, ਇੱਕ ਤਾਜ ਪੈਲਸ, ਤਾਜ ਹੋਟਲ ਨੂੰ ਬਚਾਉਣ ਲਈ ਹਰ ਯਤਨ ਕੀਤਾ ਗਿਆ ਸਰਕਾਰ ਵੱਲੋਂ, ਅਤੇ ਅਕਾਲ ਤਖ਼ਤ 'ਤੇ ਅਟੈਕ ਕਰਨ ਲੱਗਿਆ, ਘੜੀ ਨਾ ਸੋਚਿਆ ਗਿਆ। ਗੱਲਾਂ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਤਾਂ ਇਹ ਸਾਡੇ ਜ਼ਖਮਾਂ ਨੂੰ ਹੋਰ ਹਰਾ ਕਰ ਦਿੰਦੀਆਂ ਨੇ। ਹੁਣ ਸਵਾਲ ਇਹ ਕਿ ਜਿਹੜਾ ਭਾਰਤੀ ਸਿਸਟਮ ਆ, ਭਾਰਤੀ ਨਿਆਇਕ ਸਿਸਟਮ ਆ, ਨਿਆਇਕ ਢਾਂਚਾ ਹੈ, ਜੇ ਉਹ ਜਰਜਰ ਆਏ, ਜੇ ਉਹ ਸਲੋ ਹੋਏ, ਉਹ ਸਹੀ ਪਰਫੋਰਮੈਂਸ ਨਹੀਂ ਦਿੰਦਾ ਪਿਆ, ਸਾਡੇ ਕੋਲ ਜੁਡੀਸ਼ਰੀ ਦੇ ਵਿੱਚ ਸਾਡੀ ਇਨਵੋਲਵਮੈਂਟ ਜਿਹੜੀ ਪੁਲਿਸ ਦੀ ਸਿੱਧੇ ਤੌਰ 'ਤੇ ਸਾਡੀ ਏਜੰਸੀ ਸਹੀ ਰਿਪੋਰਟਿੰਗ ਕਰਕੇ ਲੋਕਾਂ ਨੂੰ ਸਾਹਮਣੇ ਕੋਰਟ 'ਤੇ ਸਹੀ ਦੋਸ਼ੀਆਂ ਨੂੰ ਨਹੀਂ ਲਿਆ ਰਹੀ, ਜਾਂ ਸਾਡਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦੇ ਵਿੱਚ ਸਾਡੇ ਕੋਲ ਮਾਣਯੋਗ ਜੱਜਾਂ ਦੀ ਕਮੀ ਹੈ,
ਜੁਡੀਸ਼ੀਅਲ ਸਿਸਟਮ ਬੜਾ ਸਲੋ ਹੈ, ਸਾਲਾਂ ਦੇ ਸਾਲ ਲੱਗ ਜਾਂਦੇ ਨੇ ਕੇਸ ਲੜਦਿਆਂ, ਤਾਂ ਇਹ ਵੀ ਕਿਤੇ ਨਾ ਕਿਤੇ ਇਹਨੂੰ ਡਿਫੈਂਡ ਕੀਤਾ ਜਾਂਦਾ ਹੈ ਕਿ ਇਹ ਦੋਸ਼ੀ ਜੇ ਅਦਾਲਤਾਂ 'ਚ ਪੇਸ਼ ਕਰ ਦਿੱਤੇ ਜਾਂਦੇ ਤਾਂ ਇਹ ਬੰਦੇ ਕੁਝ ਸਮੇਂ ਬਾਅਦ ਬਰੀ ਹੋ ਜਾਂਦੇ। ਹੁਣ ਜਦੋਂ ਸਟੇਟ ਕਿਹੜੀ ਲੋਕਾਂ ਨੂੰ ਨਿਪ ਕਰਨ ਵਾਸਤੇ ਜੁਡੀਸ਼ਰੀ ਤੋਂ ਆਰਡਰ ਲੈ ਕੇ ਆਉਂਦੀ ਆ, ਤਾਂ ਫਿਰ ਉਹਨੂੰ ਅਸੀਂ ਇਹ ਕਿਵੇਂ ਮੰਨ ਲਈਏ? ਜਾਂ ਤਾਂ ਅਸੀਂ ਸਾਰੇ ਦਾ ਸਾਰਾ ਸਿਸਟਮ ਜਿਹੜਾ ਵਾ ਉਹ ਇੱਕ ਪਾਸੜ ਮੰਨ ਲਈਏ ਵੀ ਸਿਰਫ ਦੋਸ਼ੀ ਹੀ ਉਹਦੀ ਵਰਤੋਂ ਕਰਦੇ ਨੇ, ਕਿ ਸਰਕਾਰ ਉਹਨਾਂ ਹੱਥਕੰਡਿਆਂ ਨੂੰ ਵਰਤ ਕੇ ਜੁਡੀਸ਼ਰੀ ਦੀ ਅੱਖੀ ਘੱਟਾ ਪਾ ਕੇ ਉਹਨਾਂ ਲੋਕਾਂ ਨੂੰ ਆਪਣੇ ਸਰਕਾਰੀ ਵਕੀਲਾਂ ਰਾਹੀਂ ਨਹੀਂ ਬਚਾਉਂਦੀ? ਸਰਕਾਰ ਕੋਸ਼ਿਸ਼ ਨਹੀਂ ਕਰਦੀ ਜਿਹੜੇ ਲੋਕਾਂ ਨੂੰ ਉਹਨਾਂ ਨੇ ਵਰਤਿਆ ਹੁੰਦਾ? ਵੱਖਰੀ ਗੱਲ ਇਹ ਵੀ ਕੁਝ ਕੇਸਾਂ ਦੇ ਵਿੱਚ CBI ਦੀ ਇੰਕੁਆਇਰੀ ਹੋਈ, ਸੁਪਰੀਮ ਕੋਰਟ ਦੀ ਇੰਕੁਆਇਰੀ ਹੋਈਆਂ ਡਾਇਰੈਕਸ਼ਨ ਦੇ ਉੱਤੇ, ਉਹਦੇ ਵਿੱਚ ਕੁਝ ਲੋਕ ਸਾਹਮਣੇ ਆ ਗਏ। ਮੈਂ ਦੱਸ ਰਿਹਾ ਕਿ ਜਿਹੜਾ ਸੌਰਾਬੁਦੀਨ ਦਾ ਕੇਸ ਸੀਗਾ, ਜਦੋਂ ਬੰਦੇ ਬਰੀ ਹੋ ਗਏ ਤਾਂ ਫਿਰ ਉਸ ਬੰਦੇ ਦੇ ਮਰਡਰ ਨੂੰ ਕਿਹੜੇ ਖਾਤੇ 'ਚ ਪਾਵਾਂਗੇ, ਹਾਊ ਇਟ ਕੈਨ ਬੀ ਰਿਪੇਅਰਡ। ਇਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਇਹ ਕਿਤੇ ਨਾ ਕਿਤੇ ਬੜਾ ਦੁੱਖਦਾਈ ਹੁੰਦੀਆਂ ਨੇ। ਸਾਡੇ ਦੇਸ਼ ਵਿੱਚ ਹੀ ਕਿਉਂ ਵਾਪਰਦੇ ਨੇ ਮੈਂ ਦੱਸ ਦਿੱਤਾ ਕਿ ਜੇ ਜੁਡੀਸ਼ੀਅਲ ਸਿਸਟਮ ਸਾਡਾ ਪੁਖਤਾ ਨਹੀਂ ਹੈਗਾ ਤਾਂ ਇਹ ਨਹੀਂ, ਜੇ ਅਸੀਂ ਉਹਨੂੰ ਸਹੀ, ਪਹਿਲੀ ਗੱਲ ਤਾਂ ਇਹ ਕਿ ਉਹਨੂੰ ਸਹੀ ਮਾਹੌਲ ਨਹੀਂ ਦੇ ਸਕੇ ਤਾਂ ਬੰਦਾ ਐਂਟੀ ਗਵਰਨਮੈਂਟ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਹੋ ਗਿਆ। ਇਹ ਨਹੀਂ ਕਿ ਸਿਰਫ ਆਤੰਕਵਾਦੀਆਂ ਦਾ ਹੁੰਦਾ, ਨਹੀਂ, ਪੋਲੀਟੀਕਲੀ ਬਹੁਤ ਚੀਜ਼ਾਂ ਵਾਪਰਦੀਆਂ। ਮੈਂ ਇੱਕ ਕਿਤਾਬ ਦੀਆਂ ਇੱਕ ਆਰਟੀਕਲ ਛਪਿਆ ਹੋਇਆ ਹਿਊਮਨ ਰਾਈਟਸ ਦੇ ਸੰਬੰਧ ਵਿੱਚ, ਮੈਂ ਉਹਦੇ ਨਾਲ ਕੁਝ ਲਾਈਨਾਂ ਪੜ੍ਹ ਕੇ ਸੁਣਾਉਂਦਾ ਚਾਹੁੰਦਾ ਕਿ ਸਰਕਾਰ ਦੀ ਇਨਵੋਲਵਮੈਂਟ ਕਿਵੇਂ ਹੁੰਦੀ। ਹਿਊਮਨ ਰਾਈਟਸ ਕੁਆਟਰਲੀ ਇੱਕ ਮਤਲਬ ਆਪਣਾ ਜਿਹੜਾ ਛਪਦਾ ਹੈ ਮੈਗਜ਼ੀਨ, ਜਿਹਦੇ 'ਚ ਕਾਫਮੈਨ, ਪੈਟਸੀਅਮ ਐਂਡ ਵਿਸ਼ ਫੋਗ ਨੇ ਲਿਖਿਆ ਇੱਕ ਆਰਟੀਕਲ, ਉਹ ਕਹਿੰਦਾ ਓਵਰ ਦਾ ਪਾਸਟ ਡਿਕੇਡਸ ਐਕਸਟਰਾ ਜੁਡੀਸ਼ੀਅਲ ਐਗਜੀਕਿਊਸ਼ਨ ਹੈਜ਼ ਬਿਕਮ ਦਾ ਟੂਲ ਆਫ ਗਵਰਨਮੈਂਟਸ, ਸਰਕਾਰ ਦਾ ਹਥਿਆਰ ਨੇ। ਕਹਿੰਦਾ ਪਿਛਲੇ ਕੁਝ ਦਹਾਕਿਆਂ ਤੋਂ ਸਰਕਾਰ ਇਹਨੂੰ ਟੂਲ ਦੇ ਰੂਪ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਨੂੰ ਬਣਾ ਕੇ ਅਤੇ ਵਰਤ ਰਹੀ ਹੈ। ਗਵਰਨਮੈਂਟਸ ਵਿਦ ਪ੍ਰੀਕੇਰੀਅਸ ਫਿਊਚਰਸ, ਆਪੋਜੀਸ਼ਨ ਗਰੁੱਪਸ ਸਟਿਲ ਕੈਰੀ ਆਊਟ ਪੋਲੀਟੀਕਲ ਅਸੈਸੀਨੇਸ਼ਨ, ਬਟ ਬਾਏ ਮੀਨਸ ਆਫ ਐਕਸਟਰਾ ਜੁਡੀਸ਼ੀਅਲ ਐਗਜੀਕਿਊਸ਼ਨ ਗਵਰਨਮੈਂਟਸ ਹੈਵ ਡਿਸਪੋਜ ਆਫ ਥਾਊਜੈਂਡਸ ਆਫ ਰੀਅਲ ਔਰ ਇਮੈਜਨਰੀ ਪੋਲੀਟੀਕਲ ਐਨੀਮੀਜ਼। ਕਈ ਤਰ੍ਹਾਂ ਦੇ ਦੁਸ਼ਮਣ ਆਪਣੇ ਸਰਕਾਰਾਂ ਨੇ ਇਹਨੂੰ ਵਰਤ ਕੇ ਟੂਲ 'ਤੇ ਖਤਮ ਕਰ ਲਏ, ਸਰਕਾਰਾਂ ਉਹਨੂੰ ਆਪਣੇ ਤਰੀਕੇ ਨਾਲ ਵਰਤ ਲੈਂਦੀਆਂ ਨੇ, ਇਹ ਗੱਲਾਂ ਵਾਪਰਦੀਆਂ ਨੇ। ਸਰਕਾਰ, ਮੈਂ ਤਾਂ ਕਿਹਾ ਵੀ ਅਸੀਂ ਇਕੱਲਾ ਪੁਲਿਸ ਨੂੰ ਦੋਸ਼ੀ ਕਰ ਦਿੰਦੇ। ਮੈਂ ਇੱਕ ਥੋੜ੍ਹੇ ਦਿਨ ਪਹਿਲਾਂ ਦੀ ਮੇਰੇ ਕਿਸੇ ਸੱਜਣ ਨਾਲ ਡਿਸਕਸ਼ਨ ਹੋ ਰਹੀ ਸੀਗੀ, ਮੈਨੂੰ ਨਹੀਂ ਪਤਾ ਇਹ ਕਿੰਨੀ ਪੁਖਤਾ ਗੱਲਬਾਤ ਆ, ਜਨਰਲ ਗੱਲਬਾਤ ਸੀ, ਜਿਹਦੇ ਵਿੱਚ ਇਹ ਗੱਲ ਮੇਰੇ ਸਾਹਮਣੇ ਆਈ ਕਿ ਸੱਜਣ ਕਹਿ ਰਿਹਾ ਹੈ ਕਿ ਜਦੋਂ ਇਹ ਗੱਲ ਹੋਈ ਕਿ ਜਸਵੰਤ ਸਿੰਘ ਖਾਲੜਾ ਸਵੇਰੇ ਸਾਨੂੰ ਚਾਹੀਦਾ ਅਤੇ ਚਾਹੀਦਾ ਵੀ ਮਰਿਆ, ਮਾਰ ਕੇ ਲੈ ਕੇ ਆਓ, SSP ਮੌਕੇ ਦੇ ਅਫਸਰਾਂ ਨੂੰ ਸੱਦਦਾ, ਉਹਨਾਂ ਨਾਲ ਮੀਟਿੰਗ ਰੱਖਦਾ, ਤਾਂ ਹੁੰਦਾ ਕੀ ਇਹ? ਉਹ ਕਹਿੰਦੇ ਆ ਵੀ ਬੰਦਾ ਮਾਰਨਾ ਹੈ, ਸਾਨੂੰ ਟਾਈਮ ਤਾਂ ਦਿਓ। ਮਤਲਬ ਸਵਾਲ ਇਹ ਵੀ ਪੁਲਿਸ ਵਾਲੇ ਵੀ ਮਾਨਸਿਕ ਤੌਰ 'ਤੇ ਵਿਚਾਰੇ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਦੇ ਆ ਜਦੋਂ ਇਸ ਤਰ੍ਹਾਂ ਦਾ ਅੱਤਿਆਚਾਰ ਕਰਨਾ ਹੁੰਦਾ, ਤਾਂ ਉਹਨੂੰ ਜਦੋਂ SSP ਨੂੰ ਪਿੱਛੋਂ ਹਵਾ ਵੱਜ ਗਈ ਅਤੇ KPS ਗਿੱਲ ਚਾਹੁੰਦਾ ਵਾ ਕਿਸੇ ਵੀ ਕੀਮਤ 'ਤੇ ਕਿ ਬੰਦਾ ਮੈਨੂੰ ਚਾਹੀਦਾ, ਤਾਂ ਇਸ ਤਰ੍ਹਾਂ ਪੁਲਿਸ ਨੂੰ ਵੀ ਕਈ ਵਾਰ ਆਪਣੇ ਜਜ਼ਬਾਤਾਂ ਤੋਂ ਅੱਗੇ ਲੰਘ ਕੇ ਜਾ ਕੇ ਪੁਲਿਸ ਦਾ ਜਿਹੜਾ ਅਕਸ਼ਿਆ ਇਹ ਖਰਾਬ ਇਸ ਤਰ੍ਹਾਂ ਹੋਇਆ ਕਿ ਉਹ ਲੋਕ ਵੀ ਨਹੀਂ ਚਾਹੁੰਦੇ ਸਾਡੇ ਭੈਣ ਭਰਾ। ਤਾਂ ਪੁਲਿਸ ਨੂੰ ਇਸ ਤਰ੍ਹਾਂ ਸਰਕਾਰਾਂ ਨੇ ਵਰਤ ਕੇ, ਭਾਵੇਂ ਉਹ ਸੈਂਟਰ ਗੌਰਮੈਂਟ ਹੋਵੇ ਭਾਵੇਂ ਸਟੇਟ ਗੌਰਮੈਂਟ ਹੋਵੇ, ਜਦੋਂ ਵੀ ਇਹ ਚੀਜ਼ਾਂ ਵਾਪਰੀਆਂ, ਇਹ ਅਸੀਂ ਦੇਖ ਲਈਏ ਕਿ ਪਿਛਲੇ ਸਮੇਂ 'ਚ ਕਿੰਨੀ ਵਾਰ ਇਹ ਗੱਲ ਸੁਪਰੀਮ ਕੋਰਟ ਦੇ ਨੋਟਿਸ 'ਚ ਆਈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਪੁਲਿਸ ਧੱਕੇ ਨਾਲ ਮਾਰ ਦਿੰਦੀ ਹੈ। ਸਾਡੇ ਸਾਹਮਣੇ ਤੇਲੰਗਾਨਾ ਸਰਕਾਰ ਨੇ ਮਾਰੇ ਪਿੱਛੇ ਆਪਣਾ ਜਿਹੜੇ ਦੋਸ਼ੀ ਸੀਗੇ ਆਪਣਾ ਰੇਪ ਕੇਸ ਦੇ, ਤਾਂ ਸਟੋਰੀ ਕੰਕੋਡ ਸੀਗੀ, ਐਵਰੀਬਡੀ ਨੋ ਵੀ ਤੁਸੀਂ ਬੰਦੇ ਨੂੰ ਮੌਕਾ ਦਿਖਾਉਣ ਜਾ ਰਹੇ ਹੋ ਅਤੇ ਉਹ ਬੰਦੇ ਤੁਹਾਡੀ ਕਸਟਡੀ 'ਚ ਨੇ। ਦੇਖੋ ਮੁਕਾਬਲਾ ਕਿੱਥੇ ਹੁੰਦਾ ਹੈ, ਮੁਕਾਬਲਾ ਹੁੰਦਾ ਹੈ ਕਿ ਜਿੱਥੇ ਤੁਹਾਨੂੰ ਪਤਾ ਨਹੀਂ ਬੰਦੇ ਕਿੰਨੇ ਛੁਪੇ ਹੋਏ ਆ ਅਤੇ ਤੁਸੀਂ ਬਿਨਾਂ ਤਿਆਰੀ ਦੇ ਜਾਂ ਤਿਆਰੀ ਦੇ ਜਾਂਦੇ ਹੋ, ਤਾਂ ਉੱਥੇ ਤੁਹਾਡੀ ਝੜਪ ਹੋ ਜਾਂਦੀ, ਤਾਂ ਪੁਲਿਸ ਜਿਹੜੀ ਆ ਬੰਦਾ ਮਾਰ ਦਿੰਦੀ। ਤਾਂ ਇੱਥੇ ਇਹ ਗੱਲ ਸਮਝਣ ਵਾਲੀ ਆ ਕਿ ਜਿਹੜੇ ਬੰਦੇ ਤੁਹਾਡੀ ਕਸਟਡੀ ਵਿੱਚ ਨੇ ਤਾਂ ਤੁਸੀਂ ਬਕੂਆ ਵੇਖਣ ਵਾਸਤੇ ਉਹਨਾਂ ਨੂੰ ਲੈ ਕੇ ਜਾ ਰਹੇ ਹੋ, ਤਾਂ ਉੱਥੇ ਉਹ ਕਿਵੇਂ ਤੁਹਾਡੇ 'ਤੇ ਅਟੈਕ ਕਰ ਦਿੰਦੇ ਨੇ, ਤੁਸੀਂ ਕਿਵੇਂ ਮਾਰ ਦਿੰਦੇ ਹੋ ਉਹਨਾਂ ਨੂੰ? ਪਰ ਸਾਡੇ ਕਈ ਵਾਰ ਕੀ ਹੁੰਦਾ ਕਿ ਅਸੀਂ ਕਈ ਵਾਰ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰ ਲੈਂਦੇ ਹਾਂ, ਇਸ ਕਰਕੇ ਕਿ ਵਧੀਆ ਹੋਇਆ ਮੌਕੇ 'ਤੇ ਇਨਸਾਫ ਹੋ ਗਿਆ।
ਪਰ ਜਿਹੜੀ ਮੈਂ ਗੱਲ ਹੁਣ ਤੁਹਾਨੂੰ ਪੜ੍ਹ ਕੇ ਸੁਣਾਈ ਆ ਕਿ ਗਵਰਨਮੈਂਟਸ ਜਦੋਂ ਇਹਨੂੰ ਟੂਲ ਐਜ ਏ ਟੂਲ ਆਪਣੇ ਐਨੀਮੀਜ਼ ਨੂੰ ਵਰਤੀਆਂ, ਕੱਲ ਨੂੰ ਤਾਂ ਮੈਂ ਜਾਂ ਤੁਸੀਂ ਕੋਈ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦੇ ਹੋ ਤਾਂ ਸਰਕਾਰ ਸਾਨੂੰ ਵੀ ਫੜ ਕੇ ਉੱਤੇ ਬੜਕਾ ਕੇ ਆਖੂਗੀ ਵੀ ਭਾਈ ਇਹ ਤਾਂ ਭੱਜ ਚੱਲਿਆ ਸੀ ਮਸਾਂ, ਅਸੀਂ ਇਹ ਤੋਂ ਆਪਣੀ ਜਾਨ ਬਚਾ ਕੇ ਸੈਲਫ ਡਿਫੈਂਸ ਦੇ ਵਿੱਚ ਬੰਦਾ ਮਾਰ ਦਿੱਤਾ। ਇਸ ਕਰਕੇ ਸਰਕਾਰ ਨੂੰ ਇੰਨੇ ਹੱਥ ਖੋਲਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਮੈਂ ਕਹਿੰਦਾ IPC ਦੀ ਕਿਤਾਬ ਫਿਰ ਰੱਖ ਦਿਓ ਲਾਂਭੇ, ਸੰਵਿਧਾਨ ਨੂੰ ਕਰ ਦਿਓ ਬੰਦ, ਵਕੀਲ ਆਪੋ ਆਪਣੇ ਘਰਾਂ 'ਚ ਬਹਿ ਜਾਣ, ਜਾ ਕੇ ਜੱਜਾਂ ਨੂੰ ਮਤਲਬ ਜਿਹੜਾ ਰਿਟਾਇਰਮੈਂਟ ਦੇ ਦਿਓ, ਫਿਰ ਪੁਲਿਸ ਕਰੇਗੀ ਕੰਮ ਸਾਰੇ। ਤਾਂ ਸਵਾਲ ਇਹ ਹੈਗਾ ਕਿ ਅਸੀਂ ਜੋ ਕਰ ਰਹੇ ਹਾਂ ਉਹ ਸਾਡੇ ਸੰਵਿਧਾਨ ਨੂੰ, ਸਾਡੇ ਨਿਆਂਇਕ ਢਾਂਚੇ ਨੂੰ ਪ੍ਰਵਾਨ ਹੈ ਜੀ। ਸੁਖਮੀਤ ਜੀ, ਇਹ ਵੀ ਇੱਕ ਰੀਜ਼ਨ ਹੈਗਾ ਕਿ ਨਿਆਂ ਮਿਲਣ ਨੂੰ ਵੀ ਬਹੁਤ ਟਾਈਮ ਲੱਗ ਮੈਂ ਜਾਂਦਾ ਸਮਝ ਸੁਣ ਨਹੀਂ ਕੇਸ ਪਾ ਰਿਹਾ ਜਿਹੜੇ ਤੁਹਾਨੂੰ, ਨੇ ਤੁਹਾਡੀ ਆਵਾਜ਼ ਨਹੀਂ ਆ ਰਹੀ ਕੇਸ। ਮੇਰੇ ਕੋਲ ਹੈਲੋ ਹੈਲੋ ਹਾਂਜੀ ਹਾਂਜੀ, ਹੁਣ ਆ ਰਹੀ ਆ? ਹੁਣ ਵੀ ਨਹੀਂ ਆ ਰਹੀ? ਤੁਸੀਂ ਨਹੀਂ ਇੱਕ ਸੁਣ, ਵਾਰੀ, ਨਹੀਂ ਸੁਣ ਮੈਨੂੰ ਪਾ ਰਿਹਾ, ਲੱਗਦਾ ਸਮਝ ਨਹੀਂ ਮੈਂ ਕਿ ਤੁਹਾਨੂੰ। ਤੁਸੀਂ ਸਾਈਨ ਆਊਟ ਕਰਕੇ ਫਿਰ ਦੁਬਾਰਾ ਆਓ, ਦੁਬਾਰਾ ਲਿੰਕ ਕਰੋ। ਹਾਂਜੀ, ਆਈ ਥਿੰਕ ਥੋੜ੍ਹੀ ਜਿਹੀ ਸ਼ਾਇਦ ਇੰਟਰਨੈਟ ਕਰਕੇ ਪ੍ਰੋਬਲਮ ਹੈਗੀ ਆ, ਅਤੇ ਸੁਖਬੀਰ ਜੀ ਦੁਬਾਰਾ ਫਿਰ ਆਪਣੇ ਨਾਲ ਕਨੈਕਟ ਹੋਣਗੇ, ਅਤੇ ਉਹਨਾਂ ਤੋਂ ਆਪਾਂ ਹੋਰ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ। ਅਤੇ ਤੁਸੀਂ ਸਾਡੇ ਨਾਲ, ਦਵਿੰਦਰ ਕੌਰ ਪ੍ਰੀਤੀ ਜੀ ਨੇ ਜੁਆਇਨ ਕੀਤਾ ਹੋਇਆ, ਸਤਿ ਸ਼੍ਰੀ ਅਕਾਲ ਜੀ। ਮਾਵੀ ਬਾਰਿੰਗ ਬੜਿੰਗ ਤੁਹਾਡਾ, ਆਈ ਥਿੰਕ ਬੜਿੰਗ ਆ, ਇਫ ਆਈ ਹੈਵ ਪ੍ਰੋਨਾਊਂਸਡ ਇਟ ਇਨਕੋਰੈਕਟਲੀ ਪਲੀਜ਼ ਐਕਸਕਿਊਜ਼ ਮੀ ਫੋਰ ਦੈਟ। ਐਂਡ ਸਤਿ ਸ਼੍ਰੀ ਅਕਾਲ ਜੀ ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਅਤੇ ਮੈਨੂੰ ਲੱਗਦਾ ਕਿ ਪ੍ਰਭਜੋਤ ਕੌਰ ਢਿੱਲੋਂ ਜੀ ਨੇ ਜੁਆਇਨ ਕੀਤਾ ਹੋਇਆ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਹੈਪੀ ਜੀ ਫਰੋਮ ਬਠਿੰਡਾ, ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਦੇ ਜਿਹੜੇ ਅਸੀਂ ਗੱਲਬਾਤ ਕਰਨੀ ਆ ਉਹ ਕਿ ਪੁਲਿਸ ਮੁਕਾਬਲੇ ਜਿਹੜੇ ਹੁੰਦੇ ਨੇ ਝੂਠੇ ਹੁੰਦੇ ਨੇ, ਅਤੇ ਉਹਨਾਂ ਦੇ ਕੀ ਅਸਰ ਕੀ ਪੈਂਦੇ ਨੇ ਜਿਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ, ਕੀ ਇਹ ਸਹੀ ਆ ਜਾਂ ਗਲਤ ਆ? ਅਤੇ ਜਿਹਨਾਂ ਨੂੰ ਮਾਰ ਦਿੱਤਾ ਜਾਂਦਾ ਪਿੱਛੇ ਉਹਨਾਂ ਦੇ ਜਿਹੜੇ ਪਰਿਵਾਰ ਰਹਿ ਜਾਂਦੇ ਨੇ, ਉਹਨਾਂ 'ਤੇ ਕੀ ਬੀਤਦੀ ਆ? ਅਤੇ ਉਹਨਾਂ ਦੇ ਸਿੱਟੇ ਵਜੋਂ, ਕਿਉਂਕਿ ਜੇ ਪਿਓ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਪੁੱਤਰ ਜਿਹੜਾ ਕੀ ਉਹਦੇ ਉੱਪਰ ਕੀ ਅਸਰ ਪੈਂਦਾ? ਹਾਂਜੀ ਜੀ ਸੁਖਬੀਰ ਜੀ, ਹਾਂਜੀ ਹੁਣ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਜੀ 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 ਮੇਰੇ ਖਿਆਲ ਮੇਰਾ ਹੀ ਨੈਟ ਹਾਂਜੀ ਜਿਹੜਾ ਟੋਟਲੀ ਮਤਲਬ ਆਪਣਾ ਡਿਸਟਰਬ ਹੋ ਗਿਆ। ਹਾਂਜੀ ਹਾਂਜੀ, ਤੇ ਗੱਲ ਆਪਾਂ ਕਰ ਰਹੇ ਸੀਗੇ ਕਿ ਸੁਖਬੀਰ ਜੀ, ਜਿਹੜੇ ਜਦੋਂ ਕੋਈ ਕੋਰਟ ਵਿੱਚ ਜਾਂਦਾ ਆ ਫੈਸਲੇ ਲੈਣ ਲਈ ਜਾਂਦਾ, ਉਦੋਂ ਟਾਈਮ ਸਮਾਂ ਜਿਹੜਾ ਉਹ ਵੀ ਬਹੁਤ ਜ਼ਿਆਦਾ ਲੱਗ ਜਾਂਦਾ। ਇਹਦੇ ਬਾਰੇ ਵੀ ਆਪਾਂ ਇੱਕ ਦਿਨ ਜ਼ਰੂਰ ਗੱਲ ਕਰਾਂਗੇ ਕਿ ਕਿਉਂ ਇੰਨਾ ਸਮਾਂ ਲੱਗਦਾ, ਅਤੇ ਲੋਕ ਅੱਕ ਵੀ ਜਾਂਦੇ ਆ ਉਹਦੇ ਤੋਂ। ਅਤੇ ਪੰਜਾਬ ਵਿੱਚ ਜਿਹੜਾ 84 ਦੇ ਦੌਰ ਦੇ ਵਿੱਚ ਬਹੁਤ ਸਾਰੇ ਪੁਲਿਸ ਮੁਕਾਬਲੇ ਹੋਏ, ਝੂਠੇ ਪੁਲਿਸ ਮੁਕਾਬਲੇ ਹੋਏ, ਤੁਹਾਨੂੰ ਲੱਗਦਾ ਹੈ ਕਿ ਹੁਣ ਇੰਨੇ ਸਾਲਾਂ ਬਾਅਦ ਕੀ ਇਹ ਲੜੀ ਟੁੱਟ ਗਈ ਆ, ਕੀ ਇਹ ਖਤਮ ਹੋ ਗਿਆ, ਜਾਂ ਹਾਲੇ ਉਦੋਂ ਦੀ ਤੁਰੀ ਹੋਈ ਜਿਹੜੀ ਇਹ ਲੜੀ ਆ ਹਾਲੇ ਵੀ ਚੱਲੀ ਜਾ ਰਹੀ ਹੈ? ਦੇਖੋ ਜੀ, 84 ਦੀ ਲੜੀ ਜਿਹੜੀ ਹੁਣ ਤੱਕ ਟੁੱਟੀ ਜਾਂ ਨਹੀਂ ਟੁੱਟੀ ਇਹ ਵੱਖਰਾ ਅਧਿਐਨ ਮੰਗਦਾ, ਕਿਉਂਕਿ 84 ਤੋਂ ਪਹਿਲਾਂ ਜਿਹੜਾ ਮਤਲਬ ਆਪਣਾ ਇਹਦੀ ਰਿਸਰਚ ਬੋਲਦੀ ਆ ਉਹ ਕਹਿੰਦੀ ਆ ਕਿ 70 ਦੇ ਦਹਾਕੇ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਮਰਡਰ ਸੀਗੇ, ਜਿਨ੍ਹਾਂ ਨੂੰ ਸਟੇਟ ਮਰਡਰ ਕਹਿ ਸਕਦੇ ਹਾਂ, ਪੋਲੀਟੀਕਲ ਮਰਡਰ ਕਹਿ ਸਕਦੇ ਹਾਂ, ਐਕਸਟਰਾ ਜੁਡੀਸ਼ੀਅਲ ਕਿਲਿੰਗ ਕਹਿ ਸਕਦੇ, ਉਹ ਸ਼ੁਰੂ ਹੋ ਗਏ ਸੀਗੇ। ਜਿਵੇਂ ਅਸੀਂ ਮੰਨ ਲਈਏ ਕਿ ਨਕਸਲਵਾੜੀ ਲਹਿਰ ਨੂੰ ਨਿਪ ਕਰਨ ਵਾਸਤੇ ਸਰਕਾਰ ਨੇ ਸਭ ਤੋਂ ਪਹਿਲਾਂ ਜਿਹੜੇ ਆ ਨਕਸਲਵਾੜੀਆਂ ਦੇ ਨੈਕਸਲਿਸਟ ਜਿਹੜੇ ਹੈਗੇ ਸੀਗੇ ਉਹਨਾਂ ਦੇ ਮਤਲਬ ਆਪਣਾ ਜਿਹੜੇ ਆ ਉਹ ਪੁਲਿਸ ਰਾਹੀਂ ਝੂਠੇ ਮੁਕਾਬਲੇ ਕਰਕੇ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕੀਤਾ। ਤਾਂ ਉਹੀ ਲੜੀ ਮੁੜ ਕੇ ਅਸੀਂ ਲਾਗੇ ਪੰਜਾਬ ਦੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜੁੜੇ ਲੋਕਾਂ ਨਾਲ ਇਸ ਤਰ੍ਹਾਂ ਵਾਪਰਨ ਲੱਗ। ਸਵਾਲ ਇਹ ਨਹੀਂ ਕਿ ਉਹ ਬੰਦਾ ਅੱਤਵਾਦੀ ਹੈ ਜਾਂ ਨਹੀਂ, ਉਸ ਬੰਦੇ ਨੇ ਸਟੇਟ ਦੇ ਖਿਲਾਫ਼ ਕੁਛ ਕੀਤਾ ਹੈ ਜਾਂ ਨਹੀਂ, ਉਹਦੇ ਖਿਲਾਫ਼ ਕੋਈ FIR ਹੈ ਜਾਂ ਨਹੀਂ, ਉਹ ਖੂੰਖਾਰ ਅੱਤਵਾਦੀ ਏ, ਖਾੜਕੂ ਏ, ਉਹ ਕੌਣ ਏ? ਸਵਾਲ ਇਹ ਨਹੀਂ। ਸਵਾਲ ਹੈ ਕਿ ਜਿਹੜਾ ਬੰਦਾ ਤੁਹਾਡੇ ਕੋਲ ਜੁਡੀਸ਼ਰੀ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ, ਮੁਲਜ਼ਮ ਤੋਂ ਮੁਜਰਮ ਬਣਾਉਣ ਤੱਕ ਦਾ ਜਿਹੜਾ ਪ੍ਰੋਸੈਸ ਆ, ਜਿਹੜਾ ਸਾਡਾ CRPC ਆ, ਕ੍ਰਿਮੀਨਲ ਪ੍ਰੋਸੀਜਰ ਕੋਡ, ਉਹਨੂੰ ਅਡੋਪਟ ਕੀਤੇ ਬਿਨਾਂ ਤੁਸੀਂ ਬੰਦੇ ਨੂੰ ਸਜ਼ਾ ਕਿਵੇਂ ਦੇ ਦਿੰਦੇ ਹੋ? ਕੁਐਸਚਨ ਇਹ ਆ ਬੜਾ ਵੱਡਾ। ਤਾਂ ਉਦੋਂ ਵੀ ਲੋਕ ਮਾਰੇ ਗਏ, ਗੁਜਰਾਤ ਦੇ ਵਿੱਚ ਮਾਰੇ ਗਏ,
ਕੁਝ ਕੇਸਾਂ ਦੇ ਬਾਰੇ ਮੈਂ ਪੰਜਾਬ ਦੀ ਜਦੋਂ ਅਸੀਂ ਸਪੈਸੀਫਿਕਲੀ ਗੱਲ ਕਰਦੇ ਹਾਂ ਤੇ ਜੇ ਅਸੀਂ ਜਸਵੰਤ ਸਿੰਘ ਖਾਲੜਾ ਦੀ ਗੱਲ ਨਹੀਂ ਕਰਦੇ ਤਾਂ ਮੇਰੇ ਖਿਆਲ 'ਚ ਜਿਹੜਾ ਸਾਡਾ ਵਿਸ਼ਾ ਹੈ ਅਧੂਰਾ ਰਹਿ ਜਾਏ। ਜਸਵੰਤ ਸਿੰਘ ਖਾਲੜਾ 25,000 ਦੀ ਲਿਸਟ ਬਣਾ ਕੇ ਬੈਠੇ ਨੇ ਆਪਣੇ ਕੋਲ ਤੇ ਉਹਨਾਂ ਦੀ ਲਿਸਟ ਜਿਹੜੀ ਆ ਉਹ ਪੁਖਤਾ ਹੁੰਦੀ ਹੈ। PDAP ਇੱਕ ਸੰਸਥਾ ਬਾਅਦ ਵਿੱਚ ਚੰਡੀਗੜ੍ਹ ਬੇਸਡ ਆਉਂਦੀ ਆ, ਉਹ ਦੱਸਦੀ ਆ ਕਿ ਉਹਨਾਂ ਨੇ ਮੇਰੇ ਖਿਆਲ 'ਚ 8,000 ਤੋਂ ਉੱਪਰ ਜਿਹੜੀ ਆ ਲੋਕਾਂ ਦੀ ਲਿਸਟ ਬਣਾਈ ਸੀਗੀ ਤਾਂ ਉਹਨਾਂ ਕੋਲ ਵੀ ਉਹ ਬੇਸਿਕ ਜਿਹੜਾ ਸੀਗਾ ਨਾ ਏਜੰਡਾ ਜਾਂ ਬੇਸਿਕ ਜਿਹੜਾ ਮੈਟਰ ਸੀਗਾ ਉਹ ਆਪਣਾ ਜਸਵੰਤ ਸਿੰਘ ਖਾਲੜਾ ਦੀ ਤਿਆਰ ਕੀਤੀ ਹੋਈ ਡਾਇਰੀ ਸੀ। ਜਸਵੰਤ ਸਿੰਘ ਖਾਲੜਾ ਖੁਦ ਝੂਠੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋਇਆ। ਉਸ ਪੁਲਿਸ ਮੁਕਾਬਲੇ ਦੇ ਵਿੱਚ ਉਸ ਬੰਦੇ ਨੂੰ ਘਰੋਂ ਚੁੱਕਿਆ ਗਿਆ, ਗੱਡੀ ਧੋਂਦੇ ਨੂੰ ਆਪਣੇ ਘਰ ਦੇ ਸਾਹਮਣੇ ਘਰੋਂ ਚੁੱਕ ਕੇ ਉਸ ਬੰਦੇ ਨੂੰ ਪੁਲਿਸ ਨੇ ਥਾਣੇ ਲਿਆਂਦਾ, ਉਹਦੇ 'ਤੇ ਤਸ਼ੱਦਦ ਕੀਤਾ, ਫਿਰ ਉਹਨੂੰ ਘਰ ਲਿਜਾਇਆ ਗਿਆ, ਮਨਾਇਆ ਗਿਆ ਕਿ ਉਹ ਸਾਰਾ ਰਿਕਾਰਡ ਦੇ ਦੇਵੇ ਸਾਨੂੰ। ਪਰ ਉਹ ਬੰਦਾ ਆਪਣੇ ਜਿਹੜਾ ਸਾਡੇ ਸਿੱਖ ਇਤਿਹਾਸ ਦੀ ਪਰੰਪਰਾ ਹੈ ਕਿ ਝੂਠ ਅੱਗੇ ਝੁਕਣਾ ਨਹੀਂ ਝੁਕਿਆ, ਉਸ ਬੰਦੇ ਨੂੰ ਸਤਲੁਜ ਨਹਿਰ ਦੇ ਵਿੱਚ ਰੋੜ ਦਿੱਤਾ ਗਿਆ ਰਾਜਸਥਾਨ ਵੱਲ ਕਤਲ ਕਰਕੇ। 4 ਬੰਦਿਆਂ ਨੂੰ ਬਾਅਦ 'ਚ ਲਾਈਫ ਇਮਪ੍ਰਿਜਨਮੈਂਟ ਵੀ ਹੋਈ ਉਸ ਕੇਸ 'ਚ। ਅੱਜ ਖਾਲੜੇ ਨੂੰ ਇਨਸਾਫ ਕਿਵੇਂ ਦਿਓਗੇ ਜਿਸ ਦਿਨ ਤੁਸੀਂ ਉਸ ਬੰਦੇ ਨੂੰ ਮਾਰ ਦਿੱਤਾ ਤਾਂ ਉਸ ਬੰਦੇ ਦੀ ਸ਼ਹਾਦਤ ਜਦੋਂ ਪ੍ਰੂਵ ਹੋ ਗਈ, ਜਦੋਂ 4 ਬੰਦਿਆਂ ਨੂੰ ਸਜ਼ਾ ਦਿੰਦੀ ਹੈ ਸੁਪਰੀਮ ਕੋਰਟ, ਤਾਂ ਜਦੋਂ 4 ਬੰਦਿਆਂ ਨੂੰ ਲਾਈਫ ਇੰਪ੍ਰਿਜਨਮੈਂਟ ਹੁੰਦੀ ਆ ਉਸ ਦਿਨ ਸਾਡੇ ਜੁਡੀਸ਼ੀਅਲ ਸਿਸਟਮ 'ਤੇ ਬੜਾ ਵੱਡਾ ਸਵਾਲੀਆ ਚਿੰਨ੍ਹ ਲੱਗ ਜਾਂਦਾ ਕਿ ਕੀ ਅਸੀਂ ਉਹ ਜਸਵੰਤ ਸਿੰਘ ਖਾਲੜਾ ਵਾਪਸ ਲਿਆ ਸਕਦੇ। ਇਸ ਤਰ੍ਹਾਂ ਦੀ ਸ਼ਖਸੀਅਤ ਜਿਹੜੀ ਸਮਾਜ ਸੇਵੀ ਹੋਵੇ, ਲੋਕਾਂ ਦੀ ਲੜਾਈ ਲੜਨ ਵਾਲੀ ਹੋਵੇ, ਸਰਕਾਰ ਦੀ ਗੁਲਾਮੀ ਦੇ ਖਿਲਾਫ, ਸਰਕਾਰ ਦੀ ਧੱਕੇਸ਼ਾਹੀ ਤਸ਼ੱਦਦ ਦੇ ਖਿਲਾਫ ਬੋਲਣ ਵਾਲੀ ਆਵਾਜ਼ ਹੋਵੇ, ਤਾਂ ਉਸ ਆਵਾਜ਼ ਨੂੰ ਪੁਲਿਸ ਫੜ ਕੇ ਨੱਪ ਦੇਵੇ, ਮਾਰ ਦੇਵੇ, ਖਤਮ ਕਰ ਦੇਵੇ, ਨਿਸ਼ਚਿਤ ਨਬੂਦ ਕਰ ਦੇਵੇ। ਅਗਲੀ ਗੱਲ, ਇੱਕ ਬਿਆਸ ਥਾਣੇ ਦਾ ਕੇਸ ਆ, SHO ਰਘਬੀਰ ਸਿੰਘ ਅਤੇ ਉਹਦਾ ਸਾਥੀ ਸਬ ਇੰਸਪੈਕਟਰ ਦਾਰਾ ਸਿੰਘ ਇੱਕ ਕੇਸ ਦਰਜ ਕਰਦੇ ਨੇ, ਹਰਪਾਲ ਸਿੰਘ ਸ਼ਾਇਦ ਪੱਲੇ ਪਿੰਡ ਦਾ ਮੁੰਡਾ ਸੀ। ਇਹ ਮੈਂ ਕੇਸ ਤਾਂ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਉਹਨਾਂ ਦੇ ਡਿਸੀਜਨ ਹੋਏ ਅਤੇ ਕਿਵੇਂ ਉਹ ਲੋਕ ਮਾਰ ਦਿੱਤੇ ਗਏ ਇਹ ਕਹਿ ਕੇ। ਪੁਲਿਸ ਕਹਿੰਦੀ 236 ਕਾਰਤੂਸ ਚਲਾਏ ਅਸੀਂ ਇਸ ਬੰਦੇ ਦਾ ਮੁਕਾਬਲਾ ਕਰਨ ਲੱਗਿਆਂ, ਇਸ ਬੰਦੇ ਨੂੰ ਮਾਰਨ ਲੱਗਿਆਂ। ਪੁਲਿਸ ਨੇ ਝੂਠੀ ਕਹਾਣੀ ਬਣਾਈ ਸੀ, ਕੋਰਟ 'ਚ ਨਹੀਂ ਖੜੀ। ਕੋਰਟ 'ਚ ਇਸ ਕਰਕੇ ਨਹੀਂ ਖੜੀ ਕਿ ਉਹਨਾਂ ਕਿਹਾ ਖੋਲ ਤੇ ਲਿਆਓ ਜਿਹੜੇ ਤੁਸੀਂ ਚਲਾਏ ਨੇ ਉੱਥੇ ਰੌਂਦ, ਕੋਈ ਖੋਲ ਨਹੀਂ ਦਿੱਤਾ ਗਿਆ। ਉਸ ਬੰਦੇ ਨੂੰ ਮਾਰ ਦਿੱਤਾ ਗਿਆ, ਮਾਰ ਕੇ ਉਹਦਾ ਝੂਠਾ ਮੁਕਾਬਲਾ ਸਾਬਤ ਕੀਤਾ ਗਿਆ, ਪਰ ਕੋਰਟ ਨੇ ਫਿਰ ਉਹਨਾਂ ਦੋਵਾਂ ਬੰਦਿਆਂ ਨੂੰ SHO ਰਘਬੀਰ ਸਿੰਘ ਅਤੇ ਉਹਦੇ ਸਾਥੀ ਦਾਰਾ ਸਿੰਘ ਨੂੰ ਸਜ਼ਾ ਸੁਣਾਈ। ਕਿੱਥੋਂ ਪੈਦਾ ਕਰ ਦਿਓਗੇ ਉਸ ਮਾਂ ਨੂੰ ਉਹ ਪੁੱਤ ਜਿਹੜਾ ਤੁਸੀਂ ਝੂਠੇ ਕੇਸ ਵਿੱਚ ਕਹਿ ਕੇ ਮਾਰ ਦਿੱਤਾ। ਦੇਖੋ ਇਹ ਸੰਤਾਪ, ਇਸ ਤਰ੍ਹਾਂ ਦਾ ਸੰਤਾਪ ਸਾਨੂੰ ਹੋਰ ਕ੍ਰਾਈਮ ਕਰਨ ਵਾਸਤੇ ਪ੍ਰੇਰਦਾ ਵਾ। ਅਸੀਂ ਕਹਿੰਦੇ ਹਾਂ ਹਜ਼ਾਰਾਂ ਦੋਸ਼ੀ ਬਚ ਜਾਣ ਪਰ ਇੱਕ ਨਿਰਦੋਸ਼ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਸਵਾਲ ਇਹ ਆ ਕਿ ਉਸ ਕੇਸ ਵਿੱਚ ਰਘਬੀਰ ਸਿੰਘ SHO ਨੇ ਇਹੀ ਸਾਬਤ ਕਰਨ 'ਤੇ ਜ਼ੋਰ ਲਾ ਦਿੱਤਾ ਵੀ ਇਹ ਬੜਾ ਖੂੰਖਾਰ ਖਾੜਕੂ ਸੀ, ਇਹ ਬੜਾ ਖੂੰਖਾਰ ਅੱਤਵਾਦੀ ਸੀ, ਇਹਦੇ ਖਿਲਾਫ FIR ਸੀ। ਸਵਾਲ ਇਹ ਕਿ ਉਹਨੂੰ ਕਿੰਨਾ ਵੀ ਵੱਡਾ ਖਾੜਕੂ ਹੋਵੇ ਕਿਸਾਬ ਨਾਲੋਂ ਵੱਡਾ ਅੱਤਵਾਦੀ ਨਹੀਂ ਹੋ ਸਕਦਾ। ਉਸ ਬੰਦੇ ਨੂੰ ਟ੍ਰਾਇਲ ਦੇਣਾ ਕਿਹਦੀ ਡਿਊਟੀ? ਸਰਕਾਰ ਆ ਗਈ ਪੰਜਾਬ ਦੇ ਵਿੱਚ ਉਸ ਵੇਲੇ ਜਿਸ ਬੰਦੇ ਨੂੰ ਬੁੱਚੜ ਕਿਹਾ ਜਾਂਦਾ ਤਾਂ ਉਹਦਾ ਪਰਿਵਾਰ ਬੜਾ ਨਾਰਾਜ਼ ਹੁੰਦਾ। ਉਹ ਭਾਈ ਸਾਹਿਬ ਬੁੱਚੜ ਉਹਨੂੰ ਕਿਹਾ ਜਾਂਦਾ ਜਿਹੜਾ ਨਿਰਦੈਤਾ ਦੇ ਨਾਲ ਕੋਈ ਕੰਮ ਕਰਦਾ, ਬੁੱਚੜ ਉਹ ਨਹੀਂ ਹੁੰਦਾ ਜਿਹੜਾ ਆਪਣੇ ਚਾਕੂ ਦੇ ਨਾਲ ਕਿਸੇ ਪਸ਼ੂ ਦਾ ਮਾਸ ਵੱਢਦਾ, ਬੁੱਚੜ ਉਹ ਹੁੰਦਾ ਜਿਹੜਾ ਨਿਰਦੈਤਾ ਵਿਖਾਉਂਦਾ, ਜਿਹਦੇ ਅੰਦਰ ਦਇਆ ਨਹੀਂ ਰਹਿੰਦੀ, ਜਿਹੜਾ ਸਿਰਫ ਆਪਣੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਲੋਕਾਂ ਨੂੰ ਮਾਰ ਦਿੰਦਾ, ਇਹ ਲੋਕਾਂ ਨੂੰ ਖਤਮ ਕਰ ਦਿੰਦਾ। ਇਸ ਲਈ KPS ਗਿੱਲ ਅਤੇ ਸਰਦਾਰ ਬਿਰਤ ਸਿੰਘ ਉਸ ਵੇਲੇ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਉਹਨਾਂ ਨੂੰ ਬੁੱਚੜ ਕਿਹਾ ਜਾਂਦਾ। ਕੀ ਕਹਿਣ ਲੋਕ ਜਦੋਂ ਇਹ ਖੁੱਲ੍ਹੇਆਮ ਪੁਲਿਸ ਨੂੰ ਹੁਕਮ ਹੋ ਗਿਆ ਕਿ ਜਿੰਨੇ ਵੀ ਬੰਦੇ ਘਰੋਂ ਨਿਕਲਦੇ ਨੇ, ਘਰੋਂ ਨਿਕਲਣ ਤੋਂ ਭਾਵ ਵੀ ਜਿਹੜੇ ਮਾੜਾ ਮੋਟਾ ਵੀ ਸਿੱਖ ਸੰਘਰਸ਼ ਦੇ ਨਾਲ ਜੁੜੇ ਹੋਏ ਆ, ਝੂਠਾ ਪੁਲਿਸ ਮੁਕਾਬਲਾ ਕਰਕੇ ਮਾਰ ਦਿਓ। ਪਿੰਡਾਂ ਦੇ ਸਰਪੰਚਾਂ ਤੱਕ ਪੁਲਿਸ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ 'ਚ ਮਾਰੇ 25,000। ਦੇਖੋ ਇੱਕ ਕਮਿਸ਼ਨ ਬੈਠਾ, CBI ਦੀ ਇਨਕੁਆਇਰੀ ਬੈਠੀ, ਅਤੇ ਉਸ ਕਮਿਸ਼ਨ 'ਚ ਕੀ ਹੁੰਦਾ ਕਿ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਤੁਸੀਂ ਖਾਲੜੇ ਵਾਲੇ ਕੇਸ 'ਚ ਜਿਹੜੀ ਆ ਸਾਰੀ ਇਨਕੁਆਇਰੀ ਕਰੋ ਵੀ ਕਿੰਨੇ ਬੰਦਿਆਂ ਨੂੰ ਜਿਹੜਾ ਐਕਸਟਰਾ ਜੁਡੀਸ਼ਲੀ ਮਾਰ ਦਿੱਤਾ ਪੁਲਿਸ ਨੇ। ਤਾਂ ਵਾਰ ਵਾਰ ਦਰਖਾਸਤਾਂ ਦਿੱਤੀਆਂ ਜਾਂਦੀਆਂ ਨੇ ਕਿ
ਬਾਕੀ ਵੀ ਅੰਮ੍ਰਿਤਸਰ ਤੋਂ ਇਲਾਵਾ ਜਿਹੜਾ ਏਰੀਆ ਪੰਜਾਬ ਦਾ ਉਹਦੀ ਵੀ ਇੰਕੁਆਇਰੀ ਹੋਣੀ ਚਾਹੀਦੀ ਹੈ। ਪਰ ਨਹੀਂ, ਉਹਨਾਂ ਨੇ ਕਿਹਾ ਨਹੀਂ ਸਾਡੀ ਲਿਮਿਟ ਸਿਰਫ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਖੇਤਰ ਦੀ ਆ, ਜਿਹਦੀ ਲਿਸਟ ਜਿਹੜੀ ਆ ਜਸਵੰਤ ਸਿੰਘ ਖਾਲੜਾ ਨੇ ਤਿਆਰ ਕੀਤੀ ਸੀ ਤੇ ਅਖੀਰ ਤੱਕ ਵਜੇਦ ਰਹੀ ਸਟੇਟ ਪੁਲਿਸ ਨੂੰ ਵਾਰ ਵਾਰ ਇਹ ਦਰਖਾਸਤਾਂ ਕੀਤੀਆਂ ਗਈਆਂ ਕਿ ਬਾਕੀ ਲੋਕਾਂ ਦੀ ਵੀ ਜਿਹੜੀ ਇੰਕੁਆਇਰੀ ਹੋਣੀ ਚਾਹੀਦੀ ਆ, ਜਿਹੜੇ ਲੋਕ ਉਸ ਵੇਲੇ ਮਾਰ ਦਿੱਤੇ ਗਏ ਉਸ ਵੇਲੇ ਦੀ ਇੰਕੁਆਇਰੀ ਜਿਹੜੀ ਸੁਪਰੀਮ ਕੋਰਟ 'ਚ ਗਈ ਆ 2000 ਤੇ ਕੁਛ ਲੋਕਾਂ ਦੀ ਲਿਸਟ ਗਈ 2097 ਸ਼ਾਇਦ, ਮੈਂ ਭੁੱਲਦਾ ਨਾ ਹੋਵਾਂ ਕਿ 2097 ਤੇ ਪੁਖਤਾ ਸਾਬਤ ਹੋਏ। ਹੁਣ ਜਿਹੜਾ ਜਸਵੰਤ ਸਿੰਘ ਖਾਲੜਾ ਦਾ ਬੇਸ ਸੀਗਾ ਇੰਕੁਆਇਰੀ ਦਾ, ਉਹ ਬੇਸ ਇੰਕੁਆਇਰੀ ਦਾ ਇਹ ਸੀਗਾ ਕਿ ਉਹ ਉਸ ਵੇਲੇ ਦੀਆਂ ਕਮੇਟੀ ਘਰਾਂ 'ਚ ਜਾਂਦਾ ਸੀਗਾ, ਉਸ ਵੇਲੇ ਦੇ ਸ਼ਮਸ਼ਾਨ ਘਾਟ ਜਾਂਦਾ ਸੀ ਵੀ ਤੁਹਾਡੇ ਕੋਲੋਂ ਕਿੱਥੇ ਕਿੱਥੇ ਲੱਕੜਾਂ ਗਈਆਂ, ਕਿੰਨੀਆਂ ਕਿੰਨੀਆਂ ਲੱਕੜਾਂ ਗਈਆਂ, ਤਾਂ ਉਹ ਲੱਕੜਾਂ ਵੇਚਣ ਵਿੱਚ ਵੀ ਉੱਥੋਂ ਦੀਆਂ ਕਮੇਟੀਆਂ ਦੇ ਮੁਲਾਜ਼ਮਾਂ ਨੇ ਕਰਪਸ਼ਨ ਕੀਤੀ, ਕਿਉਂਕਿ ਜਦੋਂ 2 ਨੰਬਰ 'ਚ ਕੋਈ ਚੀਜ਼ ਖਰੀਦੇਗਾ ਤਾਂ ਉਹਦਾ ਰੇਟ ਦੁੱਗਣਾ ਤਿੱਗਣਾ ਚੌਗਣਾ 10 ਗੁਣਾ 100 ਗੁਣਾ ਹੋਵੇਗਾ ਹੀ, ਤਾਂ ਪੁਲਿਸ ਨੇ ਉਹ ਲੱਕੜਾਂ ਕਿੱਥੋਂ ਲਈਆਂ, ਉਹਦਾ ਬੇਸਿਕ ਇੰਕੁਆਇਰੀ ਸੀਗੀ ਕਿ ਕਿੰਨੇ ਬੰਦੇ ਮਾਰੇ। ਤਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਜਿੰਨੀਆਂ ਵੀ ਤਰੀਕਾਂ ਬੰਦਿਆਂ ਦੀ ਮਰਨ ਦੀਆਂ ਬਾਅਦ 'ਚ ਕੋਰਟ ਵਿੱਚ ਦਿੱਤੀਆਂ ਗਈਆਂ ਉਹ ਇਨ ਬਿਨ ਜਸਵੰਤ ਸਿੰਘ ਖਾਲੜਾ ਦੀ ਡਾਇਰੀ ਦੇ ਨਾਲ ਮੈਚ ਕਰਦੀਆਂ ਸੀ। ਜਸਵੰਤ ਸਿੰਘ ਖਾਲੜਾ ਦੀ ਇਨਕੁਆਇਰੀ ਇੰਨੀ ਪੁਖਤਾ ਸੀ, ਇਸ ਕਰਕੇ ਸਰਕਾਰ ਨੂੰ ਬੰਦਾ ਮਾਰ ਦੇਣਾ ਪਿਆ। ਤਾਂ ਇਹ ਗੱਲਾਂ ਬਿਲਕੁਲ ਸਾਬਤ ਹੋ ਗਈਆਂ ਕਿ ਹਜ਼ਾਰਾਂ ਮੁੰਡੇ ਪਿੰਡਾਂ ਵਿੱਚੋਂ ਫੜ ਫੜ ਕੇ ਮਾਰ ਦਿੱਤੇ ਗਏ, ਜਿਨ੍ਹਾਂ ਨੂੰ ਅਨਆਡੈਂਟੀਫਾਈਡ ਕਿਹਾ ਗਿਆ। ਤਾਂ ਉਹਨਾਂ 'ਚੋਂ ਜਿਹੜੇ ਆਈਡੈਂਟੀਫਾਈ ਵੀ ਹੋਏ ਉਹ ਵੀ ਬੰਦਿਆਂ ਦੀਆਂ ਲਾਸ਼ਾਂ ਘਰਦਿਆਂ ਨੂੰ ਨਹੀਂ ਦਿੱਤੀਆਂ ਗਈਆਂ। ਇਸ ਕਰਕੇ ਹੁੰਦਾ ਕੀ ਆ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਅਣਪਛਾਤਾ ਕਹਿ ਕੇ ਮਾਰ ਦਿੰਦੇ ਹੋ ਤਾਂ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਸਟੇਟ ਦੇ ਵਜੋਂ ਕੰਮ ਕਰਕੇ ਤਾਂ ਇਨਸਾਫ ਦਿੱਤਾ ਲੋਕਾਂ ਨੂੰ? ਕੋਈ ਬੰਦਾ ਕਾਨੂੰਨ ਨੂੰ ਕਿਸ ਹੱਦ ਤੱਕ ਵੀ ਆਪਣੇ ਹੱਥ 'ਚ ਲੈ ਲਵੇ? ਪਰ ਜੇ ਸਟੇਟ ਬੁਲਟ ਫਾਰ ਬੁਲਟ ਗੱਲ ਕਰੇਗੀ, ਆਪਾਂ ਛੱਡ ਦਈਏ ਸਾਰੀਆਂ ਗੱਲਾਂ, ਆਪਣੇ ਰਾਸ਼ਟਰਪਿਤਾ ਦੀ ਮੰਨ ਲੈਂਦੇ, ਇਹਨਾਂ ਦਾ ਰਾਸ਼ਟਰਪਿਤਾ ਕਹਿੰਦਾ ਮਹਾਤਮਾ ਗਾਂਧੀ ਦੇ ਵਿਚਾਰ ਨੇ ਕਿ ਤੁਸੀਂ ਪੀਸ ਵਿਲ ਨਾਟ ਕਮ ਵਿਦ ਦਾ ਫਾਇਰ ਆਰਮਸ, ਪੀਸ ਕਿੱਦਾਂ ਆਉਣੀ ਆ? ਕਹਿੰਦਾ ਜਸਟਿਸ ਜਿਹੜਾ ਦਿੱਤਾ ਜੇ ਨਾ ਉਹਦੇ ਨਾਲ ਪੀਸ ਆਉਣੀ ਆ। ਤਾਂ ਜਸਟਿਸ ਦੀਆਂ ਧੱਜੀਆਂ ਜਿੰਨੀਆਂ 84 ਤੇ 84 ਤੋਂ ਬਾਅਦ ਉੱਡੀਆਂ, ਜਿਹੜੀ ਅੱਜ ਦੀ ਲੜੀ ਦੀ ਗੱਲ ਤੁਸੀਂ ਕੀਤੀ, ਜਿਹੜੀ ਅੱਜ ਦੀ ਲੜੀ ਦੀ ਗੱਲ ਆ ਨਾ, ਇਹ ਟੋਟਲੀ ਇਹਦਾ ਜਿਹੜਾ ਬੇਸ ਤੇ ਸਨੈਰੀਓ ਡਿਫਰੈਂਟ ਹੈਗਾ। ਇਹ ਹੈਗਾ ਇਹ ਜਿਹੜਾ ਅੱਜ ਦੇ ਸਮੇਂ 'ਚ ਸਾਡਾ ਗੈਂਗਸਟਰ ਜਿਹੜਾ ਆਪਣਾ ਲਾਣਾ ਵੱਧ ਗਿਆ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਟੋਟਲੀ ਡਿਫਰੈਂਟ ਆ। ਉਹ ਚੀਜ਼ ਵੱਖਰੀ ਸੀਗੀ, ਉਹ ਚੀਜ਼ ਕਿਵੇਂ ਵੱਖਰੀ ਸੀਗੀ? ਉਹ ਚੀਜ਼ ਇਸ ਤਰ੍ਹਾਂ ਵੱਖਰੀ ਸੀਗੀ ਕਿ ਉਸ ਵੇਲੇ ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ ਸੀ ਉਹਨੂੰ ਦੱਬਣ ਵਾਸਤੇ ਸਰਕਾਰ ਕੋਸ਼ਿਸ਼ ਕਰ ਰਹੀ ਸੀਗੀ ਕਿ ਅਸੀਂ ਇਹਨਾਂ ਲੋਕਾਂ ਦੀ ਆਵਾਜ਼ ਖਤਮ ਕਰ ਦਈਏ, ਇਹ ਆਪਣੇ ਨਾਲ ਹੋਏ ਧੱਕੇ ਦਾ ਇਨਸਾਫ ਨਾ ਮੰਗਣ ਤੇ ਚੁੱਪ ਕਰਕੇ ਘਰਾਂ ਵਿੱਚ ਬਹਿ ਜਾਣ। ਹੁਣ ਮੈਂ ਇੱਕ ਦੋ ਤੁਹਾਨੂੰ ਕੋਟ ਕਰਕੇ ਦੇਣੀਆਂ ਚਾਹੁੰਦਾ ਵਾਂ, ਕੋਟੇਸ਼ਨਸ ਜਿਹੜੀਆਂ ਵੱਖ ਵੱਖ ਰਾਈਟਰਸ ਨੇ ਲਿਖੀਆਂ ਕਿ ਜਿਹੜੇ ਮੂਵਮੈਂਟ ਦੇ ਨਾਲ ਜੁੜੇ ਲੋਕ ਹੁੰਦੇ ਨੇ ਉਹ ਭਾਵੇਂ ਅੱਜ ਕਿਸਾਨ ਸੰਘਰਸ਼ ਹੋਵੇ, ਅੱਜ ਕਿਸਾਨ ਸੰਘਰਸ਼ ਨੇ ਕੀ ਕੀਤਾ, ਇਹ ਗੱਲ ਕਹਿਣਾ ਪਿਆ ਨਾ, ਜਾਂ ਰੱਦ ਕਰੋ ਜਾਂ ਮਰਾਂਗੇ, ਮਾਰ ਦਿਓ ਨਹੀਂ ਤਾਂ ਘਰਾਂ ਨੂੰ ਨਹੀਂ ਜਾਵਾਂਗੇ। ਤਾਂ ਜਦੋਂ ਧੱਕਾ ਹੁੰਦਾ ਹੈ, ਬੇਇਨਸਾਫੀ ਹੁੰਦੀ ਹੈ, ਆਵਾਜ਼ ਨਹੀਂ ਸੁਣੀ ਜਾਂਦੀ, ਤਾਂ ਉੱਥੇ ਫਿਰ ਇਹ ਗੱਲ ਸਪਸ਼ਟ ਤੌਰ 'ਤੇ ਕਹੀ ਜਾਂਦੀ ਹੈ ਵੀ ਜਾਂ ਮਾਰ ਦਿਓ ਜਾਂ ਇਨਸਾਫ ਦੇ ਦਿਓ। ਤਾਂ ਉਹ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ? ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀਆਂ ਚਾਹੁੰਦਾ। ਹੀਰਨਾਮੇ ਕਾਰਲੇਕਰ ਨਾਂ ਦਾ ਇੱਕ ਰਾਈਟਰ ਆ, ਉਹ ਕਹਿੰਦਾ ਮੇਜਰ ਕਾਜ਼ ਆਫ ਦੇਅਰ ਡੂਇੰਗ ਸੋ ਇਜ਼ ਓਫਨ ਏ ਸੈਂਸ ਆਫ ਹਿਊਮੀਲੇਸ਼ਨ ਔਰ ਐਨ ਅਨਬੀਰੇਬਲ ਅਫਰੰਟ ਟੂ ਵਨਜ਼ ਸੈਲਫ ਰਿਸਪੈਕਟ। ਜਦੋਂ ਕਿਸੇ ਦੀ ਹੇਠੀ ਹੁੰਦੀ ਆ ਤਾਂ ਉਹਨੂੰ ਨੀਵੇਂ ਦਰਜੇ ਦਾ ਸ਼ਹਿਰੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਾਂ ਫਿਰ ਉਹ ਕਿਵੇਂ ਕਰ ਲੈਂਦੇ ਨੇ, ਇਹ ਮਰਨ ਲਈ ਤਿਆਰ ਕਿਵੇਂ ਹੋ ਜਾਂਦੇ ਨੇ? ਸਿਆਣੇ ਕਹਿੰਦੇ ਆ ਵੀ ਜਿਹੜੀ ਇੱਜ਼ਤ ਆਪ ਨੂੰ ਹੁੰਦੀ ਆ ਨਾ ਉਹਦੀ ਵੱਧ ਵੈਲਿਊ ਹੁੰਦੀ ਆ, ਮਰ ਜਾਣਾ ਉਸ ਬੰਦੇ ਵਾਸਤੇ ਜਿਹੜਾ ਅਣਖ ਵਾਲਾ ਬੰਦਾ ਉਹ ਵੱਡੀ ਗੱਲ ਹੁੰਦੀ ਆ। ਖਾਸ ਕਰਕੇ ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ, ਪੰਜਾਬ ਦੇ ਖੂਨ ਨੂੰ ਤੁਸੀਂ ਕਿਸ ਤਰ੍ਹਾਂ ਠੰਡਾ ਕਰੋਗੇ, ਗੋਲੀਆਂ ਨਾਲ? ਨਹੀਂ, ਪੰਜਾਬ ਦਾ ਖੂਨ ਗੋਲੀਆਂ ਨਾਲ ਠੰਡਾ ਨਹੀਂ ਹੋਣਾ, ਪੰਜਾਬ ਦਾ ਖੂਨ ਠੰਡਾ ਹੋਏਗਾ ਜੇ ਉਸਨੂੰ ਇਨਸਾਫ਼ ਦੀ ਠੰਡਕ ਦਿੱਤੀ ਜਾਵੇਗੀ। ਮੈਂ ਅਗਲੀ ਗੱਲ ਕਰਦਾ ਜਾਵਾਂ, ਇੱਕ ਰਾਈਟਰ ਨੇ ਹਾਰਫਰ ਲਿਖਦੇ ਆਲ ਮਾਸ ਮੂਵਮੈਂਟਸ ਜਨਰੇਟ ਇਨ ਦੇਅਰ ਐਥਰੈਂਟਸ ਰੈਡੀਨੈਸ ਟੂ ਡਾਏ, ਰੈਡੀਨੈਸ ਟੂ ਡਾਏ, ਵੀ ਭਾਈ ਮਰਨ ਲਈ ਤਿਆਰ ਹੋ ਜੇ ਸਾਡੀ ਮੂਵਮੈਂਟ 'ਚ ਹੋ ਤੇ ਮਰਨ ਲਈ ਤਿਆਰ ਹੋ ਜਾਓ
ਕਿਉਂਕਿ ਇਹ ਮੂਵਮੈਂਟ ਜਿਹੜੀ ਆ ਇਹ ਜਾਂ ਮਰਾਂਗੇ ਜਾਂ ਕੁਝ ਕਰਾਂਗੇ। ਜਦੋਂ ਇਹ ਭਾਵਨਾ ਤੁਹਾਡੇ ਸਿਟੀਜ਼ਨ ਦੇ ਵਿੱਚ ਆਉਂਦੀ ਆ ਤਾਂ ਕੀ ਇਹ ਸਟੇਟ ਦੀ ਡਿਊਟੀ ਨਹੀਂ ਹੁੰਦੀ ਕਿ ਸਟੇਟ ਉਸ ਭਾਵਨਾ ਨੂੰ ਸਮਝ ਕੇ ਉਹਨਾਂ ਦੇ ਜ਼ਖਮਾਂ 'ਤੇ ਫਿਆ ਲਾਵੇ, ਨਾ ਕਿ ਉਹਨਾਂ ਨੂੰ ਇਹ ਗੱਲ ਕਵੇ ਕਿ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੀ ਆਵਾਜ਼ ਜਿਹੜੀ ਆ ਬੁਲਟ ਫਾਰ ਬੁਲਟ ਦੀ ਜਿਹੜੀ ਭਾਵਨਾ ਉਹ ਕਦੇ ਆਵਾਜ਼ ਨੂੰ ਦੱਬ ਨਹੀਂ ਸਕਦੀ, ਆਵਾਜ਼ ਦੱਬ ਸਕਦੀ ਹੈ ਜੇ ਇਨਸਾਫ਼ ਸਕੂਨ ਦੀ ਭਾਵਨਾ ਲੋਕਾਂ ਵਿੱਚ ਸ਼ਹਿਰੀਆਂ ਵਿੱਚ ਭਰੀ ਜਾਏਗੀ। ਬਿਲਕੁਲ ਸੁਖਵੀਰ ਜੀ, ਜਦੋਂ ਵੀ ਕੁਛ ਇਸ ਤਰ੍ਹਾਂ ਦਾ ਵਾਪਰਦਾ ਹੈ ਤੇ ਉਹਦੇ ਤੋਂ ਇੱਕ ਸੁਨੇਹਾ ਸਮਾਜ ਵਿੱਚ ਜਾਂਦਾ ਹੈ ਤੇ ਇੱਕ ਡਾਇਰੈਕਟ ਜਿਹੜਾ ਅਸਰ ਆ ਉਹ ਉਸ ਪਰ ਜਿਹਦੇ ਨਾਲ ਜੇ ਝੂਠਾ ਮੁਕਾਬਲਾ ਬਣਾਇਆ ਜਾਂਦਾ ਹੈ ਉਹਦੇ ਪਰਿਵਾਰ 'ਤੇ ਪੈਂਦਾ ਹੈ। ਸਮਾਜ ਲਈ ਇਸ ਦਾ ਕੀ ਅਸਰ ਪੈਂਦਾ ਝੂਠੇ ਮੁਕਾਬਲੇ ਵੇਖ ਕੇ ਤੇ ਪਰਿਵਾਰ 'ਤੇ ਇਸ ਦਾ ਕੀ ਅਸਰ ਪੈ ਸਕਦਾ? ਸਵਾਲ ਇਹ ਆ ਜੀ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਕਿਡਨੈਪ ਕਰੋਗੇ ਤੇ ਉਹ ਕਿਡਨੈਪਿੰਗ ਐਂਡ ਅਬਡਕਸ਼ਨ ਜਿਹੜਾ ਹੈਗਾ ਇਹ ਸੈਕਸ਼ਨ ਸਾਡਾ 364 ਬੜੇ ਕੇਸਾਂ ਵਿੱਚ ਜਿਹੜੇ ਬੰਦੇ ਘਰੋਂ ਚੁੱਕ ਕੇ ਮਾਰ ਦਿੱਤੇ ਗਏ ਉਹ ਸੈਕਸ਼ਨ ਪ੍ਰੂਵ ਹੋਇਆ ਪੁਲਿਸ ਦੇ ਖਿਲਾਫ਼ ਬਾਅਦ 'ਚ। ਈਵਨ ਜਸਵੰਤ ਸਿੰਘ ਖਾਲੜਾ ਦੇ ਕੇਸ 'ਚ ਵੀ ਇਹ ਸੈਕਸ਼ਨ ਪ੍ਰੂਵ ਹੋਇਆ ਪੁਲਿਸ ਦੇ ਖਿਲਾਫ਼ ਕਿ ਸਾਨੂੰ ਅਜੇ ਤੱਕ ਇਸ ਗੱਲ ਤੋਂ ਅਕਲ ਜਾਂ ਸਬਕ ਸਿੱਖਣ ਦੀ ਲੋੜ ਨਹੀਂ ਹੈਗੀ। ਇਨ ਕੇਸ ਆਫ ਪੰਜਾਬ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਤੁਸੀਂ ਦੱਬਣ ਦੀ ਕੋਸ਼ਿਸ਼ ਕਰੋਗੇ ਉਹ ਤੁਹਾਨੂੰ ਮਾਨਸਿਕ ਪੀੜਾ ਦੇਵੇਗੀ, ਮਰਨ ਵਾਲੇ ਨੂੰ ਤੁਸੀਂ ਮਾਰ ਦਿੰਦੇ ਹੋ, ਉਹਦੇ ਪਿੱਛੇ ਰਹਿਣ ਵਾਲੇ ਉਹਦੇ ਖੂਨ ਦੇ ਰਿਸ਼ਤੇ ਉਹਦੇ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਲੋਕ ਉਹਨਾਂ ਨੂੰ ਖਾਮੋਸ਼ ਕਿਵੇਂ ਕਰੋਗੇ, ਉਹਨਾਂ ਨੂੰ ਸੰਤੁਸ਼ਟ ਕਿਵੇਂ ਕਰੋਗੇ, ਉਹਨਾਂ ਨੂੰ ਕਿਵੇਂ ਸਮਝਾਓਗੇ ਕਿ ਸਾਡਾ ਜਿਹੜਾ ਇਹ ਪ੍ਰਕਿਰਿਆ ਅਪਣਾਈ ਗਈ ਸੀ ਉਸ ਬੰਦੇ ਨੂੰ ਖਤਮ ਕਰਨ ਦੀ ਉਹ ਇਨਸਾਫ਼ ਵਾਲੀ ਸੀ, ਉਹ ਕਾਨੂੰਨ ਦੇ ਅਨੁਸਾਰ ਸੀ, ਉਹ ਕਾਨਸਟੀਟਿਊਸ਼ਨਲ ਸੀ, ਉਹ ਡੈਮੋਕ੍ਰੇਸੀ ਦੀਆਂ ਭਾਵਨਾਵਾਂ ਦੇ ਵਿੱਚ ਸੀ। ਅੱਜ ਸਾਡੇ ਸਾਹਮਣੇ ਜੈਪਾਲ ਭੁੱਲਰ ਦਾ ਕੇਸ ਵਾਪਰਿਆ। ਮੈਂ ਇਹ ਨਹੀਂ ਕਹਿੰਦਾ ਕਿ ਜੈਪਾਲ ਭੁੱਲਰ ਨੇ ਜੋ ਕੁਝ ਕੀਤਾ ਹੋਏਗਾ ਉਹ ਸਹੀ ਹੋਏਗਾ, ਗੈਰ ਕਾਨੂੰਨੀ ਨਹੀਂ ਹੋਏਗਾ, ਪਰ ਸਵਾਲ ਇਹ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਜਾ ਸਕਦਾ ਸੀ ਜਾਂ ਨਹੀਂ ਕੀਤਾ ਜਾ ਸਕਦਾ, ਇਹ ਪ੍ਰਸਥਿਤੀਆਂ ਜਾਣਦੀਆਂ। ਪਰ ਜੋ ਲੋਕਾਂ ਦੀ ਆਵਾਜ਼ ਜੋ ਮੀਡੀਆ ਦੇ ਰਾਹੀਂ ਰਿਪੋਰਟ ਸਾਡੇ ਕੋਲ ਉਹਨਾਂ ਦੇ ਪੇਰੈਂਟਸ ਦੀਆਂ ਅਤੇ ਉਹਦੇ ਆਲੇ ਦੁਆਲੇ ਦੀਆਂ ਪਹੁੰਚ ਰਹੀਆਂ, ਇੱਥੋਂ ਤੱਕ ਵੀ ਸ਼ਮਾ ਜੀ ਸੁਣਨ ਨੂੰ ਮਿਲ ਰਿਹਾ ਕਿ ਉਹ ਬੰਦਿਆਂ ਦੀ ਅਰੈਸਟ ਕੁਝ ਦਿਨ ਪਹਿਲਾਂ ਹੋ ਗਈ ਸੀ ਅਤੇ ਉਹਨਾਂ ਨੂੰ ਇੱਥੇ ਲਿਆ ਕੇ ਮਾਰਿਆ ਗਿਆ ਪੰਜਾਬ 'ਚ। ਪਤਾ ਨਹੀਂ ਇਹ ਕੀ ਹੈ, ਸੱਚ ਹੈ ਕਿ ਨਹੀਂ, ਰਿਊਮਰਸ ਆ ਰਹੇ ਨੇ, ਇਹ ਵੀ ਦੱਸਿਆ ਜਾ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਕਿ ਉੱਥੇ ਸਾਡਾ ਜਿਹੜਾ ਆਲਾ ਦੁਆਲਾ ਸੀਗਾ, ਗੁਆਂਢੀਆਂ ਨੇ ਵੀ ਦੱਸਿਆ, ਉੱਥੋਂ ਦੇ ਮੀਡੀਆ ਪਰਸਨ ਨੇ ਵੀ ਦੱਸਿਆ ਵੀ ਉਹਨਾਂ ਬੰਦਿਆਂ ਨੂੰ ਫੜ ਕੇ ਮਾਰਿਆ ਗਿਆ। ਹੁਣ ਇਹ ਗੱਲ ਪੁਖਤਾ ਕਿਵੇਂ ਹੋ ਰਹੀ ਹੈ? ਇਹ ਗੱਲ ਪੁਖਤਾ ਇਸ ਕਰਕੇ ਹੋ ਰਹੀ ਹੈ ਕਿ ਪਰਿਵਾਰ ਬਜੇਦ ਹੈ ਕਿ ਅਸੀਂ ਉਹਦਾ ਰੀਪੋਸਟਮਾਰਟਮ ਕਰਵਾਉਣਾ ਅਤੇ ਸਰਕਾਰ ਬਜੇਦ ਹੈ ਕਿ ਅਸੀਂ ਨਹੀਂ ਹੋਣ ਦੇਣਾ। ਇਹ ਗੱਲ ਕਿਵੇਂ ਪ੍ਰੂਵ ਹੁੰਦੀ ਆ ਕਿ ਸਰਕਾਰ ਬਜੇਦ ਕਿਉਂ ਆ? ਸਰਕਾਰ ਬਜੇਦ ਇਸ ਤਰ੍ਹਾਂ ਜੋ ਗੱਲ ਸਾਡੇ ਸਾਹਮਣੇ ਮੀਡੀਆ ਪਰਸਨ ਦੇ ਰਾਹੀਂ ਜਾਂ ਉਹਨਾਂ ਦੇ ਪਰਿਵਾਰ ਦੀ ਆਵਾਜ਼ ਆ ਰਹੀ ਹੈ ਕਿ ਸਾਨੂੰ ਅਸੀਂ ਹਲਕੇ ਦੇ ਕਾਂਗਰਸੀ ਆਗੂ ਨਾਲ ਅਪਰੋਚ ਕੀਤੀ ਕਿ ਸਾਨੂੰ ਉਹਦੀ ਲਾਸ਼ ਦਵਾ ਦਿਓ, ਤਾਂ ਉਹਨੇ ਕਿਹਾ ਵੀ ਨਹੀਂ ਭਾਈ, ਇਹ ਤੇ ਗ੍ਰਹਿ ਮੰਤਰੀ ਨੇ ਹੋਲਡ ਕਰ ਲਿਆ ਕੇਸ, ਇਹ ਤਾਂ ਪੰਜਾਬ ਸਰਕਾਰ ਨੇ ਦੇਖਣਾ ਕੀ ਆ, ਅਸੀਂ ਇਹਦੇ 'ਚ ਕੁਛ ਨਹੀਂ ਕਰ ਸਕਦੇ। ਪੰਜਾਬ ਸਰਕਾਰ ਨੂੰ ਪੁਲਿਸ ਦੀ ਧਿਰ ਬਣਨ ਦੀ ਕੀ ਲੋੜ ਹੈ? ਮੈਂ ਅੱਗੇ ਵੀ ਗੱਲ ਕਰ ਹਟਿਆ ਕਿ ਸਰਕਾਰਾਂ ਪੁਲਿਸ ਨੂੰ ਵਰਤ ਲੈਂਦੀਆਂ ਨੇ, ਬੜੇ ਕੇਸਾਂ 'ਚ ਲੋਕਾਂ ਨੂੰ ਸਜਾਵਾਂ ਹੋਈਆਂ ਨੇ ਪੁਲਿਸ ਨੂੰ। ਪੁਲਿਸ ਦਾ ਇੰਟਰਸਟ ਸਿਰਫ ਇੱਦਾਂ ਹੋ ਸਕਦਾ, ਉਹ ਵੀ ਕੁਝ ਲੋਕਾਂ ਦਾ, ਕੁਝ ਮਿਕਦਾਰ ਹੋਏਗੀ ਜਿਹੜੇ ਲੋਕ ਤਰੱਕੀ ਚਾਹੁੰਦੇ ਨੇ, ਕਿਸੇ ਦੇ ਸਿਰ 'ਤੇ ਕਿਸੇ ਦੇ ਮਾਂ ਦੀ ਪੁੱਤ ਦਾ ਕਤਲ ਕਰਕੇ ਆਪਣੀ ਤਰੱਕੀ ਚਾਹੁੰਦੇ ਨੇ, ਸਟਾਰ ਚਾਹੁੰਦੇ ਨੇ ਮੋਢਿਆਂ 'ਤੇ, ਪਰ ਹਰ ਬੰਦਾ ਇਸ ਤਰ੍ਹਾਂ ਦਾ ਨਹੀਂ ਹੋਏਗਾ ਪੁਲਿਸ ਦੇ ਵਿੱਚ। ਉਹਨਾਂ ਕੁਝ ਲੋਕਾਂ ਦੇ ਕਰਕੇ ਇਸ ਤਰ੍ਹਾਂ ਦਾ ਜਿਹੜਾ ਸਰਕਾਰ ਦੀ ਝੋਲੀ ਬਦਨਾਮੀ ਆਉਂਦੀ ਆ ਅਤੇ ਸਰਕਾਰ ਫਿਰ ਉਹਦਾ ਬਰਾਬਰ ਦਾ ਹਿੱਸੇਦਾਰ ਹੁੰਦੀ ਆ। ਸਰਕਾਰ ਵੱਲੋਂ ਇਹ ਸਾਰਾ ਏਜੰਡਾ ਲਿਆ ਕੇ ਪੁਲਿਸ ਨੂੰ ਹੱਥ ਖੋਲ੍ਹ ਦਿੱਤੇ ਜਾਂਦੇ ਆ। ਈਵਨ ਇਸ ਤਰ੍ਹਾਂ ਦੀ ਇੱਕ ਰਿਕਾਰਡਿੰਗ ਵੀ ਸਾਹਮਣੇ ਆ ਰਹੀ ਆ, ਪਰਿਵਾਰ ਇਹ ਰਿਕਾਰਡਿੰਗ ਸੁਣਾ ਰਿਹਾ ਕਿ ਉਸਦੀ ਗੱਲ ਹੋ ਰਹੀ ਆ ਕਿਸੇ ਬੰਦੇ ਦੀ ਪੁਲਿਸ ਵਾਲਿਆਂ ਨਾਲ, ਐਸ ਐਸ ਪੀ ਦੇ ਨਾਲ ਸ਼ਾਇਦ ਗੱਲ ਹੋ ਰਹੀ ਆ ਕਿ ਸਰੈਂਡਰ ਕਰਨਾ ਚਾਹੁੰਦਾ।
ਤੇ ਉਹ ਕਹਿੰਦੇ ਵੀ ਸਿਲੰਡਰ ਸਲੰਡਰ ਵਾਲੀ ਗੱਲ ਹੁਣ ਕੋਈ ਨਹੀਂ, ਸਾਡੇ ਤੋਂ ਬੰਦੇ ਮਾਰ ਦਿੱਤੇ। ਹੁਣ ਜਿਹੜੇ ਦੋ ਪੁਲਿਸ ਵਾਲੇ ਪਰਿਵਾਰ ਦੇ ਮੈਂਬਰ ਮਰੇ ਨੇ, ਦੁੱਖ ਹੈ ਸਾਨੂੰ, ਜਿਸ ਦਿਨ ਇਹ ਘਟਨਾ ਹੋਈ ਸੀਗੀ ਅਸੀਂ ਇਸ ਗੱਲ ਦਾ ਦੁੱਖ ਮਹਿਸੂਸ ਕੀਤਾ ਸੀ ਕਿ ਉਹ ਦੋ ਪਰਿਵਾਰ ਦੇ ਮੈਂਬਰ ਜਿਹੜੇ ਡਿਊਟੀ ਕਰਨ ਵਾਸਤੇ ਖੜੇ ਸੀਗੇ ਉਹਨਾਂ ਨੂੰ ਇੰਨੀ ਬੇਦਰਦੀ ਨਾਲ ਮਾਰ ਦਿੱਤਾ ਗਿਆ। ਇਹ ਵੀ ਘਟਨਾ ਨਿੰਦਣਯੋਗ ਹੈ, ਬਹੁਤ ਮਾੜੀ। ਪਰ ਸਵਾਲ ਇਹ ਕਿ ਜੇ ਜੈਪਾਲ ਭੁੱਲਰ ਨੇ ਮਾਰਿਆ ਸੀਗਾ, ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਕਿਉਂ ਅਕਿਊਜ਼ ਸੀਗੇ, ਜਿਹੜੇ ਚਾਰ ਬੰਦਿਆਂ 'ਤੇ ਪਰਚਾ ਹੋਇਆ, ਉਹ ਕਹਿ ਰਹੇ ਕਿ ਜੈਪਾਲ ਭੁੱਲਰ ਨੇ ਨਹੀਂ ਮਾਰਿਆ ਉਹਨਾਂ ਨੂੰ। ਇਹ ਉਹਨਾਂ ਦਾ ਕਨਫੈਸ਼ਨ ਹੈ ਪੁਲਿਸ ਦੇ ਕੋਲ, ਜਿਹੜਾ ਪੁਲਿਸ ਦੇ ਰਿਕਾਰਡ 'ਚ, ਕਿ ਉਹਨੇ ਜੈਪਾਲ ਭੁੱਲਰ ਨੇ ਉਹਨਾਂ ਨੂੰ ਨਹੀਂ ਮਾਰਿਆ। ਮੈਂ ਕਹਿੰਦਾ ਮਾਰਿਆ ਜਾਂ ਨਹੀਂ ਮਾਰਿਆ, ਇਹ ਸਵਾਲ ਸੀਗਾ ਇਨਕੁਆਇਰੀ ਦਾ, ਇਹ ਸਵਾਲ ਸੀਗਾ ਕਿ ਇੱਕ ਜੁਡੀਸ਼ੀਅਲ ਪ੍ਰੋਸੈਸ ਵਿੱਚੋਂ ਚੀਜ਼ ਲੰਘ ਕੇ ਜਾਣੀ ਸੀ ਤਾਂ ਉਸ ਤੋਂ ਬਾਅਦ ਉਹਨੂੰ ਸਾਬਤ ਕਰ ਦਿੱਤਾ ਜਾਂਦਾ, ਕਿਉਂਕਿ ਪੁਲਿਸ ਦੇ ਹੱਥ ਸੀਗਾ ਸਾਰਾ ਕੁਝ, ਪੁਲਿਸ ਨੇ ਸਾਰਾ ਕੁਝ ਰਿਕਾਰਡ ਤਿਆਰ ਕਰਨਾ ਸੀ, ਚਲਾਨ ਪੇਸ਼ ਕਰਨਾ ਸੀ। ਪਰ ਸਵਾਲ ਆ, ਮੁੱਖ ਦੀ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਉਸ ਬੰਦੇ ਨੂੰ ਜਿਸ ਦਿਨ ਦਾ, ਇਹ ਗੱਲ ਵੀ ਪਰਿਵਾਰ ਤੋਂ ਸਾਹਮਣੇ ਆ ਰਹੀ ਕਿ ਜਿਸ ਦਿਨ ਦੇ ਉਹ ਦੋ ਬੰਦੇ ਮਰ ਗਏ ਸੀਗੇ ਉਸ ਦਿਨ ਦਾ ਹੀ ਪੁਲਿਸ ਦੀ ਕਿਸੇ ਵੱਡੇ ਅਫਸਰਾਂ ਦੀ ਮੀਟਿੰਗ ਹੋਈ ਸੀ ਤੇ ਉਸ ਦਿਨ ਦਾ ਹੀ ਡਿਸਾਈਡ ਕਰ ਲਿਆ ਗਿਆ ਸੀਗਾ ਕਿ ਅਸੀਂ ਇਹਨਾਂ ਬੰਦਿਆਂ ਨੂੰ ਹੁਣ ਬਖਸ਼ਣਾ ਨਹੀਂ ਹੈ ਕਿਸੇ ਵੀ ਕੀਮਤ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੀ ਪੋਸਟਮਾਰਟਮ ਦੇ ਵਿੱਚ ਕੀ ਡਰੇ ਸਾਨੂੰ ਕਿ ਅਸੀਂ ਉਹ ਦੁਬਾਰਾ ਰੀ ਪੋਸਟਮਾਰਟਮ ਨਹੀਂ ਹੋਣ ਦਿੰਦੇ। ਚੰਗੀ ਗੱਲ ਹੈ, ਸਗੋਂ ਹੋਰ ਲੋਕਾਂ ਦਾ ਵਿਸ਼ਵਾਸ ਵਧੇਗਾ ਜੇ ਤੁਸੀਂ ਐਕਚੁਅਲੀ ਉਹਨੂੰ ਇਨਕਾਊਂਟਰ ਵਿੱਚ ਮਾਰਿਆ ਜਿੱਥੇ ਪੁਲਿਸ ਨੂੰ ਡਰ ਸੀਗਾ ਸੈਲਫ ਡਿਫੈਂਸ ਦੇ ਵਿੱਚ ਕਿ ਸਾਨੂੰ ਮਾਰ ਦੇਣਾ ਸੀਗਾ ਉਹਨਾਂ ਨੇ ਜੇ ਅਸੀਂ ਨਾ ਮਾਰ ਦਿੱਤਾ ਤਾਂ ਠੀਕ ਹੈ। ਪਰ ਇੱਕ ਗੱਲ ਮੈਂ ਇੱਥੇ ਸਪਸ਼ਟ ਕਰਦਾ ਜਾਵਾਂ, ਪਰਿਵਾਰਾਂ ਦੇ ਮਨਾਂ 'ਚ ਸੇਕ ਰਹਿੰਦਾ ਹੈ, ਜਿਹੜਾ ਸਾਡਾ ਸੈਕਸ਼ਨ 99 ਆ ਨਾ, ਉਹ ਇਹ ਕਹਿੰਦਾ ਹੈ ਕਿ ਜੇ ਪੁਲਿਸ ਦੀ ਭਾਵਨਾ ਮੈਲਾਫਾਈਡ ਹੈ, ਜੇ ਪ੍ਰੂਵ ਹੋ ਜਾਂਦਾ ਹੈ ਕਿ ਪੁਲਿਸ ਨੇ ਉਸ ਬੰਦੇ ਨੂੰ ਉਹਦੇ ਕੋਲ ਪੁਖਤਾ ਸਮਾਂ ਅਤੇ ਪੁਖਤਾ ਮੌਕਾ ਸੀ ਕਿ ਉਸ ਬੰਦੇ ਨੂੰ ਅਰੈਸਟ ਕੀਤਾ ਜਾ ਸਕਦਾ ਸੀ, ਅਤੇ ਜੇ ਪੁਲਿਸ ਨਹੀਂ ਕਰਦੀ, ਜਾਣ ਬੁੱਝ ਕੇ ਮਾਰਦੀ ਆ, ਤਾਂ ਪੁਲਿਸ 'ਤੇ ਵੀ ਦੋਸ਼ ਬਰਾਬਰ ਜਿਹੜਾ ਵਾ ਉਹ ਮਰਡਰ ਦਾ ਹੀ ਲੱਗੇਗਾ। ਤੇ ਅੱਜ ਪਰਿਵਾਰ ਇਹ ਸਾਬਤ ਕਰਨ 'ਤੇ ਲੱਗਿਆ ਹੋਇਆ ਹੈ ਕਿ ਸਾਡੇ ਮੁੰਡੇ ਨੂੰ ਇਹਨਾਂ ਨੇ ਫੜ ਕੇ ਮਾਰਿਆ, ਉਹਦੀਆਂ ਬਾਹਾਂ ਟੁੱਟੀਆਂ ਨੇ, ਮੋਢਾ ਉਤਰਿਆ ਹੋਇਆ। ਹੁਣ ਸੱਚ ਕੀ ਇਹ ਪੁਲਿਸ ਜਾਣਦੀ ਹੈ, ਉੱਥੋਂ ਦੇ ਚਸ਼ਮਦੀਦ ਜਾਣਦੇ ਨੇ, ਜਿਹੜੇ ਲੋਕ ਇਨਵਾਲਵ ਹੋਣਗੇ ਉਸ ਸਾਰੇ ਐਕਸ਼ਨ ਦੇ ਵਿੱਚ। ਪਰ ਜੇ ਪੁਲਿਸ ਜਾਂ ਸਾਡਾ ਪ੍ਰਸ਼ਾਸਨ ਪਹਿਲੇ ਦਿਨ ਹੀ ਆਗਿਆ ਦੇ ਦਿੰਦਾ, ਮੇਰੇ ਖਿਆਲ 'ਚ ਅੱਜ 10 ਦਿਨ ਹੋ ਗਿਆ ਜੀ ਉਹਦੀ ਲਾਸ਼ ਨੂੰ ਘਰੇ ਪਈ, ਤਾਂ ਮੇਰੇ ਖਿਆਲ 'ਚ ਜੇ ਉੱਦਣ ਹੀ ਪ੍ਰਸ਼ਾਸਨ ਇਸ ਗੱਲ ਦੀ ਆਗਿਆ ਦੇ ਦਿੰਦਾ ਵੀ ਚਲੋ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕਰ ਲਓ, ਆਪਣੀ ਹਾਜ਼ਰੀ 'ਚ ਕਰਾ ਲਓ, ਜੇ ਅਸੀਂ ਸੱਚੇ ਸੀਗੇ ਤਾਂ ਫਰਕ ਨਹੀਂ ਸੀਗਾ ਪੈਣ ਲੱਗਾ, ਕਿਉਂਕਿ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਰਾਈਟ ਟੂ ਲਾਈਫ ਤਾਂ ਹੈਗਾ, ਇਹ ਕਿਸੇ ਨੂੰ ਮਾਰ ਦੇਣ ਦਾ ਹੱਕ ਤਾਂ ਨਹੀਂ ਹੈਗਾ, ਭਾਵੇਂ ਉਹ ਜੁਡੀਸ਼ੀਅਲ ਪ੍ਰੋਸੈਸ ਹੋਵੇ ਅਤੇ ਭਾਵੇਂ ਉਹ ਪੁਲਿਸ ਦੀ ਐਕਸਟਰਾ ਕਿਲਿੰਗ ਹੋਵੇ। ਸਵਾਲ ਇਹ ਆ ਕਿ ਅਸੀਂ ਉਸ ਪਰਿਵਾਰ ਨੂੰ ਇਸ ਇਨਸਾਫ ਵਿੱਚ, ਇਸ ਜੁਡੀਸ਼ੀਅਲ ਸਿਸਟਮ ਵਿੱਚ ਉਹਦਾ ਵਿਸ਼ਵਾਸ ਕਿਵੇਂ ਬਣਾਉਣਾ, ਕਿ ਉਹ ਵੀ ਤਾਂ ਇੱਕ ਪਿਓ ਸਾਬਕਾ ਪੁਲਿਸ ਦਾ ਅਫਸਰ ਹੈ। ਇਸ ਕਰਕੇ ਪਰਿਵਾਰ ਇੱਕ ਨਹੀਂ, ਬੜੇ ਪਰਿਵਾਰ ਨੇ। ਤਾਂ ਮੈਂ ਇੱਕ ਗੱਲ ਇੱਥੇ ਵੀ ਦੱਸ ਦਿਆਂ, ਤੁਸੀਂ 84 ਦੀ ਗੱਲ ਕੀਤੀ, 84 ਤੋਂ ਬਾਅਦ ਬੜੇ ਪਰਿਵਾਰ ਜਿਹੜੇ ਸਖਤੇ ਵਿੱਚ ਨੇ, ਭਾਵੇਂ ਉਹ ਪੁਲਿਸ ਦੇ ਪਰਿਵਾਰਾਂ ਦੀ ਆਪਣਾ ਕਿਲਿੰਗ ਹੋਵੇ ਅਤੇ ਭਾਵੇਂ ਆਮ ਨੌਜਵਾਨਾਂ ਦੀ ਕਿਲਿੰਗ ਹੋਵੇ, ਮੈਂ ਕਹਿੰਦਾ ਸਾਡੇ ਰਾਹੁਲ ਜੀ ਹੁੜੀ ਅਜੇ ਤੱਕ ਪੈਰਾਂ ਸਿਰ ਨਹੀਂ ਆਏ, ਉਹਨਾਂ ਦੇ ਪਰਿਵਾਰ 'ਚ 2 ਕਿਲਿੰਗ ਹੋਈਆਂ। ਉਹ ਅਜੇ ਤੱਕ, ਮਤਲਬ ਕਈ ਵਾਰ ਇਹ ਗੱਲ 'ਤੇ ਚਰਚਾ ਹੁੰਦੀ ਆ ਕਿ ਰਾਹੁਲ ਗਾਂਧੀ ਇਸ ਤਰੀਕੇ ਨਾਲ ਪਾਰਟੀ ਨੂੰ ਸਹੀ ਤਰੀਕੇ ਨਾਲ ਕਿਉਂ ਨਹੀਂ ਸੰਭਾਲ ਪਾ ਰਿਹਾ ਕਿ ਕਾਂਗਰਸ ਲਗਾਤਾਰ ਵਿਘਟਣ ਵਾਲੇ ਪਾਸੇ ਜਾ ਰਹੀ। ਤਾਂ ਮੈਂ ਇਹ ਮਹਿਸੂਸ ਕਰਦਾ ਜਾਂ ਲੋਕ ਇਹ ਮਹਿਸੂਸ ਕਰਦੇ ਨੇ ਵੀ ਕਿਤੇ ਨਾ ਕਿਤੇ ਜਦੋਂ ਉਸ ਪਰਿਵਾਰ ਵਿੱਚ 2 ਕਤਲ ਲਗਾਤਾਰ ਹੋਏ ਤਾਂ ਉਸ ਸਾਏ ਵਿੱਚ ਉਹ ਪਲੇ ਬੱਚੇ ਜਿਹੜੇ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ 'ਚ ਗਏ ਅਤੇ ਆਲੇ ਦੁਆਲੇ ਉਹਨਾਂ ਦੀ ਸਿਕਿਉਰਿਟੀ ਰਹੀ, ਉਹ ਬੱਚੇ ਮਾਨਸਿਕ ਤੌਰ 'ਤੇ ਪੁਖਤਾ ਨਹੀਂ ਹੋ ਸਕਦੇ, ਮਾਨਸਿਕ ਤੌਰ 'ਤੇ ਮਜ਼ਬੂਤ ਨਹੀਂ ਹੋ ਸਕਦੇ। ਅਤੇ ਇਹ ਹੋਣੀ ਸਾਡੇ ਪੰਜਾਬ ਦੇ ਬੜੇ ਘਰਾਂ ਦੀ ਹੈ, ਬੜੇ ਬਜ਼ੁਰਗਾਂ ਦੀ ਹੈ, ਬੜੇ ਪਰਿਵਾਰਾਂ ਦੀ ਹੈ, ਜਿਹੜੇ ਮਾਨਸਿਕ ਤੌਰ 'ਤੇ ਬਾਅਦ 'ਚ ਡਿਸਟਰਬ ਹੋ ਗਏ, ਇੱਕ ਤਾਂ ਮਾਰ ਦਿੱਤੇ ਗਏ, ਇੱਕ ਜਿਉਂਦੇ ਮੋਏ ਹੋਏ ਨੇ। ਇਸ ਕਰਕੇ ਪੰਜਾਬ ਦੀ ਕਹਾਣੀ ਜਿਹੜੀ ਆ 84 ਤੋਂ ਲੈ ਕੇ ਹੁਣ ਤੱਕ ਜਿਹੜੀ ਆ ਜੁੜੀ ਹੋਈ ਆ, ਅਤੇ ਇਹ ਜਿਹੜਾ ਗੈਂਗਸਟਰ ਸਿਸਟਮ ਆਇਆ ਸਾਡੇ ਵਿੱਚ, ਇਹਦੇ ਪਿੱਛੇ ਵੀ ਇੱਕ ਲੰਮੀ ਦਾਸਤਾਨ। ਤੇ ਸੁਖਬੀਰ ਜੀ, ਜਦੋਂ ਝੂਠਾ ਮੁਕਾਬਲਾ ਹੁੰਦਾ ਹੈ ਤੇ ਉਸ ਤੋਂ ਪਰਿਵਾਰ ਜਿਹੜਾ ਹੈ ਉਹ ਨਹੀਂ ਇਸ ਗੱਲ ਤੋਂ ਖੁਸ਼ ਤੇ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਅਨਿਆਂ ਹੋਇਆ ਤੇ ਅਨਿਆਂ ਦਾ ਉਹਨਾਂ ਨੇ ਮਤਲਬ ਕਿ ਫਰਿਆਦ ਕਰਨ ਵਾਸਤੇ ਹੈ ਨਾ ਕਿ ਹਾਈ ਕੋਰਟ ਕੋਲ, ਜੁਡੀਸ਼ਰੀ ਸਿਸਟਮ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਆ ਉਹਦੇ ਕੋਲ ਜਾਣਾ ਹੁੰਦਾ।
ਹੁਣ ਹਾਲ ਹੀ ਵਿੱਚ ਜਿਹੜਾ ਹਾਈ ਕੋਰਟ ਤੋਂ ਫੈਸਲਾ ਆਇਆ ਉਹਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਆਮ ਜਨਤਾ ਦੇ ਵਿੱਚ ਕੀ ਸੁਣਿਆ ਗਿਆ ਕਿ ਲੋਕਾਂ ਦਾ ਵਿਸ਼ਵਾਸ ਜੁਡੀਸ਼ੀਅਲ ਸਿਸਟਮ ਤੇ ਬਣਿਆ ਰਹੇਗਾ? ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਆਇਆ, ਪਹਿਲਾਂ ਆਪਾਂ ਉਹਨੂੰ ਸਮਝੀਏ। ਹਾਈ ਕੋਰਟ ਦਾ ਆਰਡਰ ਇਹ ਨਹੀਂ ਆਇਆ ਕਿ ਇਹਦਾ ਪੋਸਟਮਾਰਟਮ ਦੁਬਾਰਾ ਹੋਣਾ ਜਾਂ ਨਹੀਂ ਹੋਣਾ ਇਸ ਲਾਸ਼ ਦਾ। ਜੀ ਉਹਨਾਂ ਨੇ ਇਸ ਗੱਲ ਤੋਂ ਕਹਿ ਕੇ ਇਨਕਾਰ ਕੀਤਾ ਸੁਣਨ ਤੋਂ ਕਿ ਸਾਡੀ ਜੁਰਿਸਡਿਕਸ਼ਨ ਨਹੀਂ ਬਣਦੀ, ਕਿਉਂਕਿ ਇਹ ਪੋਸਟਮਾਰਟਮ ਜਿਹੜਾ ਪਹਿਲਾਂ ਹੋਇਆ ਹੈ ਉਹ ਕਲਕੱਤਾ 'ਚ ਹੋਇਆ, ਇੱਥੋਂ 1700 ਕਿਲੋਮੀਟਰ ਦੂਰ। ਤਾਂ ਜਿਹੜਾ ਇਹ ਇਨਕਾਊਂਟਰ ਹੋਇਆ ਉਹ ਵੀ ਕਲਕੱਤਾ 'ਚ ਹੋਇਆ, ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਡਾਇਰੈਕਸ਼ਨ ਦਿੱਤੀਆਂ ਹੈ ਕਿ ਇਹ ਤੁਹਾਡੀ ਜੁਰਿਸਡਿਕਸ਼ਨ 'ਚ ਆ, ਤੁਸੀਂ ਇਹਨੂੰ ਸੁਣ ਸਕਦੇ ਹੋ। ਪੋਸਟਮਾਰਟਮ ਤਾਂ ਇੰਡੀਆ ਦੇ ਕਿਸੇ ਪਾਰਟ ਵਿੱਚ ਵੀ ਹੋ ਸਕਦਾ। ਸੈਕੰਡਲੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਡੈਡ ਬੋਡੀ ਆ ਉਹਨੂੰ ਸਟੇਟ ਪ੍ਰਕਿਓਰ ਕਰੇ, ਉਹਨੂੰ ਸਹੀ ਸਾਂਭ ਸੰਭਾਲ ਕਰੀ ਉਹਦੇ ਉਨੇ ਦਿਨ ਜਿੰਨੇ ਦਿਨ ਤੱਕ ਇਹ ਡਿਸਪੋਜ਼ ਆਫ ਨਹੀਂ ਹੁੰਦਾ ਮੈਟਰ, ਤੇ ਨਾਲ ਹੀ ਹਾਈ ਕੋਰਟ ਨੂੰ 21 ਤਰੀਕ ਨੂੰ ਸੁਣਵਾਈ ਵਾਸਤੇ ਕਿਹਾ, ਕਿਉਂਕਿ ਉਹ ਸ਼ਾਇਦ ਵਿੱਚ ਛੁੱਟੀਆਂ ਆ ਗਈਆਂ ਨੇ, ਤਾਂ ਛੁੱਟੀਆਂ ਤਾਂ ਵੈਸੇ ਵੀ ਮਤਲਬ ਆਪਣਾ ਕੋਰਟ ਦੇ ਵਿੱਚ ਚੱਲ ਰਹੀਆਂ, ਪਰ ਐਤਵਾਰ ਹੋਣ ਕਰਕੇ ਮਤਲਬ ਇਹ 21 ਤਰੀਕ ਵਿੱਚ ਹੁਣ ਸੁਣਵਾਈ ਹੋਣੀ ਆ ਕਿ ਹਾਈ ਕੋਰਟ ਇੱਥੇ ਫੈਸਲਾ ਕੀ ਲੈਂਦੀ ਆ ਕਿ ਰੀ ਪੋਸਟਮਾਰਟਮ ਹੋਣਾ ਜਾਂ ਨਹੀਂ ਹੋਣਾ। ਪਰ ਆਮ ਜਨਤਾ ਦੀ, ਆਮ ਲੋਕਾਂ ਦੀ ਰਾਏ ਆ ਕਿ ਰੀ ਪੋਸਟਮਾਰਟਮ ਹੋ ਜਾਣਾ ਚਾਹੀਦਾ, ਜਿਹਦੇ ਨਾਲ ਕੋਈ ਵੀ ਸ਼ੱਕ ਸੰਦੇਹ ਲੋਕਾਂ ਦੇ ਮਨ ਵਿੱਚ, 1% ਲੋਕਾਂ ਦੇ ਮਨ ਵਿੱਚ ਵੀ ਨਾ ਰਹੇ ਕਿ ਜੇ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਤਾਂ ਉਹ ਇਨਕਾਊਂਟਰ ਜਿਹੜਾ ਬੰਦੇ ਨੂੰ ਅਰੈਸਟ ਕਰਨ ਤੋਂ ਬਾਅਦ ਹੋਇਆ, ਜਾਂ ਪੁਲਿਸ ਉਸ ਇਨਕਾਊਂਟਰ ਤੋਂ ਪਹਿਲਾਂ ਉਹਨੂੰ ਅਰੈਸਟ ਕਰ ਸਕਦੀ ਸੀ, ਉਹਦੀ ਕਪੈਸਿਟੀ ਸੀ, ਜਾਂ ਵਾਕਿਆ ਹੀ ਮਤਲਬ ਉਹਨੂੰ ਕਤਲ ਕਰ ਦੇਣ ਦੀ ਭਾਵਨਾ ਨਾਲ ਹੀ ਮਤਲਬ ਉੱਥੇ ਅਪਰੋਚ ਕੀਤੀ। ਇਹ ਵੀ ਗੱਲ ਸੁਣਨ ਨੂੰ ਮਿਲਦੀ ਆ ਕਿ ਪੁਲਿਸ ਬਾਏ ਏਅਰ ਗਈ ਆ, ਇੰਨਾ ਸਮਾਂ ਨਹੀਂ ਸੀ। ਇੱਕ ਤਾਂ ਸਾਡਾ ਕਬੱਡੀ ਖਿਡਾਰੀ ਇੱਥੇ ਨਸ਼ਾ ਤਸਕਰਾਂ ਵੱਲੋਂ ਮਾਰ ਦਿੱਤਾ ਜਾਂਦਾ, ਕੁੱਟ ਕੁੱਟ ਕੇ ਸ਼ਰੇਆਮ ਪੈਲੀ ਦੇ ਵਿੱਚ। ਇੱਕ ਸੁਖਪਾਲ ਸਰਾਂ ਰੋਜ਼ ਜਿਹੜਾ ਬੀਜੇਪੀ ਦਾ ਆਗੂ ਆ, ਤੀਜੇ ਕੁ ਦਿਨ 295 ਦਾ ਉਹਦੇ 'ਤੇ ਕੇਸ ਹੋਇਆ ਹੁੰਦਾ ਹੈ, ਤਾਂ ਉਹ ਬੰਦਾ ਆਪਣੀ ਬੇਲ ਕਰਾ ਕੇ ਨਿਕਲ ਜਾਂਦਾ ਹੈ, ਪੁਲਿਸ ਉਹਦੀ ਅਰੈਸਟ ਨਹੀਂ ਕਰਦੀ। ਸਵਾਲ ਇਹ ਕੰਪੇਅਰ ਇਸ ਕਰਕੇ ਕਰਨਾ ਪੈਂਦਾ ਹੈ ਕਿ ਸਾਡੀ ਕਾਰਗੁਜ਼ਾਰੀ ਜਿਹੜੀ ਆ ਉਹ ਸਿਰਫ ਕੁਝ ਮੁੱਦਿਆਂ 'ਤੇ ਕਿਉਂ ਹੁੰਦੀ ਹੈ? ਤਾਂ ਇਹ ਵੀ ਗੱਲ ਮੈਨੂੰ ਕਿਸੇ ਸੱਜਣ ਤੋਂ ਸੁਣਨ ਨੂੰ ਮਿਲੀ ਆ ਕਿ ਸਿਰਫ ਇੱਕ ਧਿਰ ਦਾ, ਕਿਉਂਕਿ ਰਿਵੈਲਰੀ ਨਾ ਇਹ ਜਿਹੜੇ ਗੈਂਗਸਟਰ ਹੈਗੇ ਇਹਨਾਂ ਦੀ ਆਪਸ ਵਿੱਚ ਵੀ ਹੈ, ਆਪਸ ਵਿੱਚ ਵੀ ਇਹਨਾਂ ਦਾ ਵਿਰੋਧ ਇਹ ਝਗੜੇ ਹੁੰਦੇ ਨੇ। ਪਿੱਛੇ ਜੇ ਜੈਪਾਲ ਭੁੱਲਰ ਨੇ ਫੇਸਬੁੱਕ ਤੇ ਆਪਣੀ ਇੱਕ ਪੋਸਟ ਪਾਈ ਸੀਗੀ ਕਿ ਇੱਕ ਗੈਂਗਸਟਰ ਨੂੰ ਮਾਰ ਕੇ ਕਿ ਮੈਂ ਆਪਣੇ ਸਾਥੀ ਦਾ ਬਦਲਾ ਲੈ ਲਿਆ, ਕਿਉਂਕਿ ਵਿੱਕੀ ਗਾਉਂਡਰ ਦਾ ਜਦੋਂ ਮੁਕਾਬਲਾ ਹੋਇਆ ਸੀ ਇਹ ਵਿੱਕੀ ਗਾਉਂਡਰ ਦਾ ਗਰੁੱਪ ਸੀ, ਕਿ ਵਿੱਕੀ ਗਾਉਂਡਰ ਜਿਹੜਾ ਹੈ ਉਹਨੂੰ ਮਾਰਨ ਵਾਲਾ ਜਾਂ ਮਰਵਾਉਣ ਵਾਲਾ ਬੰਦਾ ਜਿਹਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ। ਪਤਾ ਨਹੀਂ ਸੱਚ ਕੀ ਸੀਗਾ, ਉਹਦਾ ਕਹਿਣਾ ਸੀਗਾ ਕਿ ਪੁਲਿਸ ਨੂੰ ਇਨਫੋਰਮੇਸ਼ਨ ਵਿੱਕੀ ਗਾਉਂਡਰ ਬਾਰੇ ਜਿਸ ਬੰਦੇ ਨੇ ਦਿੱਤੀ ਹੈ, ਇਹਨੂੰ ਮੈਂ ਮਾਰ ਕੇ ਤੇ ਬਦਲਾ ਲੈ ਰਿਹਾ। ਤਾਂ ਇਹ ਸਵਾਲ ਦੋ ਤਿੰਨ ਨੇ ਇਹਦੇ ਪਿੱਛੇ। ਕੋਰਟ ਦੇ ਕੋਲ ਤਾਂ ਗਿਆ, ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਕੁਝ ਰੂਲ ਰੈਗੂਲੇਸ਼ਨ ਦਿੱਤੇ ਨੇ ਇਹਦੇ ਸੰਬੰਧ 'ਚ, ਕਿ ਜੇ ਕੋਈ ਵੀ ਇਨਕਾਊਂਟਰ ਹੁੰਦਾ ਵਾ ਤੇ ਉਹਦੇ 'ਚ ਫਾਇਰ ਆਰਮਸ ਵਰਤੇ ਗਏ ਨੇ ਤਾਂ ਪੁਲਿਸ ਨੂੰ FIR ਕਰਨੀ ਪਵੇਗੀ ਤੇ ਉਹਦੀ ਇਨਕੁਆਇਰੀ ਵੀ ਹੋਏਗੀ। ਉਹ ਚੱਲਦਾ ਕੇਸ ਬੰਦ ਕਰਨਾ ਜਾਂ ਨਹੀਂ ਕਰਨਾ ਇਹ ਜੁਡੀਸ਼ੀਅਲ ਮੈਜਿਸਟਰੇਟ ਦੇਖੇਗਾ, ਪੁਲਿਸ ਕੇਸ ਨਹੀਂ ਖੁਦ ਬੰਦ ਕਰ ਸਕੇਗੀ। ਤਾਂ ਕਿਤੇ ਨਾ ਕਿਤੇ ਚੀਜ਼ਾਂ ਇਹ ਹੈਗੀਆਂ ਨੇ ਕਿ ਪੁਲਿਸ ਦਾ ਜਿਹੜਾ ਐਟੀਟਿਊਡ ਆ, ਜਿਹੜਾ ਉਹਦਾ ਆਪਣਾ ਕਿਰਦਾਰ ਆ, ਉਹਨੂੰ ਕੰਟਰੋਲ ਕੀਤਾ ਜਾ ਸਕੇ ਕਿ ਇੰਨੀ ਧੱਕੇਸ਼ਾਹੀ ਜਾਂ ਇੰਨੀ ਮਨਮਾਨੀ ਨਾ ਕਰਨ। ਜੀ ਤੇ ਸੁਖਬੀਰ ਜੀ, ਇੱਕ ਜਿਹੜਾ ਪੀਪਲਸ ਕਮਿਸ਼ਨ ਬਣਿਆ ਸੀ, ਕਿਉਂਕਿ ਆਪਾਂ ਜੁਡੀਸ਼ਰੀ ਦੀ ਗੱਲ ਕਰ ਰਹੇ ਹਾਂ, ਤੇ ਜੇ ਮਤਲਬ ਪਿਛਲੇ ਮੇਰੇ ਸਵਾਲ ਵਿੱਚ ਸੀਗਾ ਕਿ ਜੇ ਜੁਡੀਸ਼ਰੀ ਤੋਂ ਅਸੀਂ ਹੈਪੀ ਨਹੀਂ ਹੁੰਦੇ ਤੇ ਲੋਕਾਂ ਕੋਲ ਹੋਰ ਫਿਰ ਕੀ ਰਹਿ ਜਾਂਦਾ, ਕਿੱਥੇ ਲੋਕੀ ਆਪਣੀ ਫਰਿਆਦ ਕਰ ਸਕਦੇ ਆ? ਤੇ ਇੱਕ ਪੀਪਲਸ ਕਮਿਸ਼ਨ ਵੀ ਬਣਿਆ ਸੀਗਾ, ਤੇ ਉਹਦੇ ਬਾਰੇ ਵੀ ਜੇ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਜਾਣਕਾਰੀ ਦਿਓ। ਦੇਖੋ ਜੀ, ਪੀਪਲਸ ਕਮਿਸ਼ਨ ਬਣਿਆ ਸੀਗਾ ਜਿਹੜੀ ਪੰਜਾਬ ਦੇ ਵਿੱਚ ਉਸ ਵੇਲੇ ਝੂਠੇ ਪੁਲਿਸ ਮੁਕਾਬਲਿਆਂ ਦੀ ਇਨਕੁਆਇਰੀ ਵਾਸਤੇ ਸੀਗਾ ਜੀ, ਤਾਂ ਉਸਦੇ ਕੰਮ ਨੂੰ ਸਟੇ ਕਰਵਾ ਦਿੱਤਾ ਗਿਆ ਸੀਗਾ। ਸਾਡੇ ਅੱਜ ਦੇ ਚਿੱਟ ਕਪੜੀਏ ਜਤਿੰਦਰ ਪੰਨੂ ਵੱਲੋਂ ਹਾਈ ਕੋਰਟ 'ਚ ਜਾ ਕੇ ਸਟੇ ਲਿਆਂਦਾ ਗਿਆ ਸੀਗਾ ਪੀਪਲਸ ਕਮਿਸ਼ਨ ਦੇ ਖਿਲਾਫ, ਜਿਹੜੇ ਜਤਿੰਦਰ ਪੰਨੂ ਨੇ KPS ਗਿੱਲ ਦਾ ਟੂਲ ਬਣ ਕੇ ਬੜਾ ਸਮਾਂ ਉਹਦੇ ਨਾਲ ਗੁਜ਼ਾਰਿਆ। ਕਿਹਾ ਇਹ ਵੀ ਜਾਂਦਾ ਹੈ ਕਿ ਨਵਾਂ ਜ਼ਮਾਨਾ ਦੇ ਵਿੱਚ ਉਸ ਬੰਦੇ ਨੂੰ ਜੋੜਨ ਵਾਲਾ ਅਤੇ ਉਹਦੀ ਉੱਥੋਂ ਦੀ ਜਿਹੜੀ ਐਡੀਸ਼ਨ ਦਾ ਕੰਮ ਦੇਣ ਵਾਲਾ ਜਿਹੜਾ ਉਹ KPS ਗਿੱਲ ਸੀਗਾ। KPS ਗਿੱਲ ਨੇ ਉਸ ਵੇਲੇ ਬਾਂਹ ਫੜੀ ਸੀਗੀ ਪੰਨੂ ਦੀ ਜਦੋਂ ਪੰਨੂ ਆਪਣੇ ਪਿੰਡ ਵਿੱਚ ਇੱਕ ਗ੍ਰੰਥੀ ਵਜੋਂ ਸੇਵਾ ਕਰਦਾ ਸੀ। ਅੱਜ ਉਹ ਪੰਨੂ ਕਾਮਰੇਡ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਦਾ ਹੋਇਆ
ਇਸ ਮੁਕਾਮ ਤੇ ਪਹੁੰਚ ਗਿਆ ਕਿ ਸਾਡੇ ਨੌਜਵਾਨਾਂ ਨੂੰ ਸਿੱਖਿਆ ਦੇਣ ਲੱਗ ਗਿਆ। ਪਰ ਸਵਾਲ ਇਹ ਕਿ ਪੀਪਲਜ਼ ਕਮਿਸ਼ਨ ਜਦੋਂ ਇਹ ਕੰਮ ਕਰ ਰਿਹਾ ਸੀ, ਜਗਜੀਤ ਆਨੰਦ ਵਰਗੇ ਲੋਕ ਉਸ ਵੇਲੇ ਜਦੋਂ 400 ਪੁਲਿਸ ਵਾਲਿਆਂ ਦੇ ਖਿਲਾਫ ਇੱਕ ਚਾਰਜਸ਼ੀਟ ਤਿਆਰ ਹੋ ਗਈ ਸੀ, ਤਾਂ ਵਾਜਪਾਈ ਕੋਲ ਜਗਜੀਤ ਆਨੰਦ ਤੇ ਜਤਿੰਦਰ ਪੰਨੂ ਵਰਗੇ ਬੰਦੇ ਜਿਹੜੇ ਨੇ ਉਹ ਅਪਰੋਚ ਕਰਦੇ ਨੇ, ਜੋ ਸਾਡੇ ਕੋਲ ਮਤਲਬ ਰਿਪੋਰਟਸ ਪਹੁੰਚੀਆਂ ਨੇ ਐਜ਼ ਪਰ ਮੀਡੀਆ, ਤਾਂ ਉਹ ਬੰਦੇ ਜਦੋਂ ਉੱਥੇ ਅਪਰੋਚ ਕਰਦੇ ਨੇ ਕਿ ਇਹ ਬੰਦੇ ਜੇ ਪੁਲਿਸ ਦੇ ਖਿਲਾਫ ਪਰਚੇ ਹੋ ਗਏ ਤਾਂ ਇਹ ਤਾਂ ਹੀਰੋ ਨੇ ਸਾਡੀ ਸਟੇਟ ਦੇ, ਹੀਰੋ ਕੌਣ ਹੁੰਦਾ ਏ? ਮੈਂ ਅੱਗੇ ਗੱਲ ਕੀਤੀ ਆ ਕਿ ਤੁਸੀਂ ਸਾਨੂੰ ਆਪਣੇ ਹੀਰੋ ਦਿਖਾ ਦਿਓ, ਤੁਹਾਡਾ ਜੂਸ ਜਿਹਨਾਂ ਨੂੰ ਪਸੰਦ ਕਰਦਾ, ਜਾਂ ਲੈਰਨ ਕਹਿੰਦਾ ਤੁਹਾਡੇ ਬੱਚੇ ਗੀਤ ਕਿਹੜੇ ਗਾਉਂਦੇ ਨੇ ਮੈਨੂੰ ਦੱਸ ਦਿਓ, ਮੈਂ ਤੁਹਾਡੀ ਕੌਮ ਦਾ ਭਵਿੱਖ ਦੱਸ ਦਿਆਂਗਾ, ਤੁਹਾਡੇ ਨੇਸ਼ਨ ਦਾ, ਤੁਹਾਡੇ ਦੇਸ਼ ਦਾ। ਸਵਾਲ ਇਹ ਕਿ ਉਹ ਹੀਰੋ ਨੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਉਸ ਵੇਲੇ ਸਿੱਖ ਨੌਜਵਾਨਾਂ ਦਾ ਕਤਲ ਕਰ ਦਿੰਦੇ ਨੇ, ਤਾਂ ਉਹਨੂੰ ਪੁਲਿਸ ਮੁਕਾਬਲਾ ਕਹਿ ਕੇ ਸਾਬਿਤ ਕੀਤਾ ਜਾਂਦਾ ਅਤੇ ਅਨਆਡੈਂਟੀਫਾਈਡ ਬੰਦੇ ਕਹੇ ਜਾਂਦੇ ਨੇ। ਹੁਣ ਸਵਾਲ ਇਹ ਹੈਗਾ ਕਿ ਕੀ ਉਹਨਾਂ ਬੰਦਿਆਂ ਨੂੰ ਹੀਰੋ ਮੰਨਿਆ ਜਾ ਸਕਦਾ, ਜਿਹੜੇ ਲੋਕਾਂ ਬਾਰੇ ਇਹ ਭਾਵਨਾ ਰੱਖੀ ਗਈ ਵੀ ਜੇ ਇਹਨਾਂ ਲੋਕਾਂ ਨੂੰ ਕੇਸਾਂ ਵਿੱਚ ਉਲਝਾ ਲਿਆ ਤਾਂ ਸਾਡੀ ਸਟੇਟ ਜਿਹੜੀ ਆ ਉਹਦਾ ਨੁਕਸਾਨ ਹੋ ਜਾਏਗਾ, ਅੱਤਵਾਦ ਖਤਮ ਨਹੀਂ ਹੋਏਗਾ। ਮੈਂ ਕਹਿੰਦਾ ਅੱਤਵਾਦ, ਜੇ ਤੁਸੀਂ ਬੁਲਟ ਫਾਰ ਬੁਲਟ ਦੀ ਗੱਲ ਕਰੋਗੇ ਤਾਂ ਅੱਤਵਾਦ ਖਤਮ ਨਹੀਂ ਹੋ ਸਕਦਾ। ਅੱਜ ਵੀ ਜਿਹੜੀ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਇੱਕ ਟੀਸ ਆ, ਖਤਮ ਤਾਂ ਹੋਈ ਨਹੀਂ। ਸਵਾਲ ਹੁੰਦਾ ਹੈ ਵੀ ਜੇ ਤੁਸੀਂ ਬਰੂਦ 'ਤੇ ਬੈਠੇ ਹੋ ਤਾਂ ਉਹਨੂੰ ਚੰਗਿਆੜਾ ਕਦੋਂ ਲੱਗਦਾ ਹੈ, ਤੁਸੀਂ ਉਹਦੀ ਵੇਟ ਕਿਉਂ ਕਰ ਰਹੇ ਹੋ? ਤੁਸੀਂ ਉਸ ਬਰੂਦ ਨੂੰ ਖਤਮ ਕਰਨ ਵਾਸਤੇ ਸਹੀ ਛਿੜਕਾਅ ਕਿਉਂ ਨਹੀਂ ਕਰਦੇ? ਉਹ ਇਨਸਾਫ ਦਾ, ਉਹ ਚੰਗੀਆਂ ਭਾਵਨਾਵਾਂ ਦਾ ਵਿਸ਼ਵਾਸ ਬਹਾਲ ਕਿਉਂ ਨਹੀਂ ਕਰਦੇ, ਜਿਸ ਨਾਲ ਲੋਕ ਮਹਿਸੂਸ ਕਰਨ ਕਿ ਅਸੀਂ ਜੋ ਵੀ ਫੇਸ ਕਰ ਰਹੇ ਹਾਂ ਉਹ ਇਨਸਾਫ ਦੇ ਦਾਇਰੇ ਵਿੱਚ ਆ? ਲੋਕ ਵਾਰ ਵਾਰ ਕਹਿੰਦੇ ਰਹੇ ਕਿ ਪੁਲਿਸ ਮੁਕਾਬਲੇ ਝੂਠੇ ਨੇ, ਪੀਪਲਜ਼ ਕਮਿਸ਼ਨ ਨੇ ਰਿਪੋਰਟ ਤਿਆਰ ਕਰ ਦਿੱਤੀ, ਸਾਡੇ ਬੰਦੇ ਉੱਠ ਕੇ ਸਟੇਟ ਦੇ ਮੈਨ ਬਣੇ ਜਿਹੜੇ ਅੱਜ ਸਾਡੇ ਨੌਜਵਾਨਾਂ ਨੂੰ ਮਤਾਂ ਦੇਣ ਦੀ ਕੋਸ਼ਿਸ਼ ਕਰਦੇ ਨੇ, ਤੇ ਮੈਂ ਦੇਖਦਾ ਹੁੰਦਾ ਇਹ ਲੋਕ ਸਾਡੇ ਨੌਜਵਾਨਾਂ ਦੇ ਖੂਨ 'ਚ ਹੱਥ ਧੋ ਕੇ ਅੱਜ ਸਾਬਤ ਕਰਨ 'ਤੇ ਲੱਗੇ ਹੋਏ ਨੇ ਕਿ ਪੰਜਾਬ ਦੇ ਖੈਰ ਖਵਾਹ ਅਸੀਂ ਹਾਂ। ਪਰ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਸਿੱਖ ਸੰਘਰਸ਼ ਸ਼ੁਰੂ ਹੋਇਆ ਸੀ ਉਦੋਂ ਨਕਸਲਵਾੜੀਆਂ ਨੇ ਪੂਰਨ ਤੌਰ 'ਤੇ ਇਹਦਾ ਸਮਰਥਨ ਕੀਤਾ ਸੀ, ਜਦੋਂ ਅੱਗੋਂ ਲੱਗੀਆਂ ਵੱਜਣ ਗੋਲੀਆਂ ਅਤੇ ਭੱਜ ਕੇ ਘਰਾਂ 'ਚ ਵੜ ਗਏ, ਅਤੇ ਘਰਾਂ 'ਚ ਵੜ ਕੇ ਫਿਰ ਸਟੇਟ ਦੇ ਬੰਦੇ ਬਣ ਕੇ ਉਹਨਾਂ ਨੂੰ ਫੜਾਉਣ ਲੱਗ ਪਏ ਕਿਉਂਕਿ ਉਹਨਾਂ ਨਾਲ ਵਿਚਰੇ ਸੀਗੇ। ਇਹ ਰਿਕਾਰਡ ਆ ਸਾਡੇ ਪੰਜਾਬ ਦਾ। ਤਾਂ ਜਿਸ ਦਿਨ ਸੁਖਵੰਤ ਸਿੰਘ ਕੰਵਲ ਨੇ ਇਸ ਸਾਰੀ ਕਿਲਿੰਗ ਦੇ ਖਿਲਾਫ, ਸਟੇਟ ਦੀ ਹੋ ਰਹੀ ਧੱਕੇਸ਼ਾਹੀ ਤਸ਼ੱਦਦ ਦੇ ਖਿਲਾਫ ਆਵਾਜ਼ ਉਠਾਈ ਆਪਣੀਆਂ ਲਿਖਤਾਂ ਦੇ ਵਿੱਚ, ਅਤੇ ਜਤਿੰਦਰ ਪੰਨੂ ਵਰਗੇ ਆਪਣੇ ਅਖਬਾਰਾਂ 'ਚ ਲਿਖਣ ਲੱਗ ਪਏ ਵੀ ਇਹ ਭਿੰਡਰਾਂ ਵਾਲੇ ਦਾ ਚਿੱਟਦਾੜੀਆ ਪੁੱਤਰ ਹੈ, ਇਹ ਜਸਵੰਤ ਸਿੰਘ ਕੰਵਲ ਬਾਰੇ ਲਿਖੇ ਹੋਏ ਸ਼ਬਦ ਨੇ। ਉਹ ਪੀਪਲਜ਼ ਕਮਿਸ਼ਨ ਸੀਗਾ ਜਿਹਦੇ ਖਿਲਾਫ ਸਟੇ ਲਿਆ ਕੇ ਉਹਦਾ ਕੰਮ ਰੋਕ ਦਿੱਤਾ ਗਿਆ। ਜੇ ਪੀਪਲ ਕਮਿਸ਼ਨ ਉਸ ਵੇਲੇ ਪੂਰਾ ਕੰਮ ਪੁਖਤਾ ਕਰਦਾ ਤਾਂ ਸ਼ਾਇਦ ਲੋਕਾਂ ਦੇ ਮਨਾਂ ਵਿੱਚੋਂ ਇਹ ਦਰਦ ਦੂਰ ਹੋ ਜਾਂਦਾ ਕਿ ਸਾਡੇ ਨਾਲ ਸਟੇਟ ਨੇ ਅਤੇ ਜੁਡੀਸ਼ਰੀ ਨੇ ਰਲ ਕੇ ਧੱਕਾ ਕੀਤਾ। ਕਿਉਂਕਿ ਜੁਡੀਸ਼ਰੀ ਦਾ ਧੱਕਾ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਕਿਤੇ ਵੀ ਸੋ ਮੋਟੋ ਐਕਸ਼ਨ ਨਹੀਂ ਲਿਆ ਗਿਆ, ਜੁਡੀਸ਼ਰੀ ਮੂਕ ਦਰਸ਼ਕ ਦੇਖਦੀ ਰਹੀ। ਤਾਂ ਕਿਤੇ ਨਾ ਕਿਤੇ ਇਹ ਦਰਦ ਸੀਗਾ, ਉਹ ਦਰਦ ਉਦੋਂ ਖਤਮ ਹੋ ਸਕਦਾ ਸੀ ਪਰ ਜਦੋਂ ਇਸ ਤਰ੍ਹਾਂ ਦੇ ਲੋਕ ਵਿੱਚ ਆ ਕੇ ਸਰਕਾਰ ਨੂੰ, ਮਸ਼ੀਨਰੀ ਨੂੰ ਆਪਣੇ ਤਰੀਕੇ ਨਾਲ ਮਿਸਲੈਡ ਕਰਦੇ ਨੇ, ਜੁਡੀਸ਼ਰੀ ਨੂੰ ਮਿਸਲੈਡ ਕਰਦੇ ਨੇ, ਸਟੇ ਹੋ ਗਿਆ ਪੀਪਲਜ਼ ਕਮਿਸ਼ਨ 'ਤੇ ਮੁੜ ਕੇ ਕੱਲ੍ਹ ਆਈ ਗਈ ਹੋਗੀ। ਸਵਾਲ ਹੈ ਕਿ ਹੋਣਾ ਕੀ ਚਾਹੀਦਾ ਸੀ ਕਿ ਕੀ ਉਹ ਜਿਹੜੇ ਅਸੀਂ ਝੂਠੇ ਮੁਕਾਬਲੇ ਬਣੇ ਸੀਗੇ, ਕੀ ਉਹਨਾਂ ਪੁਲਿਸ ਵਾਲਿਆਂ ਨੂੰ ਜੇ ਉਹਨਾਂ ਮਨਮਾਨੀ ਕੀਤੀ ਸੀ ਜਾਂ ਪੁਲਿਸ ਵਾਲਿਆਂ ਤੋਂ ਇਨਕੁਆਇਰੀ ਕਰਕੇ ਉਹਨਾਂ ਤੋਂ ਪਤਾ ਕੀਤਾ ਜਾਂਦਾ ਵੀ ਕਿਹੜੇ ਲੋਕ ਨੇ ਇਹਦੇ ਪਿੱਛੇ, ਉਹਨਾਂ ਦੀਆਂ ਭਾਵਨਾਵਾਂ ਕੀ ਨੇ, ਉਹ ਕਿਉਂ ਮਾਰਨਾ ਚਾਹੁੰਦੇ ਨੇ ਮੁੰਡਿਆਂ ਨੂੰ, ਉਹ ਕਿਉਂ ਨਹੀਂ ਇਸ ਮਾਹੌਲ ਨੂੰ ਸਾਜ਼ਗਰ ਬਣਾਉਣਾ ਚਾਹੁੰਦੇ, ਉਹ ਕਿਉਂ ਬਲਦੀ 'ਤੇ ਤੇਲ ਪਾਉਂਦੇ ਨੇ। ਤੁਸੀਂ ਗੱਲ ਕੀਤੀ ਪਰਿਵਾਰਾਂ ਦੀ, ਹੁਣ ਇੱਕ ਪਿਓ ਵਾਰ ਵਾਰ ਕਹਿ ਰਿਹਾ ਕਿ ਪੁਲਿਸ ਚੋਰ ਏ, ਜੈਪਾਲ ਭੁੱਲਰ ਦਾ ਪਿਓ ਸ਼ਰੇਆਮ ਕਹਿ ਰਿਹਾ ਕਿ ਪੁਲਿਸ ਚੋਰ ਏ, ਇਹ ਮੇਰੇ ਪੁੱਤ ਦੀ ਲਾਸ਼ ਚੋਰੀ ਕਰ ਸਕਦੀ ਆ, ਮੈਂ ਫਿਰੋਜ਼ਪੁਰ ਆਪਣੇ ਪੁੱਤ ਦੀ ਲਾਸ਼ ਮੋਰਚਰੀ 'ਚ ਨਹੀਂ ਰੱਖਣੀ। ਤਾਂ ਤੁਸੀਂ ਉਹਦੇ ਮਨ 'ਤੇ ਫਿਆ ਕਿਉਂ ਨਹੀਂ ਰੱਖਦੇ? ਉਹ ਤੁਹਾਡੀ ਪੁਲਿਸ ਦਾ ਹੀ ਇੱਕ ਅਧਿਕਾਰੀ ਰਿਹਾ ਹੈ, ਤੁਸੀਂ ਉਸ ਇਨਸਾਫ ਨੂੰ ਸਾਹਮਣੇ ਲਿਆਓ ਕਿ ਇਸ ਬੰਦੇ ਨੂੰ ਨਹੀਂ ਮਾਰਿਆ ਗਿਆ। ਮੈਂ ਉਹਨਾਂ ਪਰਿਵਾਰਾਂ ਨਾਲ, ਉਹਨਾਂ ਲੋਕਾਂ ਨਾਲ ਪੁਰਜ਼ੋਰ ਦਿਲੋਂ ਹਮਦਰਦੀ ਰੱਖਦਾ ਜਿਨ੍ਹਾਂ ਦੇ ਪਰਿਵਾਰਾਂ ਦਾ ਜਾਂ ਜਿਨ੍ਹਾਂ ਘਰਾਂ ਦਾ ਨੁਕਸਾਨ ਜੈਪਾਲ ਭੁੱਲਰ ਨੇ ਕੀਤਾ ਹੋਏਗਾ। ਪਰ ਸਵਾਲ ਇਹ ਆ ਕਿ ਕੀ ਉਸ ਬੰਦੇ ਦੇ ਗਲਤ ਕਰਨ ਨਾਲ, ਇਹਨਾਂ ਧੱਕਾ ਕਰਨ ਨਾਲ ਪਰਿਵਾਰ ਨੂੰ ਇੰਨਾ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਸਕਦਾ? ਇਹ ਵੀ ਕਿਹਾ ਜਾ ਰਿਹਾ ਕਿ ਉਸ
ਤੇ ਉਹਨੂੰ ਇਹ ਗੱਲ ਕਹੀ ਗਈ, ਉਹਨੂੰ ਅਰੈਸਟ ਕਰਕੇ ਤੇ ਉਹਦੀ ਲਾਸ਼ ਜਿਹੜੀ ਪੈਕ ਕਰਕੇ ਭੇਜੀ ਗਈ ਉਹਨਾਂ ਨੂੰ, ਉੱਥੇ ਲਾਸ਼ ਨਹੀਂ ਦਿੱਤੀ ਗਈ ਕੋਲਕਾਤਾ 'ਚ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਉਂਗਲ ਉਠਾਉਂਦੀਆਂ ਨੇ ਕਿ ਕੀ ਅਸੀਂ ਲੋਕਾਂ ਨੂੰ ਇਨਸਾਫ਼ ਦੇਣ ਵਾਸਤੇ ਕੋਸ਼ਿਸ਼ ਕਰਨੀ ਆ। ਰੂਲ ਆਫ ਲਾਅ ਹੋਣਾ ਚਾਹੀਦਾ, ਕਹਿੰਦਾ ਰੂਲ ਆਫ ਰੂਲ ਹੋਣਾ ਚਾਹੀਦਾ, ਡੰਡੇ ਦਾ ਰਾਜ ਚਾਹੀਦਾ ਕਿ ਕਾਨੂੰਨ ਦਾ ਰਾਜ ਚਾਹੀਦਾ। ਸਵਾਲ ਸਿਰਫ ਇੰਨਾ ਕਿ ਜੇ ਉਸ ਵੇਲੇ ਪੀਪਲਸ ਕਮਿਸ਼ਨ ਆਪਣਾ ਕੰਮ ਕਰਦਾ ਤੇ ਜਿਹੜੇ ਲੋਕਾਂ ਨੇ ਉੱਥੇ ਪੁਲਿਸ ਦੇ ਤੇ ਸਰਕਾਰ ਦੇ ਹੱਥ ਕੰਡੇ ਬਣ ਕੇ, ਦੇਖੋ ਬੰਦਾ ਜਾਵੇ ਕੋਈ ਜਿਹਦਾ ਇੰਟਰਸਟ ਹੈ ਡਾਇਰੈਕਟਲੀ, ਜੇ ਤਾਂ ਜਤਿੰਦਰ ਪੰਨੂ ਦੇ ਖਿਲਾਫ ਇਹ ਕੁਝ ਵੀ ਉਹਦੇ ਵਿੱਚ ਲਿਖਿਆ ਗਿਆ ਸੀਗਾ ਤੇ ਜਤਿੰਦਰ ਪੰਨੂ ਆਪਣਾ ਇੰਟਰਸਟ ਸ਼ੋਅ ਕਰਦਾ, ਕਿਉਂਕਿ ਜਤਿੰਦਰ ਪੰਨੂ KPS ਗਿੱਲ ਦਾ ਖਾਸਮ ਖਾਸ ਸੀਗਾ ਤੇ ਉਹਦੇ ਲਈ ਕੰਮ ਕਰਦਾ ਸੀ, ਤੇ ਜਤਿੰਦਰ ਪੰਨੂ ਸਟੇ ਲੈਣ ਜਾ ਰਿਹਾ ਹਾਈਕੋਰਟ ਵਿਦਾਊਟ ਐਨੀ ਪਾਰਟੀ ਵਿਦਾਊਟ ਐਨੀ ਇੰਟਰਸਟ ਇੱਕ ਪੱਤਰਕਾਰ ਹੁੰਦੇ ਹੋਏ, ਤਾਂ ਇਹ ਗੱਲ ਦੱਸਦੀ ਆ ਕਿ ਬੰਦਾ ਕਿਸ ਐਕਸਟੈਂਡ ਤੱਕ ਜਾ ਕੇ ਤੇ ਆਪਣੇ ਆਪ ਨੂੰ ਸਰਕਾਰ ਦੇ ਲਈ ਵਰਤਿਆ ਜਾਂਦਾ ਰਿਹਾ। ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਫਯਾ ਧਰਨ ਦੀ ਬਜਾਏ ਹੋਰ ਤੇ ਹੋਰ ਨੁਕਸਾਨ ਕੀਤਾ। ਤਾਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਜਦੋਂ ਇੱਕ ਗਲਤ ਹੋ ਜਾਂਦਾ ਤੇ ਅਵਾਇਡ ਇਹ ਕਰਨਾ ਚਾਹੀਦਾ ਕਿ ਕਿਤੇ ਕੋਈ ਏਜੰਸੀ, ਸਰਕਾਰੀ ਏਜੰਸੀ ਹੋਵੇ ਚਾਹੇ ਪ੍ਰਾਈਵੇਟ ਹੋਵੇ, ਚਾਹੇ ਸਰਕਾਰ ਹੋਵੇ ਚਾਹੇ ਸਾਡਾ ਜੁਡੀਸ਼ੀਅਲ ਸਿਸਟਮ ਹੋਵੇ, ਕਿਤੇ ਉਹਦੇ 'ਤੇ ਸਵਾਲੀਆ ਚਿਹਨਾਂ ਲੱਗ ਜਾਵੇ ਕਿ ਕੋਈ ਲੋਕ, ਕੁਝ ਲੋਕ ਖਿੱਤੇ ਦੇ, ਦੇਸ਼ ਦੇ, ਕਿਸੇ ਸਟੇਟ ਦੇ ਇਹ ਨਾ ਸਮਝਣ ਲੱਗ ਜਾਣ ਕਿ ਸਰਕਾਰ ਅਤੇ ਸਾਰਾ ਸਿਸਟਮ ਹੀ ਸਾਡੇ ਖਿਲਾਫ ਹੋਇਆ, ਤਾਂ ਫਿਰ ਉਹਨਾਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਬੜਾ ਔਖਾ। ਤੇ ਸੁਖਬੀਰ ਜੀ, ਸਮਾਂ ਤੇ ਕਾਫੀ ਹੋ ਚੱਲਿਆ, ਬਸ ਜਾਂਦੇ ਜਾਂਦੇ ਇੱਕ ਸਵਾਲ ਕਿ ਕਿਉਂਕਿ ਹੁਣ ਪੰਜਾਬ ਵਿੱਚ ਇਲੈਕਸ਼ਨਸ ਜਿਹੜੇ ਨੇ ਉਹ ਆਉਣ ਵਾਲੇ ਨੇ ਅਗਲੇ ਸਾਲ, ਤੇ ਕਾਫੀ ਇਲੈਕਸ਼ਨਸ ਵਾਲਾ ਮਾਹੌਲ ਬਣਿਆ ਹੋਵੇਗਾ, ਤੇ ਖਬਰਾਂ ਇਹ ਵੀ ਆ ਰਹੀਆਂ ਕਿ ਭਾਜਪਾ ਕੁਛ ਸਿੱਖ ਜਿਹੜੇ ਇੰਟਲੈਕਚੁਅਲਸ ਨੇ ਉਹਨਾਂ ਨੂੰ ਟਾਰਗੇਟ ਕਰ ਰਹੀਆਂ ਕਿ ਉਹ ਆਪਣੇ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨ। ਜੇ ਇਹਦੇ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤੇ ਬਰੀਫਲੀ ਅਸੀਂ 2 ਮਿੰਟ ਉਹਦੇ ਬਾਰੇ ਗੱਲ ਕਰ ਲਈਏ। ਦੇਖੋ ਮੈਂ ਸ਼ਾਇਦ ਲਾਸਟ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀਗੀ ਤੇ ਉਸ ਵੇਲੇ ਗੱਲ ਵਿੱਚੋਂ ਛੁੱਟ ਗਈ। ਇੱਕ ਸਾਡੇ ਲਿਸਨਰ ਸਾਡੇ ਧੰਜੂ ਸਾਹਿਬ ਦਾ ਮੈਸੇਜ ਵੀ ਸੀਗਾ, ਉਹਦੇ ਵਿੱਚ ਕਮੈਂਟ ਸੀਗਾ, ਸ਼ਾਇਦ ਮੈਂ ਉਹ ਬਾਅਦ 'ਚ ਦੇਖਿਆ ਪ੍ਰੋਗਰਾਮ ਤੋਂ, ਕਿ ਉਹ ਜਸਵਿੰਦਰ ਸਿੰਘ ਢਿੱਲੋਂ ਬਾਰੇ ਗੱਲ ਕਰ ਰਹੇ ਸੀ ਵੀ ਉਹ ਕਿੱਥੇ ਗਿਆ। ਮੈਂ ਅੱਜ ਨਾਲੇ ਕਲੀਅਰ ਕਰਦਾ, ਸੋਰੀ, ਤੁਸੀਂ ਚੰਗਾ ਕੀਤਾ ਗੱਲ ਹੋ ਗਈ, ਮੌਕਾ ਮਿਲ ਗਿਆ ਕਿ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਜਿਹਦੀ ਅਸੀਂ ਗੱਲ ਕੀਤੀ ਸੀਗੀ ਕਿ ਗੁਰੂ ਕਾਸ਼ੀ VC ਰਿਹਾ ਤੇ ਸੈਂਟਰਲ ਯੂਨੀਵਰਸਿਟੀ ਦਾ, ਫਿਰ ਉਹ ਸਾਡੇ ਖਾਲਸਾ ਕਾਲਜ ਵਰਗੀ ਸੰਸਥਾ ਦਾ ਐਜੂਕੇਸ਼ਨ ਦਾ ਪ੍ਰਿੰਸੀਪਲ ਰਿਹਾ, ਫਿਰ ਉਹ ਸਾਡੇ ਵੱਖ ਵੱਖ ਸੰਸਥਾ ਧਾਰਮਿਕ ਸੰਸਥਾਵਾਂ ਦੇ ਵਿੱਚ ਉਹਨੇ ਕੰਮ ਕੀਤਾ, ਤੇ ਅੱਜ ਉਹ ਬੰਦਾ ਭਾਜਪਾ ਨੂੰ ਬੜਾ ਪ੍ਰਾਊਡਲੀ ਜੁਆਇਨ ਕਰ ਰਿਹਾ ਇਕਬਾਲ ਸਿੰਘ ਲਾਲਪੁਰਾ ਦੀ ਹਾਜ਼ਰੀ 'ਚ। ਕੁਝ ਹੋਰ ਵਕੀਲ ਨੇ 3-4, ਇੱਕ ਫਾਰਮਰ ਐਸੋਸੀਏਸ਼ਨ ਦਾ ਕੋਈ ਫਰੰਟ ਦਾ ਪ੍ਰਧਾਨ, ਉਹ ਬੰਦਿਆਂ ਨੇ ਭਾਜਪਾ ਨੂੰ ਜੁਆਇਨ ਕੀਤਾ। ਤਾਂ ਭਾਜਪਾ ਦੀ ਕੋਸ਼ਿਸ਼ ਇਹ, ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਭਾਜਪਾ ਨੂੰ ਪੱਗਾਂ ਵਾਲੇ ਬੰਦੇ ਚਾਹੀਦੇ, ਤਾਂ ਉਹਨਾਂ ਦੀ ਕੋਸ਼ਿਸ਼, ਦੇਖੋ ਉਹਨਾਂ ਪੱਗਾਂ ਥੱਲੇ ਸਿਰ ਕਿਹਦਾ ਹੈ, ਉਹਦਾ ਸਿਰ ਕਿਹਦਾ ਹੈ ਥੱਲੇ, ਸਿਰ ਜਿਹੜਾ ਹੈ ਉਹ ਹੈਗਾ ਹੈ ਸੈਂਟਰ ਦਾ, ਉਹ ਲੋਕ ਕੇਂਦਰ ਦੇ ਰਹੇ ਨੇ ਹਮੇਸ਼ਾ, ਉਹਨਾਂ ਨੇ ਆਪਣੇ ਵਰਗ ਦੀ ਇਨਸਾਫ ਦੀ ਗੱਲ ਕਦੇ ਵੀ ਨਹੀਂ ਕੀਤੀ। ਜੇ ਕਰਨ ਜੋਗੇ ਹੁੰਦੇ ਤਾਂ ਮੇਰੇ ਖਿਆਲ 'ਚ ਸਾਨੂੰ ਅੱਜ ਸ਼ਰਮ ਮਹਿਸੂਸ ਹੋਣੀ ਚਾਹੀਦੀ ਸੀਗੀ ਕਿ ਅਸੀਂ ਭਾਜਪਾ ਦੇ ਹੱਥੋਂ ਭਾਜਪਾ ਦੇ ਫੁੱਲਾਂ ਵਾਲੀਆਂ ਪੱਟੀਆਂ ਪਵਾ ਕੇ ਅਤੇ ਜਕਾਰੇ ਛੱਡ ਕੇ ਮਤਲਬ ਭਾਜਪਾ ਜੁਆਇਨ ਕਰ ਰਹੇ ਹਾਂ। ਸਾਨੂੰ ਥੋੜ੍ਹਾ ਬਹੁਤਾ ਆਪਣੀਆਂ ਡਿਗਰੀਆਂ ਪੜ੍ਹਾਈਆਂ ਵੱਲ ਅਤੇ ਆਪਣੇ ਐਜੂਕੇਸ਼ਨ ਵੱਲ ਥੋੜ੍ਹਾ ਜਿਹਾ ਧਿਆਨ ਝਾਤੀ ਮਾਰਦੇ ਵੀ ਅਸੀਂ ਤੇ ਲੋਕਾਂ ਦੇ ਰੋਸ਼ਨ ਚਿਰਾਗ ਸਮਝੇ ਜਾਂਦੇ ਹਾਂ, ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਨੇ। ਅਤੇ ਮੈਂ ਉਹਨਾਂ ਵਕੀਲ ਭਾਈਚਾਰੇ ਦੇ ਸਾਡੇ ਜਿਹੜੇ 2-3 ਵਕੀਲ ਸੱਜਣ ਵੀ ਗਏ ਨੇ ਉਹਨਾਂ ਤੋਂ ਵੀ ਮੈਨੂੰ ਵਾਕਿਆ ਹੀ ਮਤਲਬ ਦਿਲੋਂ ਗਲਾਨੀ ਹੋਈ ਆ। ਲਹਿਰਤ ਆ ਸਾਡੀਆਂ ਪੜ੍ਹਾਈਆਂ 'ਤੇ, ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਸੀਗੀ ਕਿ ਪੜ੍ਹਾਈ ਬਹੁਤੇ ਮਾਇਨੇ ਨਹੀਂ ਰੱਖਦੀ, ਅਸੀਂ ਇਹ ਪੜ੍ਹਾਈ ਕਾਨੂੰਨ ਦੀ ਕਰਕੇ। ਮੈਂ ਕਹਿੰਦਾ ਉਹਨਾਂ ਵਿੱਚੋਂ ਇੱਕ ਵਕੀਲ ਵੀ ਜਦੋਂ ਮਰਜ਼ੀ ਮੇਰੇ ਨਾਲ ਬਹਿ ਜੇ, ਉਹ ਆਪਣੇ ਆਪ ਨੂੰ ਬੜੇ ਵੱਡੇ ਵਕੀਲ ਸਾਬਤ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਨੇ ਕੋਈ ਮਤਲਬ ਬਣਾਈਆਂ ਨੇ ਸੰਸਥਾਵਾਂ ਵੀ, ਜਦੋਂ ਮਰਜ਼ੀ ਬਹਿ ਜਾਣ ਆਪਾਂ ਐਕਟ 'ਤੇ ਗੱਲ ਕਰ ਲਈਏ, 3 ਐਕਟ 'ਤੇ ਗੱਲ ਕਰ ਲਈਏ ਕਿ ਉਹ ਫਾਰਮਿੰਗ ਸਟੇਟਸ ਦੇ ਹੱਕ 'ਚ ਨੇ ਜਾਂ ਆਮ ਲੋਕਾਂ ਦੇ ਹੱਕ 'ਚ ਨੇ, ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਜਿਹੜੇ ਲੈਂਡਲੈਸ ਨੇ ਉਹਨਾਂ ਦੇ ਹੱਕ 'ਚ ਨੇ। ਮਤਲਬ ਇਹ ਲੋਕ ਫਿਰ ਵੀ ਉਸ ਡੁੱਬਦੇ ਜਹਾਜ਼ ਵਿੱਚ ਵੜ ਰਹੇ ਨੇ। ਮੈਂ ਕਹਿੰਦਾ ਇਹਨਾਂ ਨਾਲੋਂ ਚੂਹੇ ਸਿਆਣੇ ਹੁੰਦੇ ਨੇ
ਜਿਹੜੇ ਡੁੱਬਦੇ ਜਹਾਜ਼ 'ਚੋਂ ਛਾਲਾ ਮਾਰ ਜਾਂਦੇ ਨੇ, ਇਹ ਤੇ ਚੂਹਿਆਂ ਨਾਲੋਂ ਵੀ ਬੇਗੈਰਤੀ ਨੇ ਜਿਹੜੇ ਅੱਜ ਦੇ ਦਿਨ ਭਾਜਪਾ ਦੇ ਝੋਲੇ 'ਚ ਵੜਦੇ ਨੇ। ਮੈਂ ਹੈਰਾਨ ਹਾਂ ਇਹਨਾਂ ਲੋਕਾਂ ਤੋਂ। ਅਜੇ ਉਹਨਾਂ ਦੀ ਕੋਸ਼ਿਸ਼ ਹੋਰ ਵੀ ਹੋਏਗੀ, ਕੋਸ਼ਿਸ਼ ਕਿੰਨੀ ਵੀ ਕਰ ਲੈਣ, ਕਿਉਂਕਿ ਹਾਰਨ ਵਾਲੀ ਟੀਮ ਵੀ ਕੋਸ਼ਿਸ਼ ਕਦੇ ਘੱਟ ਨਹੀਂ ਕਰਦੀ। ਪਰ ਇਹ ਆ ਕਿ ਇਹ ਭੁੱਲ ਜਾਣ, ਮੈਨੂੰ ਨਹੀਂ ਲੱਗਦਾ ਕਿ ਖਾਤਾ ਵੀ ਖੋਲ੍ਹ ਪਾਉਣ ਪੰਜਾਬ 'ਚ। ਮੈਂ ਬਾਕੀ ਆਪਣੇ ਜਿਹੜੇ ਇੰਟਲੈਕਚੁਅਲਸ ਹੈਗੇ ਆ, ਜਿਹੜੇ ਭੈਣ ਭਰਾ ਸੱਜਣ ਹੈਗੇ ਨੇ, ਉਹਨਾਂ ਨੂੰ ਬੇਨਤੀ ਕਰਦਾ ਭਲਿਓ ਭਲਿਓ ਇਹ ਕਲੰਕ ਨਾ ਮੱਥੇ ਲਵਾਇਓ। ਕੱਲ੍ਹ ਦਾ ਪਤਾ ਨਹੀਂ, ਅੱਜ ਦੇ ਦਿਨ 'ਚ ਭਾਜਪਾ ਜਿਹੜੀ ਆ ਉਹ ਸਾਡੇ ਕਿਸਾਨ ਭਾਈਚਾਰੇ ਦੀ ਦੁਸ਼ਮਣ ਹੈ। ਸਾਨੂੰ ਘੱਟੋ ਘੱਟ ਅੱਜ ਦੇ ਦਿਨ ਇਹ ਗੱਲ ਮਹਿਸੂਸ ਕਰਨੀ ਚਾਹੀਦੀ ਹੈ, ਜੋ ਕੰਧ 'ਤੇ ਲਿਖਿਆ ਉਹਨੂੰ ਪੜ੍ਹ ਲਈਏ, ਅਸੀਂ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਗੁਰੇਜ਼ ਕਰੀਏ। ਸੁਬੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਖਬਰਾਂ ਦੇ ਨਾਲ ਚਰਚਾ ਕੀਤੀ ਅਤੇ ਸਾਡੇ ਨਾਲ ਸਾਂਝ ਪਾਈ। ਅਗਲੇ ਹਫ਼ਤੇ ਫਿਰ ਰੂਬਰੂ ਹੋਵਾਂਗੇ ਸਰੋਤਿਆਂ ਦੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈ ਕਿਸੇ ਵੀ ਗਲਤੀ ਲਈ ਮੁਆਫ਼ੀ, ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮੁਆਫ਼ੀ ਚਾਹੁੰਦਾ। ਹਾਂਜੀ, ਸੋ ਇਹ ਸਨ ਜੀ ਐਡਵੋਕੇਟ ਸੁਖਬੀਰ ਸਿੰਘ ਪਰਮਾ, ਜਿਨ੍ਹਾਂ ਨੇ ਖਬਰਾਂ ਦੇ ਨਾਲ ਸਾਡੇ ਔਰ ਜਿਹੜਾ ਅਸੀਂ ਟਾਈਟਲ ਕਿਹਾ ਸੀਗਾ ਸਾਡਾ ਵਿਸ਼ਾ ਅੱਜ ਦਾ, ਉਹਦੇ 'ਤੇ ਚਰਚਾ ਕੀਤੀ। ਅਤੇ ਤੁਸੀਂ ਇਸ ਵੀਡੀਓ ਨੂੰ ਪਲੀਜ਼ ਲਾਈਕ ਕਰਕੇ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤੁਸੀਂ ਜਿਨ੍ਹਾਂ ਨੇ ਮੈਸੇਜਸ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਹੁਣ ਤੁਸੀਂ ਮੈਨੂੰ ਵੀ ਦਿਓ ਇਜਾਜ਼ਤ, ਅਤੇ ਤੁਸੀਂ ਸੁਣਦੇ ਰਹੋ ਜੀ ਸਾਂਝੀਵਾਲ ਰੇਡੀਓ।